ਆਪਾਂ ਨੇ ਦੋ ਕਹਾਣੀਆਂ ਚੁਣੀਆਂ ਸੀ ਵੀ ਗੱਲ ਕਰਾਂਗੇ ਜਿਨ੍ਹਾਂ 'ਤੇ ਇਹ ਦੇਖਾਂਗੇ ਕਿ ਬਈ ਕਹਾਣੀ ਹੈ ਜਿਹੜੀ ਉਹਦੇ ਨਾਲ ਲੇਖਕ ਸਿੱਝਦਾ ਕਿਵੇਂ ਹੈ, ਤੁਹਾਨੂੰ ਉਹਨੇ ਕੋਈ ਗੱਲ ਕਹਿਣੀ ਹੈ। ਅਤੇ ਆਪਾਂ ਪਹਿਲੇ ਦਿਨੇ ਗੱਲ ਕੀਤੀ ਸੀ ਕਿ ਸਾਹਿਤ ਤੁਹਾਨੂੰ ਸਿੱਧੀ ਗੱਲ ਤਾਂ ਕਹਿੰਦਾ ਨਹੀਂ, ਫਿਰ ਉਹ ਕਿਵੇਂ ਕਹਿੰਦਾ, ਆਪਣੀ ਗੱਲ ਕਹਿਣ ਲਈ ਲੇਖਕ ਕੀ ਕਰਦਾ, ਕਿਵੇਂ ਕਿਵੇਂ ਕਰਦਾ, ਕੀ ਉਹ ਭਾਸ਼ਾ ਨੂੰ ਵਰਤਦਾ, ਚੀਜ਼ਾਂ ਨੂੰ ਵਰਤਦਾ, ਚੀਜ਼ਾਂ ਨੂੰ ਪ੍ਰਤੀਕ ਬਣਾ ਕੇ ਲੈ ਆਉਂਦਾ, ਬਿੰਬ ਬਣਾ ਕੇ ਲੈ ਆਉਂਦਾ, ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਉਹ ਅਰਥ ਕ੍ਰੀਏਟ ਕਰਦਾ, ਜਿਹੜੇ ਤੁਹਾਨੂੰ ਉਹ ਗੱਲ ਸਮਝਾਉਂਦੇ ਨੇ, ਜਿਹੜੀ ਲੇਖਕ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਜਿਹੜੀ ਉਹਨੇ ਕਹਿਣੀ ਹੁੰਦੀ ਹੈ, ਜਿਹੜੀ ਉਹਨੇ ਮਥੀ ਹੁੰਦੀ ਹੈ ਕਿ ਮੈਂ ਇਹ ਗੱਲ ਕਹਿਣੀ ਹੈ। ਪਹਿਲੀ ਤਾਂ ਗੱਲ, ਮੇਰਾ ਕਦੇ ਇਸ ਗੱਲ 'ਚ ਸੱਚੀ ਬਹੁਤਾ ਯਕੀਨ ਨਹੀਂ ਰਿਹਾ, ਵੀ ਕਦੇ ਵੀ ਨਹੀਂ ਮੈਂ ਇਸ ਗੱਲ ਨੂੰ ਮੰਨਿਆ ਵੀ ਮੇਰੇ ਤੋਂ ਕਹਾਣੀ ਲੇਖ ਹੋ ਜਾਂਦੀ ਹੈ। ਆਪਾਂ ਤੋਂ ਕਦੇ ਕੋਈ ਕਹਾਣੀ ਲਿਖ ਨਹੀਂ ਹੋਈ, ਮੱਤ ਕੇ ਲਿਖਣ ਲੱਗ ਪਿਆ ਹੁੰਦਾ। ਲੇਕਿਨ ਲਿਖਣ ਵੇਲੇ ਤੁਹਾਡਾ ਪੁਰਾਣਾ ਜੀਵਨ ਦਾ ਅਨੁਭਵ ਪੜ੍ਹਿਆ ਗੁਣਿਆ ਵਾਚਿਆ ਆਪਣਾ ਦਖਲ ਦਿੰਦਾ ਹੈ ਉਹਨਾਂ ਚੀਜ਼ਾਂ 'ਚ, ਫਿਰ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰ ਆ ਜਾਂਦੀਆਂ ਨੇ ਜਿਹੜੀਆਂ ਲਿਖਣ ਤੋਂ ਪਹਿਲਾਂ ਤੁਸੀਂ ਨਹੀਂ ਸੋਚਿਆ ਹੁੰਦੀਆਂ। ਪਹਿਲੀ ਤਾਂ ਗੱਲ ਇਹ ਹੁੰਦੀ ਹੈ ਕਿ ਸੱਚਮੁੱਚ ਮੱਥ ਕੇ ਲਿਖੀ ਹੋਈ ਹੁੰਦੀ ਹੈ ਗੱਲ, ਘੱਟੋ ਘੱਟ ਮੈਂ ਇਹ ਮੰਨਦਾ ਸਾਹਿਤ ਬਾਰੇ ਕਿ ਇਹ ਮੱਥ ਕੇ ਲਿਖਿਆ ਹੁੰਦਾ, ਬੰਦੇ ਨੇ ਪਹਿਲਾਂ ਫੈਸਲਾ ਕਰਿਆ ਹੋਇਆ ਹੁੰਦਾ ਕਿ ਮੈਂ ਇਹਦੇ 'ਚ ਕੀ ਕਹਿਣਾ ਚਾਹੁੰਦਾ ਅਤੇ ਕਿਵੇਂ ਕਹਿਣਾ ਚਾਹੁੰਦਾ। ਉਹ ਬੜੀਆਂ ਚੀਜ਼ਾਂ ਚੂਜ਼ ਕਰਦਾ, ਬਹੁਤ ਸਾਰੀਆਂ ਚੀਜ਼ਾਂ ਛੱਡਦਾ, ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਂਦਾ, ਪਰ ਉਹਦੇ 'ਚ ਜਿਹੜੀਆਂ ਤਬਦੀਲੀਆਂ ਆਉਂਦੀਆਂ ਨੇ ਸਾਨੂੰ ਲੱਗਦਾ ਵੀ ਅਚਾਨਕ। ਤੁਸੀਂ, ਮੈਂ ਵੀ ਕਈ ਵਾਰ ਕਹਿ ਦਿੰਦਾ ਅਤੇ ਕਿੰਨੇ ਬੰਦਿਆਂ ਨੂੰ ਇਹ ਕਹਿੰਦੇ ਸੁਣਿਆ ਹੋਊਗਾ ਵੀ ਮੈਂ ਯਾਰ ਪੜ੍ਹ ਕੇ ਬੜਾ ਹੈਰਾਨ ਹੋਇਆ ਵੀ ਆਹ ਗੱਲ ਮੈਂ ਲਿਖੀ ਹੈ, ਮੈਂ ਕੀਤੀ ਹੈ। ਉਹ ਕੁਛ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਨਾ ਲਿਖਣ ਤੋਂ ਪਹਿਲਾਂ ਤੈਅ ਨਹੀਂ ਕੀਤੀਆਂ ਹੁੰਦੀਆਂ ਆਪਣੇ ਆਪ ਨਾਲ, ਪਰ ਉਹ ਹੋ ਜਾਂਦੀਆਂ ਨੇ। ਅਤੇ ਕੋਈ ਗੱਲ ਤੁਹਾਡੀ ਕਹਿਣ ਲਈ ਸੋਚੀ ਹੋਈ ਨੂੰ ਬਹੁਤ ਜ਼ਿਆਦਾ ਸ਼ਾਨਦਾਰ ਤਰੀਕੇ ਨਾਲ ਕਹਿ ਜਾਂਦੀਆਂ ਨੇ, ਉਹ ਗੱਲਾਂ ਤੁਹਾਨੂੰ ਲੱਗਦੀਆਂ ਵੀ ਹੁੰਦੀਆਂ ਨੇ ਵਿੱਚ। ਕਈ ਵਾਰ ਡਾਇਲੋਗ ਹੁੰਦਾ, ਕੋਈ ਘਟਨਾ ਹੁੰਦੀ ਹੈ, ਕਦੇ ਕਦੇ ਕੋਈ ਪਾਤਰ ਹੁੰਦਾ। ਦੋ ਕਹਾਣੀਆਂ ਜਿਹੜੀਆਂ ਆਪਾਂ ਨੇ ਸੋਚਿਆ ਸੀ ਵੀ ਆਪਾਂ ਪੜ੍ਹ ਕੇ ਆਵਾਂਗੇ, ਉਹਨਾਂ 'ਚੋਂ ਪਹਿਲੀ ਕਹਾਣੀ ਉਜਾੜ ਸੀ ਕੁਲਵੰਤ ਸਿੰਘ ਲੇਖ ਦੀ। ਇਹ ਮੈਂ ਜਾਣ ਕੇ ਦੋ ਕਹਾਣੀਆਂ ਚੁਣੀਆਂ ਸੀ, ਇਹ ਵੀ ਐਵੇਂ ਕੋਈ ਇਸ ਲਈ ਨਹੀਂ ਚੁਣੀਆਂ ਗਈਆਂ ਵੀ ਚੱਲ ਆਹ ਮੇਰੇ ਸਾਹਮਣੇ ਕਿਤਾਬ ਪਈ ਆਪਾਂ ਇਹਦੇ 'ਚੋਂ ਆਹ ਚੁਣ ਲੈਂਦੇ ਹਾਂ, ਉਹ ਚੁਣ ਲੈਂਦੇ, ਬਲਕਿ ਮੈਨੂੰ ਇਹ ਲੱਭਣੀਆਂ ਪਈਆਂ। ਸੰਧੂ ਸਾਹਿਬ ਵਾਲੀ ਕਿਤਾਬ ਤਾਂ ਪਈ ਸੀ, ਲੇਕਿਨ ਦੂਜੀ ਕਿਤਾਬ ਉਜਾੜ ਕਿੱਥੋਂ ਲੱਭਣੀ ਹੈ, ਇਹ ਕਹਾਣੀ ਮੈਨੂੰ ਖਾਸੀ ਲੱਭਣੀ ਪਈ ਜਾ ਕੇ ਦੁਬਾਰਾ ਪੜ੍ਹਨ ਲਈ। ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਪੜ੍ਹ ਕੇ ਆਇਓ, ਕਿੰਨੇ ਕੁ ਬੰਦੇ ਨੇ ਜਿਹੜੇ ਉਜਾੜ ਕਹਾਣੀ ਪੜ੍ਹ ਕੇ ਆਏ ਨੇ ਜਾਂ ਜਿਨ੍ਹਾਂ 'ਤੇ ਪਹਿਲਾਂ ਪੜ੍ਹੀ ਹੋਈ ਯਾਦ ਹੈ, ਸਾਰੇ ਨਹੀਂ ਪੜ੍ਹ ਕੇ ਆਏ। ਊਂ ਐਂ ਕਦੇ ਪਹਿਲਾਂ ਪੜ੍ਹੀ ਸੁਣੀ ਯਾਦ ਹੈ ਮਾੜੀ ਮੋਟੀ ਗੱਲ ਵੀ ਕਹਾਣੀ ਹੈਗੀ ਕੀ ਹੈ। ਕੁਲਵੰਤ ਸਿੰਘ ਵਿਰਕੋਣਾ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਪ੍ਰਸਿੱਧ ਕਹਾਣੀਆਂ ਨੇ ਜਿਹਨਾਂ 'ਚੋਂ ਆਪਾਂ ਆਮ ਤੌਰ 'ਤੇ ਦੁੱਧ ਦੇ ਛੱਪੜ ਦਾ ਨਾਂ ਲੈ ਲੈਂਦੇ ਹਾਂ ਜਾਂ ਧਰਤੀ ਹੇਠਲੇ ਬਲਦ ਦਾ ਨਾਂ ਲੈਂਦੇ ਹਾਂ, ਇਹ ਵੀ ਦੋ ਕਹਾਣੀਆਂ ਵਿਸ਼ੇਸ਼ ਤੌਰ 'ਤੇ ਉਜਾੜ
ਅਤੇ ਇੱਕ ਕਹਾਣੀ ਹੈ ਤੂੜੀ ਦੀ ਪੰਡ, ਉਹ ਵੀ ਤੁਹਾਡੇ ਤੋਂ ਕਿਸੇ ਨੇ ਪੜ੍ਹੀ, ਉਹ ਇੱਕ ਵਿਸ਼ੇਸ਼ ਮੁੱਦੇ ਨਾਲ ਡੀਲ ਕਰਦੀਆਂ ਕਹਾਣੀਆਂ ਨੇ। ਉਜਾੜ ਕਹਾਣੀ ਕੀ ਹੈ, ਉਹਦੇ 'ਚ ਕਹਾਣੀ ਬਹੁਤੀ ਸੁਣਾਉਣ ਨੂੰ ਇਵੇਂ ਹੈ ਨਹੀਂ, ਜੇ ਕੋਈ ਬੰਦਾ ਬਾਤ ਸੁਣਾਵੇ ਨਾ ਤਾਂ ਉਹਦੇ 'ਚ ਉਵੇਂ ਦੀ ਬਾਤ ਹੈ ਹੀ ਨਹੀਂ ਕਹਾਣੀ 'ਚ ਜਿਹੜੀ ਲਗਾਤਾਰ ਚੱਲਦੀ ਹੈ। ਪਰ ਜਦੋਂ ਤੁਸੀਂ ਕਹਾਣੀ ਪੜ੍ਹਦੇ ਹੋ ਜਾਂ ਪੜ੍ਹ ਕੇ ਹਟਦੇ ਹੋ ਫਿਰ ਤੁਹਾਨੂੰ ਉਹ ਵੱਡੀ ਗੱਲ ਅਤੇ ਵੱਡੀ ਕਹਾਣੀ ਨਜ਼ਰ ਆਉਂਦੀ ਹੈ ਜਿਹੜੀ ਲੇਖਕ ਆਪਣੀ ਕਹਾਣੀ ਰਾਹੀਂ ਕਹਿੰਦਾ। ਕਹਾਣੀ ਇਹ ਹੈ ਜੇ ਇਹਨੂੰ ਬਹੁਤ ਥੋੜ੍ਹੇ ਸ਼ਬਦਾਂ 'ਚ ਕਹਿਣਾ ਹੋਵੇ ਕਿ ਇੱਕ ਬਜ਼ੁਰਗ ਦੇ ਮਾਧਿਅਮ ਰਾਹੀਂ ਇਹ ਗੱਲ ਕਹੀ ਗਈ ਹੈ। ਇੱਕ ਬੁੱਢਾ ਬੰਦਾ ਹੈ ਅਤੇ ਉਹਦਾ ਨਾਂ ਹੈ ਆਲਾ ਸਿੰਘ। ਉਹ ਬੜਾ ਦਬਦਬੇ ਵਾਲਾ ਬੰਦਾ, ਸਿਰਫ ਘਰ 'ਚ ਪਿੰਡ 'ਚ ਨਹੀਂ ਉਹਦੀ ਆਪਣੇ ਇਲਾਕੇ 'ਚ ਅਤੇ ਆਪਣੇ ਪਿੰਡਾਂ 'ਚ, ਮਤਲਬ ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਆਹ ਗਰੇਵਾਲਾਂ ਦੇ ਪਿੰਡ ਨੇ ਜੀ, ਆਹ ਵਿਰਕਾਂ ਦੇ ਪਿੰਡ ਨੇ, ਆਹ ਗਿੱਲਾਂ ਦੇ ਪਿੰਡ ਨੇ, ਤਾਂ ਉਹਦੀ ਜਿਹੜੀ ਪੈਂਠ ਹੈ ਉਹ ਆਪਣੇ ਗੋਤ ਦੇ ਆਪਣੇ ਸਾਰੇ ਇਲਾਕੇ ਦੇ ਪਿੰਡਾਂ 'ਚ ਦੂਰ ਤੱਕ ਬਣੀ ਹੋਈ ਹੈ। ਅਤੇ ਉਹਨੂੰ ਇਹ ਲੱਗਦਾ ਕਿ ਇਹ ਦੁਨੀਆ ਉਹੋ ਜਿਹੀ ਹੈ ਜਿਹੋ ਜਿਹੀ ਚਾਹੀਦੀ ਹੈ, ਜਿਹਨੂੰ ਮੈਂ ਬਣਾ ਸਕਦਾ, ਮੈਂ ਪ੍ਰਭਾਵਿਤ ਕਰ ਸਕਦਾ, ਮੈਂ ਫੈਸਲਾ ਕਰ ਸਕਦਾ, ਅਤੇ ਉਹ ਕਰਦਾ ਆਉਂਦਾ ਲਗਾਤਾਰ। ਜਗੀਰੂ ਪ੍ਰਬੰਧ ਹੇਠ ਚੀਜ਼ਾਂ ਕਿਵੇਂ ਵਾਪਰਦੀਆਂ ਨੇ ਇਹਦਾ ਲੰਬਾ ਚੌੜਾ ਬਿਆਨ ਹੈ ਕਹਾਣੀ 'ਚ, ਆਪਾਂ ਕੁਛ ਗੱਲਾਂ ਕਰਾਂਗੇ ਕਹਾਣੀ ਉਹਦੇ ਵਿੱਚ ਆ ਜਾਂਦੀ। ਪਰ ਕਹਾਣੀਕਾਰ ਦਾ ਮੁੱਖ ਮੰਤਵ ਉਸ ਅੰਡਰ ਕਰੰਟ ਨੂੰ ਫੜਨਾ ਹੈ ਜਿਹੜਾ ਪਹਿਲਾਂ ਤੁਹਾਨੂੰ ਸਤਾ 'ਤੇ ਦਿਸਦਾ ਨਹੀਂ ਹੈਗਾ। ਬਹੁਤ ਬਰੀਕ ਚੀਜ਼ਾਂ ਨੇ, ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਵਾਪਰਦੀਆਂ ਨੇ ਲੋਕਤੰਤਰ ਇੱਕ ਨਵੀਂ ਦੁਨੀਆ ਐਂਟਰ ਕਰ ਰਹੀ ਹੈ। ਇਹ ਹੀ ਇੱਕ ਗੱਲ ਹੈ ਜਿਹੜੀ ਇਸ ਕਹਾਣੀ ਨੂੰ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੁਲਵੰਤ ਸਿੰਘ ਵਿਰਕ ਹੋਣੀ ਨਿੱਕੀ ਕਹਾਣੀ ਲਿਖਣ ਦੇ ਹੈ ਨਾ ਮਾਹਰ ਨੇ, ਉਹਨਾਂ ਨੇ ਨਿੱਕੀਆਂ ਕਹਾਣੀਆਂ ਲਿਖੀਆਂ ਨੇ। ਇਹ ਵੀ ਕਹਾਣੀ ਕੋਈ ਬਹੁਤੀ ਵੱਡੀ ਨਹੀਂ, 6-6 ਪੇਜਾਂ ਦੀ ਛੋਟੀ ਜਿਹੀ ਕਹਾਣੀ ਹੈ। ਪਰ ਜਦੋਂ ਅਸੀਂ ਇਸ ਕਹਾਣੀ ਦਾ ਕੁੱਲ ਮਿਲਾ ਕੇ ਕੈਨਵਸ ਦੇਖਦੇ ਹਾਂ ਤਾਂ ਇਹ ਨਾ ਆਖਿਰਕਾਰ ਤੁਹਾਨੂੰ ਇੱਕ ਯੁੱਗ ਪਲਟੇ ਵਰਗਾ ਅਹਿਸਾਸ ਕਰਾ ਦਿੰਦੀ ਹੈ, ਇੱਕ ਯੁੱਗ ਦੇ ਬਦਲਣ ਦੀ ਕਹਾਣੀ ਹੈ। ਅਤੇ ਕੁਲਵੰਤ ਸਿੰਘ ਵਿਰਕ ਉਹਨਾਂ ਦੀ ਕਲਾ ਕੌਸ਼ਲਤਾ ਇਸ ਗੱਲ 'ਚ ਹੈ ਕਿ ਉਹ ਕੋਈ ਬਹੁਤ ਵੱਡੀਆਂ ਘਟਨਾਵਾਂ ਦਿੱਤੇ ਬਿਨਾਂ, ਬਹੁਤ ਵੱਡੀਆਂ ਗੱਲਾਂ ਕਰੇ ਬਿਨਾਂ ਅਤੇ ਬਹੁਤ ਉਲਝਾ ਪੈਦਾ ਕੀਤੇ ਬਿਨਾਂ ਹੌਲੀ 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 ਪਾਠਕ ਦੀ ਚੇਤਨਾ ਨੂੰ ਉਸ ਯੁੱਗ ਦੀ ਤਬਦੀਲੀ ਤੱਕ ਲੈ ਆਉਂਦੇ ਨੇ। ਇਹ ਕਹਾਣੀ ਕੀ ਕਰਦੀ ਹੈ ਕਿ ਸਮਾਜ 'ਚ ਜਿਹੜੀਆਂ ਆਰਥਿਕ, ਰਾਜਨੀਤਿਕ ਜਾਂ ਸਮਾਜਿਕ ਸੱਭਿਆਚਾਰ ਤਬਦੀਲੀਆਂ ਹੌਲੀ 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 ਆ ਰਹੀਆਂ ਨੇ, ਉਹਨਾਂ ਦਾ ਬਹੁਤ ਇਤਿਹਾਸਿਕ ਪਰਿਪੇਖ 'ਚ ਰੱਖ ਕੇ, ਇੱਕ ਇਤਿਹਾਸਿਕ ਬੈਕਗਰਾਊਂਡ 'ਚ ਰੱਖ ਕੇ ਮੁਲਾਂਕਣ ਕਰਦੀ ਹੈ। ਇਹ ਜਿਹੜਾ ਮੁਲਾਂਕਣ ਸ਼ਬਦ ਹੈ ਨਾ, ਇਹ ਇਸ ਗੱਲ 'ਚ ਸੱਚਮੁੱਚ ਇੰਪੋਰਟੈਂਟ ਹੈ। ਤੁਹਾਨੂੰ ਸਾਰੀ ਕਹਾਣੀ 'ਚੋਂ ਕਿਤੇ ਨਜ਼ਰ ਨਹੀਂ ਆਊਗਾ
ਵੀ ਉਹ ਕਿਤੇ ਭਾਸ਼ਣ ਦੇਣ ਲੱਗ ਗਿਆ, ਤੁਹਾਨੂੰ ਸਮਝਾਉਣ ਲੱਗ ਗਿਆ ਲੇਖਕ, ਇਹੋ ਜਿਹੀ ਕੋਈ ਗੱਲ ਨਹੀਂ ਕਰਦਾ। ਲੇਕਿਨ ਬੇਸਿਕਲੀ ਉਹ ਚੀਜ਼ਾਂ ਨੂੰ ਐਨਾਲਾਈਜ਼ ਕਰਦਾ ਤੁਰਿਆ ਜਾਂਦਾ ਅਤੇ ਹੋ ਕੀ ਰਿਹਾ ਜਿਹੜਾ ਉਹਨੇ ਤੁਹਾਨੂੰ ਦਿਖਾਉਣਾ ਹੈ ਕਿ ਜਗੀਰੂ ਮੁੱਲ ਨੇ ਜਿਹੜੇ ਸਥਾਪਿਤ ਨੇ ਉਹ ਟੁੱਟ ਰਹੇ ਨੇ ਅਤੇ ਕਾਹਦੇ ਨਾਲ ਟੁੱਟ ਰਹੇ ਨੇ, ਪੂੰਜੀਵਾਦੀ ਅਰਥਚਾਰਾ ਜਿਹੜਾ ਉਹ ਵਿਕਾਸ ਕਰ ਰਿਹਾ। ਹੁਣ ਇਹ ਦੋ ਚੀਜ਼ਾਂ ਦੇ ਵਿੱਚ ਖਿੱਚੋਤਾਣ ਦੀ ਕਹਾਣੀ ਹੈ ਅਤੇ ਉਹ ਖਿੱਚੋਤਾਣ ਸਾਨੂੰ ਆਲਾ ਸਿੰਘ ਦੇ ਰਾਹੀਂ ਦਿਖਾ ਰਿਹਾ, ਕੁਛ ਨਵੀਆਂ ਚੀਜ਼ਾਂ ਜਿਹੜੀਆਂ ਉਹਦੇ ਸਾਹਮਣੇ ਆਉਂਦੀਆਂ ਨੇ, ਉਹਨਾਂ ਨੂੰ ਉਹ ਕਿਵੇਂ ਨਜਿੱਠਣ ਦੀ ਕੋਸ਼ਿਸ਼ ਕਰਦਾ, ਇਹਦੇ ਰਾਹੀਂ ਉਹ ਸਾਨੂੰ ਦਿਖਾਉਂਦਾ। ਹੁਣ ਮੁੱਖ ਗੱਲ ਜਿਹੜੀ ਉਹ ਕਰਦਾ ਉਹ ਇਹ ਹੈ ਕਿ ਭਾਈ ਜਿਹੜੀਆਂ ਨਵੀਆਂ ਪਦਾਰਥਕ ਹਾਲਾਤ ਬਣ ਗਏ, ਨਵੇਂ ਰਾਜਨੀਤਿਕ ਹਾਲਾਤ ਬਣ ਗਏ, ਲੋਕਤੰਤਰ ਆ ਗਿਆ ਅਤੇ ਜਿਹੜੇ ਵੱਡੇ ਲੇਖਕ ਹੁੰਦੇ ਨੇ ਇਹਨਾਂ 'ਚ ਗੁਣ ਵੀ ਵੱਡੇ ਹੁੰਦੇ ਨੇ, ਜਿਵੇਂ ਲੋਕਤੰਤਰ ਨੂੰ ਕਿਵੇਂ ਸਮਾਜ 'ਚ ਉਹਨੇ ਉਹਨਾਂ ਬੰਦਿਆਂ ਨੂੰ ਪ੍ਰਭਾਵਿਤ ਕੀਤਾ ਜਿਹਨਾਂ ਦੀ ਪੈਂਠ ਬਣੀ ਹੋਈ ਸੀ, ਉਹਦੀ ਗੱਲ ਮੇਰੇ ਆ ਹੁਣੇ ਯਾਦ ਆ ਗਈ, ਵਰਿਆਮ ਸਿੰਘ ਸੰਧੂਆਂ ਦੀ ਕਹਾਣੀ ਹੈ ਇੱਕ ਜਿਹਦੇ 'ਚ ਮਤਲਬ ਸਿੰਪਲ ਇੱਕ ਗੱਲ ਰਾਹੀਂ ਉਹ ਤੁਹਾਨੂੰ ਕਿੱਡੀ ਵੱਡੀ ਤਬਦੀਲੀ ਦਾ ਸੰਕੇਤ ਦੇ ਜਾਂਦੇ ਨੇ ਕਿ ਬੰਦਾ ਵੋਟ ਪਾਉਣ ਜਾਂਦਾ ਅਤੇ ਉਹਦੇ ਮੂਹਰੇ ਕਿਸੇ ਬਹੁਤ ਗਰੀਬ ਦਲਿਤ ਦਾ ਨਾਂ ਹੈ, ਉਹ ਉਹਦਾ ਨਾਂ ਲੈਂਦਾ ਵੀ ਫਲਾਣਾ ਸਿੰਘ, ਅਤੇ ਹੁਣ ਉਹ ਕੋਈ ਸੂਬੇਦਾਰ ਕੈਪਟਨ ਹੈ ਸ਼ਾਇਦ ਬੰਦਾ ਨਾਜ਼ਰ ਸਿੰਘ ਉਹਦਾ ਨਾਂ ਆ, ਉਹ ਕਹਿੰਦਾ ਵੀ ਮੇਰੇ ਮੂਹਰੇ ਸਰਦਾਰ ਬਹਾਦਰ ਲਿਖਿਆ ਹੋਇਆ ਕਿ ਨਹੀਂ, ਉਹ ਕਹਿੰਦਾ ਵੀ ਨਹੀਂ ਲਿਖਿਆ ਹੋਇਆ, ਆਹ ਹੀ ਨਾਂ ਲਿਖਿਆ ਹੋਇਆ, ਅਤੇ ਉਹਨੂੰ ਲੱਗਦਾ ਵੀ ਮੇਰੀ ਇਸ ਗੱਲ 'ਚ ਬੇਇੱਜ਼ਤੀ ਹੋ ਗਈ। ਤੁਹਾਡੀ ਜਿਹੜੀ ਮਾਨਸਿਕਤਾ ਬਣੀ ਹੋਈ ਹੈ ਚੌਧਰ, ਉਹ ਕਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ 'ਚ ਲੋਕਤੰਤਰ ਹੈ ਜਿਹੜਾ ਚੈਲੇਂਜ ਕਰਦਾ ਹੈ, ਤੋੜਦਾ ਹੈ, ਉਸ ਤਰ੍ਹਾਂ ਦੀਆਂ ਇਹਦੇ 'ਚ ਕੁਛ ਗੱਲਾਂ ਸਾਨੂੰ ਕਹਾਣੀ 'ਚ ਮਿਲਦੀਆਂ। ਦੂਜੀ ਗੱਲ ਕਿ ਇਹਦੇ 'ਚ ਵਿਸ਼ੇਸ਼ ਗੱਲ ਇਹ ਹੈ ਕਿ ਲੇਖਕ ਤੁਹਾਨੂੰ ਕਿਤੇ ਵੀ ਆਲਾ ਸੀ ਉਹਦਾ ਤੁਹਾਨੂੰ ਸਾਰਾ ਜ਼ਿਕਰ ਕਰਦਾ, ਪਰ ਨਾ ਤਾਂ ਉਹਦੇ ਨਾਲ ਤੁਹਾਨੂੰ ਕਿਤੇ ਨਾਪਸੰਦਗੀ ਨਜ਼ਰ ਆਉਂਦੀ ਹੈ ਨਵੇਂ ਉਂਗਲੇ ਨਾਲ ਉਹਦੀ, ਨਾ ਆਲਾ ਸਿੰਘ ਨਾਲ ਬਹੁਤੀ ਹਮਦਰਦੀ ਨਜ਼ਰ ਆਉਂਦੀ ਹੈ। ਕਰ ਕੀ ਕਹਿ ਰਿਹਾ ਲੇਖਕ ਕਿ ਇੱਕ ਇਤਿਹਾਸਿਕ ਵੇਗ ਨੂੰ ਰਿਕਾਰਡ ਕਰ ਰਿਹਾ। ਅਸੀਂ ਇਹ ਮੰਨਦੇ ਹਾਂ ਕਿ ਸਾਹਿਤ ਦੋ ਕੰਮ ਕਰਦਾ ਨਾ, ਜਿਹੜੇ ਹੋਰ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਨਾਂ 'ਚ ਦੋ ਗੱਲਾਂ ਇਹ ਵੀ ਸੀਗੀਆਂ ਕਿ ਉਹ ਰਿਕਾਰਡਰ ਵੀ ਹੈ ਅਤੇ ਰਿਮਾਈਂਡਰ ਵੀ ਹੈ। ਇਹ ਦੋਵੇਂ ਗੱਲਾਂ ਸਾਨੂੰ ਇਸ ਕਹਾਣੀ 'ਚੋਂ ਦਿਸਦੀਆਂ ਨੇ। ਲੇਖਕ ਕੀ ਕਰਦਾ ਕਿ ਉਹ ਪੂੰਜੀਵਾਦੀ ਕਦਰਾਂ ਕੀਮਤਾਂ ਦੇ ਸਾਹਮਣੇ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਡਿੱਗਦੀਆਂ ਨੇ ਉਹਨਾਂ ਨੂੰ ਰਿਕਾਰਡ ਕਰਦਾ ਅਤੇ ਉਹਦੇ ਹਾਰਨ ਨੂੰ ਸਵੀਕਾਰਦਾ ਵੀ ਹੈ। ਤੁਹਾਡੇ ਅੰਦਰ ਕੋਈ ਇਹ ਨਹੀਂ ਹੈ ਕਿ ਉਹਦੇ ਪ੍ਰਤੀ ਬਹੁਤ ਹਮਦਰਦੀ ਪੈਦਾ ਕਰ ਦਿੰਦਾ ਅਤੇ ਨਵੀਆਂ ਚੀਜ਼ਾਂ ਦੇ ਕੋਈ ਤੁਹਾਨੂੰ ਵਿਰੋਧ 'ਚ ਖੜ੍ਹਾ ਕਰ ਦਿੰਦਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦਾ। ਉਹ ਤੁਹਾਨੂੰ ਇੱਕ ਸਿੰਪਲ ਵਰਤਾਰਾ ਵਰਤਦਾ ਦਿਖਾਈ ਜਾਂਦਾ ਦਿਖਾਈ ਜਾਂਦਾ ਦਿਖਾਈ ਜਾਂਦਾ ਅਤੇ ਅਖੀਰ 'ਚ ਤੁਹਾਡੇ ਸਮਝ ਆ ਜਾਂਦੀ ਹੈ ਕਿ ਗੱਲ ਅਸਲ 'ਚ ਲੇਖਕ ਕੀ ਕਹਿ ਕੇ ਹੈ। ਇਸ ਤਰ੍ਹਾਂ ਜਿਹੜੀ ਇਹ ਕਹਾਣੀ ਹੈ ਇਹ ਨਾ ਸਿਰਫ ਬੀਤੇ ਹੋਏ ਦੀ ਕਹਾਣੀ ਨਹੀਂ ਹੈਗੀ, ਬੀਤ ਰਹੇ ਦੀ ਕਹਾਣੀ ਹੈ, ਵਾਪਰ ਰਿਹਾ ਉੱਥੇ, ਤੁਹਾਨੂੰ ਦਿਸ ਰਿਹਾ ਅਤੇ ਲੇਖਕ ਇਹ ਕਿਵੇਂ ਕਰਦਾ, ਮਤਲਬ ਹੁਣ ਉਹਨੇ ਆਪਣੀ ਗੱਲ ਕਰਨੀ, ਆਪਾਂ ਹੁਣ ਕਹਾਣੀ 'ਤੇ ਆਉਂਦੇ ਹਾਂ। ਚਾਹੀਦਾ ਤਾਂ ਇਹ ਹੁੰਦਾ ਕਿ ਤੁਹਾਡੇ ਕੋਲ ਟੈਕਸਟ ਪਿਆ ਹੋਵੇ ਅਤੇ ਕੁਛ ਚੀਜ਼ਾਂ ਟੈਕਸਟ 'ਚੋਂ ਨਾ ਪੜ੍ਹ ਕੇ ਸਮਝੀਆਂ ਜਾ ਸਕਦੀਆਂ, ਪਰ ਕਿਉਂਕਿ ਇਹ ਪੋਸੀਬਲ ਨਹੀਂ ਸੀ, ਤੁਹਾਨੂੰ ਕਿਤਾਬਾਂ ਚੱਕਣੀਆਂ ਪੈਂਦੀਆਂ ਅਤੇ ਮੈਂ ਘੋਲ ਕਰ ਗਿਆ। ਹੁਣ ਉਹਦਾ
ਤੁਸੀਂ ਨਾ ਕਹਾਣੀ ਦਾ ਪਹਿਲਾ ਹੀ ਪਹਿਰਾ ਪੜ੍ਹਨਾ ਸ਼ੁਰੂ ਕਰੋ। ਕਹਾਣੀ ਦੇ ਪਹਿਲੇ ਪਹਿਰੇ 'ਚ ਉਹ ਕੀ ਕਰਨ ਲੱਗਿਆ ਹੋਇਆ ਲੇਖਕ ਕਿ ਤੁਹਾਡੀ ਆਲਾ ਸਿਉਂ ਨਾਲ ਜਾਣ ਪਛਾਣ ਕਰਾਉਂਦਾ ਹੈ। ਕੀ ਦੱਸਦਾ ਕਿ ਵੀ ਇਹ ਨਾ ਇਸ ਤਰ੍ਹਾਂ ਦਾ ਗੁਣੀ ਬੰਦਾ ਸੀ, ਇਹਦੀ ਐਡੀ ਵੱਡੀ ਸਮਰੱਥਾ ਸੀ, ਇਹਨੇ ਆਏ ਆਏ ਕੰਮ ਕੀਤੇ ਨੇ, ਉਹਦੀ ਸਰੀਰਕ ਸਮਰੱਥਾ ਦਾ ਅੱਗੇ ਜਾ ਕੇ ਮੈਂ ਗੱਲ ਕਰੂੰਗਾ। ਜਾਣੀ ਇੱਥੇ ਤੱਕ ਲੇਖਕ ਦੱਸਦਾ ਕਿ ਭਾਈ ਉਹ ਜਿਹੜੇ ਗੁਣ ਜਿਨ੍ਹਾਂ ਕਰਕੇ ਉਹ ਮੰਨੀ ਦਾ ਬੰਦਾ ਸੀ ਉਹ ਉਹਦੇ 'ਚ ਅਜੇ ਵੀ ਹੈਗੇ, ਉਹਦੀ ਨਿਗਾਹ ਅਜੇ ਕਾਇਮ ਹੈ। ਅਤੇ ਉਹਦੀ ਇੱਕ ਐਗਜ਼ਾਮਪਲ ਦਿੰਦਾ ਉਹ ਕਿ ਬਈ ਉਹ ਝੋਟੀ ਖੁੱਲ੍ਹ ਗਈ ਸੀ ਅਤੇ ਉਹਨੇ ਆਪਣੇ ਪੁੱਤਰ ਨਾਲੋਂ ਵੀ ਪਹਿਲਾਂ ਦੇਖ ਲਈ ਉਹ, ਮਤਲਬ ਤੁਸੀਂ ਦੇਖਦੇ ਹੋ ਨਾ ਕਿ ਉਹਨੇ ਸਮਰੱਥਾ ਦਿਖਾਉਣੀ ਹੈ। ਇੱਕ ਇਹ ਦਿਖਾਉਣਾ ਤੁਹਾਨੂੰ ਕਿ ਇਹ ਬੰਦਾ ਸਰੀਰਕ ਤੌਰ 'ਤੇ ਨਹੀਂ ਡਿੱਗਿਆ ਹੈਗਾ, ਸਰੀਰ ਇਹਦਾ ਹੈ ਕਿ ਉਨਾ ਹੀ ਕਾਇਮ ਹੈ, ਉਵੇਂ ਹੀ ਸਾਰੀਆਂ ਚੀਜ਼ਾਂ ਉਹ ਕਰ ਸਕਦਾ, ਉਹ ਗੁਣ ਨੇ ਉਹਦੇ 'ਚ, ਨਿਗਾਹ ਓਡੀ ਉਹ ਕਾਇਮ ਹੈ। ਅਤੇ ਹੁਣ ਉਹ ਮਸਲਾ ਇੱਥੇ ਜਿਹੜਾ ਮੇਰੇ ਸਾਹਮਣੇ ਇੱਕ ਖਿਆਲ ਆਉਂਦਾ ਸੀ ਜਦੋਂ ਮੈਂ ਇਹ ਕਹਾਣੀ ਪੜ੍ਹੀ ਕਿ ਲੇਖਕ ਦੇ ਸਾਹਮਣੇ ਨਾ ਚੀਜ਼ਾਂ ਨੂੰ ਦਰਸਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਉਹਨੇ ਚੁਣਨੀਆਂ ਹੁੰਦੀਆਂ ਨੇ ਉਹਦੇ 'ਚ। ਉਹ ਕਿਹਨੂੰ ਚੁਣੇ ਇਹ ਦਿਖਾਉਣ ਖਾਤਰ ਕਿ ਜਗੀਰੂ ਪ੍ਰਬੰਧ ਦੇ ਮੁਕਾਬਲੇ ਜਿਹੜਾ ਐਡਾ ਸਮਰੱਥ ਹੈ, ਆਲਾ ਸਿੰਘ ਜੀ ਆਪਾਂ ਗੱਲਾਂ ਕਰਾਂਗੇ ਅੱਗੇ ਜਾ ਕੇ ਕਿ ਇੰਨੀ ਸਮਰੱਥਾ ਹੈ ਉਹਦੇ 'ਚ ਕਿ ਉਹ ਇਵੇਂ ਚੀਜ਼ਾਂ ਨੂੰ ਆਪਣੇ ਜ਼ੋਰ ਨਾਲ ਬਦਲ ਦੇਵੇ, ਆਪਣੇ ਕਹਿਣ ਨਾਲ ਬਦਲ ਦੇਵੇ, ਆਪਣੀ ਇੱਛਾ ਨਾਲ ਬਦਲ ਦੇਵੇ। ਅਤੇ ਉਹ ਸਾਰੀਆਂ ਤਾਕਤਾਂ ਉਹਦੇ ਵਿੱਚ ਹੁੰਦੇ ਹੋਏ ਵੀ ਉਹ ਸਾਰੀਆਂ ਐਜ਼ ਇਟ ਇਜ਼ ਪਈਆਂ ਹੋਣ ਦੇ ਬਾਵਜੂਦ ਕੁਛ ਚੀਜ਼ਾਂ ਉਹਨਾਂ ਨੂੰ ਕਿਵੇਂ ਨਿਹੱਥਾ ਕਰ ਦਿੰਦੀਆਂ ਨੇ, ਉਹਨੇ ਉਹ ਬੰਦਾ ਚੁਣਨਾ। ਮੇਰੇ ਗੱਲ ਖਿਆਲ ਹੁੰਦੀ ਹੈ ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਥੋੜ੍ਹੀ ਜਿਹੀ ਇਤਿਹਾਸ ਦੀ ਗੱਲ ਕਰੀ ਸੀ, ਅਤੇ ਮੇਰੇ ਜਿਹੜੀ ਗੱਲ ਖਿਆਲ ਹੁੰਦੀ ਕਿ ਜਦੋਂ ਚੁਣਨਾ ਹੈ ਲੇਖਕ ਨੇ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਭਾਈ ਪਹਿਲੇ ਸਮਾਜ 'ਚ ਆਦਿ ਸਮਾਜ 'ਚ ਲੇਖਕ ਨੇ ਔਰਤ ਦੀ ਸਪੇਸ ਬਾਰੇ ਗੱਲ ਕਰਨੀ ਹੈ, ਉਹਨੇ ਤੁਹਾਨੂੰ ਇਹ ਦੱਸਣਾ ਕਿ ਵੀ ਔਰਤ ਕੋਲ ਸਪੇਸ ਹੈ ਹੀ ਨਹੀਂ ਹੈ ਆਹ ਜਿਹੜੇ ਯੁੱਗ ਦੀ ਮੈਂ ਗੱਲ ਕਰਨ ਲੱਗੇ ਹਾਂ। ਅਤੇ ਉਹ ਚੁਣਦਾ ਕਿਹਨੂੰ ਹੈ? ਇੱਕ ਰਾਣੀ ਨੂੰ ਚੁਣਦਾ ਜਿਹਦਾ ਪਤੀ ਸਿਰਫ ਪਤੀ ਨਹੀਂ ਹੈ, ਪਰਮੇਸ਼ਵਰ ਹੈ, ਸੱਚੀ ਮਿੱਚੀ ਦਾ ਸ਼ਿਵਜੀ ਹੈ। ਉਹ ਇਹ ਦਿਖਾਉਣ ਖਾਤਰ ਤੁਹਾਨੂੰ ਉਹ ਸ਼ਿਖਰ ਦੀ ਤਾਕਤਵਰ ਔਰਤ ਨਾਲ ਜਾਣ ਪਛਾਣ ਕਰਾਉਂਦਾ, ਸ਼ਿਖਰ ਦੀ ਔਰਤ ਦੀ ਤਾਕਤ ਜਿਹਦੇ ਕੋਲ ਸਾਰਾ ਕੁਛ ਹੈ ਸਾਨੂੰ ਲੱਗਦਾ ਉਹ ਕਿੰਨੀ ਮਹੱਤੀ ਹੈ, ਉਹਨੂੰ ਚੁਣਦਾ ਉਹ ਆਪਣੀ ਗੱਲ ਕਹਿਣ ਲਈ ਕਿ ਔਰਤ ਨੂੰ ਆਪਣੀ ਸਪੇਸ ਦੀ ਲੜਾਈ ਕਿੱਥੋਂ ਲੜਨੀ ਸ਼ੁਰੂ ਕਰਨੀ। ਕਿਹਦੇ ਕੋਲ ਵੀ ਤਾਕਤ ਨਹੀਂ ਸੀ, ਤੁਸੀਂ ਉਦੋਂ ਹੇਠਲੀਆਂ ਦੀਆਂ ਸਾਰੀਆਂ ਔਰਤਾਂ ਦੀ ਆਪਣੇ ਆਪ ਅੰਦਾਜ਼ਾ ਲਾ ਸਕਦੇ, ਉਹਨੇ ਰਾਣੀ ਚੁਣੀ। ਜਾਂ ਇਵੇਂ ਹੀ ਕਈ ਵਾਰ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਜਿਵੇਂ ਮਿਥਿਹਾਸ ਨੂੰ ਨਾ ਸਮਝਦੇ ਹਾਂ, ਬਈ ਮੈਂ ਸਿਰਫ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਲੇਖਕ ਨਾ ਚੁਣਦਾ ਕਿਵੇਂ ਹੈ ਆਪਣੀ ਗੱਲ ਕਹਿਣ ਲਈ, ਚੋਣ ਕਿਵੇਂ ਕਰਦਾ। ਉਹ ਜਿਹੜਾ ਵੱਡਾ ਲੇਖਕ ਹੈ ਉਹ ਓਡੀ ਵੱਡੀ ਉਹਦੀ ਚੋਣ ਹੋਊਗੀ ਅਤੇ ਉਹਦੇ ਹੈਰਾਨ ਕਰਨ ਵਾਲੀ ਚੋਣ ਹੋਊਗੀ, ਜਿਵੇਂ ਆ ਪਾਰਵਤੀ ਵਾਲੀ ਸੀਗੀ, ਗੱਲ ਤਾਂ ਉਹਨੇ ਉਹ ਦਿਖਾਉਣੀ ਸੀ ਲੇਕਿਨ ਚੁਣੀ ਪਾਰਵਤੀ। ਇਵੇਂ ਹੀ ਨਾ ਕਦੇ ਕਦੇ ਮੇਰੇ ਗੱਲ ਖਿਆਲ ਆਉਂਦੀ ਆ, ਹੁਣ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਦਲਜੀਤ ਕੌਰ ਨੂੰ ਬੈਠੀ ਇਹ ਗੱਲਾਂ ਬਹੁਤ ਡਰ ਕੇ ਕਰਨਾ,
ਪਰ ਮਿਥਿਹਾਸ ਦੇ ਕਿਉਂਕਿ ਮੇਰੇ ਕੋਲ ਵੀ ਹੱਕ ਨੇ ਵੀ ਮੈਂ ਆਪਣੇ ਮਾਹਰੇ ਕੱਢ ਸਕਾਂ, ਇਸ ਲਈ ਮੈਂ ਜਿਹੜੇ ਮੀਨਿੰਗ ਕੱਢਦਾ। ਅਤੇ ਆਪਾਂ ਨੇ ਉਹ ਗੱਲ ਕੀਤੀ ਸੀ ਭੀਮ ਦੇ ਹਾਥੀਆਂ ਬਾਰੇ, ਹੈ ਨਾ, ਵੀ ਭੀਮ ਨੇ ਹਾਥੀ ਫੜੇ ਪੂਛ ਤੋਂ ਅਤੇ ਭਗਾ ਕੇ ਮਾਰੇ। ਮੈਂ ਨਾ ਇਹਨੂੰ ਐਵੇਂ ਸਮਝਦਾ ਹੁੰਦਾ ਗੱਲ ਵੀ ਬੰਦੇ ਦੇ ਮਨ 'ਚ ਇਹ ਇੱਛਾ ਪੈਦਾ ਹੋਈ ਹੋਈ ਹੈ ਵੀ ਯਾਰ ਮੈਂ ਨਾ ਇਸ ਸ੍ਰਿਸ਼ਟੀ ਦਾ ਸਭ ਤੋਂ ਚੇਤਨ ਸਭ ਤੋਂ ਤਾਕਤਵਰ ਬੰਦਾ, ਉਹਨੇ ਇਹ ਇਹ ਆਪਣੀ ਇੱਛਾ ਪੂਰੀ ਕਰਨੀ ਹੈ, ਇਹ ਦਰਸਾਉਣਾ। ਫਿਰ ਉਹ ਕਰਦਾ ਕੀ ਹੈ, ਤੁਸੀਂ ਬਾਇਨਰੀ ਦੇਖੋ ਕਿਵੇਂ ਸਿਰ 'ਚ ਰਿਹਾ ਉਹ, ਕਿ ਇਹ ਨਹੀਂ ਲੈ ਕੇ ਆਉਂਦਾ। ਪਹਿਲਾਂ ਤਾਂ ਦੁਨੀਆ ਦਾ ਸਭ ਤੋਂ ਉਸ ਵੇਲੇ ਦਾ ਤਾਕਤਵਰ ਜੀਵ ਚੁਣਦਾ ਬੰਦੇ ਦੇ ਸਾਹਮਣੇ ਹਾਥੀ। ਲੜਾਈ ਮਤਲਬ ਹੁਣ ਕਿਉਂਕਿ ਉਦੋਂ ਸਰੀਰ ਦੀ ਲੜਾਈ ਹੈ, ਸਰੀਰ ਦਾ ਤਾਕਤਵਰ ਹੋਣਾ ਤੁਹਾਨੂੰ ਤਾਕਤ ਦਿੰਦਾ, ਉਹ ਤੁਹਾਨੂੰ ਸਮਰੱਥਾ ਦਿੰਦਾ, ਉਹ ਤੁਹਾਨੂੰ ਸੱਤਾ ਦਿੰਦਾ, ਸਰੀਰ ਜਿਹਦਾ ਤਕੜਾ ਅਤੇ ਉਹਦਾ ਸਭ ਤੋਂ ਤਾਕਤਵਰ ਜੀਵ ਚੁਣ ਲੈਂਦਾ ਹਾਥੀ। ਹੁਣ ਉਹਦੇ ਮੁਕਾਬਲੇ 'ਤੇ ਲਿਆਉਣਾ, ਹੁਣ ਉਹਦੇ ਮੁਕਾਬਲੇ 'ਤੇ ਭਾਈ ਉਹ ਕਿਸੇ ਵੱਡੇ ਯੋਧੇ ਨੂੰ ਲਿਆ ਸਕਦਾ ਸੀ, ਬੜੇ ਬੜੇ ਬੰਦੇ ਸੀਗੇ ਜਿਹਨਾਂ ਨਾਲ ਉਹ ਹਾਥੀ ਲੜਾ ਸਕਦਾ ਸੀ, ਜਿਹਦੀ ਗੱਲ ਕੀਤੀ ਜਾ ਸਕਦੀ ਸੀ। ਲੇਕਿਨ ਕਰਿਆ ਕੀ ਕਿ ਇੱਕ ਬੱਚਾ ਭੀਮ, ਉਹ ਬੱਚਾ ਜਾਣੀ ਜਦੋਂ ਦੀ ਉਹ ਸਾਨੂੰ ਗੱਲ ਦੱਸੀ ਜਾਂਦੀ ਹੈ, ਬੜੇ ਵਰਜਨ ਨੇ ਵਰਜਨ ਇਹ ਆ ਕਿ ਉਹ ਬੱਚਾ ਖੇਡਦਾ ਅਤੇ ਬੱਚਾ ਹਾਥੀ ਨੂੰ ਫੜ ਕੇ ਪੂਛ ਤੋਂ ਘੁਮਾਉਂਦਾ। ਮਤਲਬ ਹੁਣ ਬੰਦੇ ਦੀ ਤਾਕਤ ਅਕੁਆਇਰ ਕਰਨ ਦੀ ਇੱਛਾ ਨਾਲ ਜੂਝਣਾ ਉਹਨੇ, ਅਤੇ ਉਹਦੇ ਲਈ ਉਹ ਚੋਣ ਕਿਹਦੀ ਕਰਦਾ, ਕੁਦਰਤ 'ਚ ਸਭ ਤੋਂ ਤਾਕਤਵਰ ਜੀਵ ਦੀ ਜਿਹੜਾ ਉਹਦੇ ਸਾਹਮਣੇ ਖੜਾ, ਅਤੇ ਆਪਣੇ 'ਚੋਂ ਸਭ ਤੋਂ ਕਮਜ਼ੋਰ ਦੀ ਜਿਹੜਾ ਬੱਚਾ ਹੈ ਜੇ ਖੇਡਦਾ ਫਿਰਦਾ। ਤਾਂ ਇਵੇਂ ਜਦੋਂ ਸਾਨੂੰ ਕੁਲਵੰਤ ਸਿੰਘ ਵਿਰਕ ਉਹਨਾਂ ਨੇ ਕਿਲੇ ਢਾਂਦੇ ਦਿਖਾਉਣੇ ਨੇ, ਜਗੀਰੂ ਕਿਲੇ ਢਾਂਦੇ ਦਿਖਾਉਣੇ ਨੇ, ਫਿਰ ਉਹ ਕਿਸੇ ਮਾੜੇ ਮੋਟੇ ਖੇਤੀ ਕਰਨ ਵਾਲੇ ਬੰਦੇ ਦੀ, ਮਾੜੇ ਮੋਟੇ ਜ਼ਿਮੀਂਦਾਰ ਦੀ, ਕਿਸਾਨ ਦੀ ਗੱਲ ਨਹੀਂ ਕਰਦਾ, ਉਹ ਆਲਾ ਸਿੰਘ ਦੀ ਗੱਲ ਕਰਦਾ। ਤਾਂ ਮੈਂ ਜਿਹੜੀ ਗੱਲ ਤੁਹਾਨੂੰ ਸਮਝਾਉਣੀ ਸੀ ਕਿ ਕਹਾਣੀ ਲਿਖਣ ਵੇਲੇ ਲੇਖਕ ਇਸ ਗੱਲ ਦਾ ਖਿਆਲ ਰੱਖਦਾ ਕਿ ਉਹ ਆਪਣੀ ਗੱਲ ਨੂੰ ਕਿੱਡੀ ਗਹਿਰਾਈ ਤੱਕ ਕਹਿ ਸਕਦਾ, ਅਤੇ ਉਹਦੇ ਲਈ ਉਹ ਘਟਨਾਵਾਂ ਦੀ ਅਤੇ ਬੰਦਿਆਂ ਦੀ ਚੋਣ ਇਵੇਂ ਕਰਦਾ। ਦੂਜੀ ਗੱਲ ਹੁਣ ਜਦੋਂ ਬੰਦਾ ਬਦਲਦਾ, ਬੰਦਾ ਜਦੋਂ ਕਮਜ਼ੋਰ ਹੁੰਦਾ ਚਲਿਆ ਜਾਂਦਾ ਹੈ, ਜਦੋਂ ਜ਼ਮਾਨਾ ਬਦਲਦਾ, ਤਾਂ ਅਸੀਂ ਨਾ ਦੋ ਚੀਜ਼ਾਂ 'ਚ ਦੇਖਦੇ ਹਾਂ। ਕਾਹਦੇ 'ਚ? ਪਹਿਰਾਵਾ ਬਦਲਦਾ ਅਤੇ ਬੰਦਿਆਂ ਦੇ ਸਵਾਦ ਬਦਲਦੇ ਨੇ। ਸਾਡੇ ਵੇਲੇ 'ਚ ਜਿਹੜਾ ਮੇਰੇ ਵੇਲੇ 'ਚ ਜਿਹੜੇ 'ਚ ਮੈਂ ਯੂੰ ਕਰ ਰਿਹਾ ਕਿ ਬਾਜ਼ਾਰੂ ਚੀਜ਼ਾਂ ਲਿਆ ਕੇ ਖਾਣ ਦਾ ਨੌਂ ਥੇ ਨਹੀਂ ਸੀ ਹੁੰਦਾ। ਮਤਲਬ ਸਵਾਦ ਕਿਵੇਂ ਬਦਲਦੇ ਨੇ, ਹੈ ਨਾ, ਬੰਦਾ ਜ਼ਮਾਨਾ ਕਿਵੇਂ ਬਦਲਦਾ। ਹੁਣ ਪਰਿਵਾਰਾਂ ਦੇ ਪਰਿਵਾਰ ਨੇ ਈਵਨ ਸਾਡਾ ਵੈਸੇ ਸਾਡਾ ਪਿੰਡ ਨੇੜੇ ਆ ਸ਼ਹਿਰ ਤੋਂ, ਲੇਕਿਨ ਹਰ ਰੋਜ਼ ਇੱਕ ਦੋ ਪਰਿਵਾਰ ਇਹੋ ਜਿਹੇ ਨੇ ਜਿਹੜੇ ਰਾਤ ਨੂੰ ਕੁਛ ਖਾਣ ਲਈ ਸ਼ਹਿਰੋਂ ਮੰਗਾ ਲੈਂਦੇ ਨੇ। ਜ਼ੋਮੈਟੋ ਵਾਲੇ ਸਾਡੇ ਪਿੰਡ ਨੂੰ ਆਉਂਦੇ ਜਾਂਦੇ ਦੇਖੇ ਗਏ। ਉਹਦਾ ਸਵਾਦ ਬਦਲਦਾ। ਹੁਣ ਤੁਸੀਂ ਇਹ ਦੱਸਣਾ ਲੇਖਕ ਨੇ ਵੀ ਇਹ ਬਦਲਦਾ, ਉਹ ਪਹਿਲੀ ਗੱਲ ਕੀ ਕਰਦਾ ਕਿ ਉਹਦਾ ਸਾਰਾ ਕੁਛ ਕਾਇਮ ਹੈ, ਆਲਾ ਸਿੰਘ ਦਾ ਸਾਰਾ ਕੁਛ ਕਾਇਮ ਹੈ, ਪਰ ਉਹਦੇ ਨਾਲ ਥੋੜ੍ਹੇ ਜਿਹੇ ਦੰਦ ਖਰਾਬ ਹੋਏ ਹੋਏ ਨੇ।
ਮਤਲਬ ਉਹ ਦੰਦਾਂ ਦਾ ਹੀ ਜ਼ਿਕਰ ਕਿਉਂ ਕਰਦਾ? ਮੈਂ ਇਹਨੂੰ ਐਵੇਂ ਸਮਝਦਾ ਕਿ ਉਹਨੇ ਜ਼ਮਾਨੇ ਦੀ ਤਬਦੀਲੀ ਦਿਖਾਉਣੀ ਹੈ। ਅਤੇ ਸਭ ਤੋਂ ਪਹਿਲਾਂ ਕਿਹੜੀ ਚੀਜ਼ ਤੁਹਾਨੂੰ ਦਿਖਾਉਂਦਾ ਵੀ ਕਮਜ਼ੋਰ ਕਿੱਥੋਂ ਹੋ ਗਿਆ? ਇਹ ਦੰਦਾਂ ਤੋਂ ਹੋ ਗਿਆ। ਹੁਣ ਸਵਾਦ ਹੈ, ਜਿਹੜੇ ਨਵੇਂ ਜ਼ਮਾਨੇ ਵਾਲੇ ਉਹ ਸਵਾਦ ਉਹਨੂੰ ਨਾ ਆਉਂਦੇ ਨਹੀਂ ਹੈਗੇ। ਦੁਨੀਆ ਉਹਦੇ ਲਈ ਸਵਾਦ ਦੀ ਸਵਾਦਲੀ ਨਹੀਂ ਰਹੀ, ਇਹਦੇ ਸੰਕੇਤ ਦਿੰਦਾ ਉਹ, ਹੈ ਨਾ। ਤਾਂ ਹੁਣ ਦੰਦ ਨੇ ਜਿਹੜੇ, ਇਹ ਆਪਣੇ ਆਪ 'ਚ ਜੇ ਤੁਸੀਂ ਦੰਦ ਦੇਖੋ ਨਾ, ਇਕੱਲਾ ਇਕੱਲਾ ਸ਼ਬਦ ਦੰਦ, ਤਾਂ ਇਹ ਸਮਰੱਥਾ ਦੀਆਂ, ਬੰਦੇ ਦੀ ਸਮਰੱਥਾ ਵੀ ਦੱਸਦੇ ਨੇ। ਅਸੀਂ ਕੀ ਕਹਿੰਦੇ ਵੀ ਤੈਨੂੰ ਕੀ ਦੰਦੀ ਵੱਢਦਾ? ਇਹਦਾ ਮਤਲਬ ਹੈ ਹੁਣ ਭਾਈ ਉਹ ਦੰਦੀ ਵੱਢਣ ਜੋਗਾ ਨਹੀਂ ਰਿਹਾ। ਫਿਰ ਸਮਝ ਆਈ ਨਾ ਵੀ ਉਹ ਦੰਦ ਨੂੰ, ਉਹਦੇ ਦੰਦਾਂ ਦੇ ਜਾਣ ਨੂੰ ਕਿਵੇਂ ਲੈਂਦਾ? ਅਸੀਂ ਕਹਿੰਦੇ ਹਾਂ ਸਾਡੇ ਮੁਹਾਵਰਾ ਵੀ ਜੇ ਸੱਪ ਮਾਰਨਾ, ਸੱਪ ਫੜ ਲਿਆ ਤੁਸੀਂ, ਹੁਣ ਉਹਨੂੰ ਨਿਕੰਮਾ ਕਰਨਾ, ਕੀ ਕਰਨਾ? ਸਭ ਤੋਂ ਪਹਿਲਾਂ ਦੰਦ ਕਰ ਦੋ। ਤਾਂ ਮੈਂ ਕਹਿਣਾ ਇਹ ਚਾਹੁੰਦਾ ਕਿ ਉਹ ਸਾਰੀਆਂ ਉਹਦੀਆਂ ਸਰੀਰਕ ਸਮਰੱਥਾਵਾਂ 'ਚੋਂ ਜਿਹਦੇ 'ਚ ਉਹਦੀ ਨਿਗਾਹ ਕਾਇਮ ਹੈ, ਉਹ ਅਜੇ ਵੀ ਮੁਧਰ ਫੇਰ ਸਕਦਾ, ਅਜੇ ਵੀ ਉਹ ਭਰੀ ਚੁਕਾ ਸਕਦਾ, ਅਜੇ ਵੀ ਆਹ ਕੰਮ ਕਰ ਸਕਦਾ, ਉਹਦਾ ਵਰਣਨ ਕਰਦਾ ਲੇਖਕ। ਲੇਕਿਨ ਦੰਦ ਕਮਜ਼ੋਰ ਪੈ ਗਏ, ਦੰਦ ਨਹੀਂ ਹੈਗੇ, ਹੈ ਨਾ। ਇਹਦਾ ਮਤਲਬ ਦੰਦ ਨਿਕਲਣੇ ਸ਼ੁਰੂ ਹੋ ਗਏ। ਸੱਪ ਦੀ ਤੁਸੀਂ ਉਹ ਜ਼ਹਿਰ ਦਾ ਥੋੜ੍ਹਾ ਜਿਹਾ ਘੱਟ ਕਰ ਲਿਆ ਕੰਮ, ਉਹਦੇ ਦੰਦ ਕੱਟਦੇ। ਮਤਲਬ ਮੈਂ ਇਹ ਸਮਝਦਾ ਕਿ ਉਹ ਦੰਦਾਂ 'ਤੇ ਕਿਉਂ ਜ਼ੋਰ ਦਿੰਦਾ? ਉਹਦੀ ਨਿਗਾਹ ਕਮਜ਼ੋਰ ਦਿਖਾ ਦਿੰਦਾ, ਉਹਦਾ ਤੁਰਨਾ ਕਮਜ਼ੋਰ ਦਿਖਾ ਦਿੰਦਾ, ਉਹਦੀਆਂ ਬਾਹਾਂ ਕਮਜ਼ੋਰ ਦਿਖਾ ਦਿੰਦਾ? ਇਹ ਨਹੀਂ ਦਿਖਾਇਆ ਉਹਨੇ, ਉਹਨੇ ਦੰਦ ਹੀ ਕਿਉਂ ਦਿਖਾਏ? ਤਾਂ ਮੈਂ ਸਮਝਦਾ ਕਿ ਸਾਡੇ ਸੱਭਿਆਚਾਰ 'ਚ ਵੀ, ਸਾਰੇ ਸੱਭਿਆਚਾਰ 'ਚ ਹੋਊਗਾ ਕਿ ਦੰਦਾਂ ਨੂੰ ਅਸੀਂ ਇਸ ਤਰ੍ਹਾਂ ਵੀ ਦੇਖਦੇ ਹਾਂ ਅਤੇ ਸਮਝਦੇ ਹਾਂ, ਠੀਕ ਹੈ। ਅਤੇ ਇਹਦੇ ਹੀ ਬਹਾਨੇ ਉਹ ਸਾਨੂੰ ਦੱਸਦਾ ਕਿ ਪੇਂਡੂ ਰਹਿਤਲ 'ਚ ਭਾਈ ਬੰਦੇ, ਹੁਣ ਜਦ ਤੁਸੀਂ ਪੜ੍ਹਦੇ ਹੋ ਤਾਂ ਉਹ ਕਾਹਦੇ ਨਾਲ ਜੋੜਦਾ? ਗੰਨੇ ਚੂਪਣ ਨਾਲ, ਚੀਜ਼ਾਂ ਭੰਨਣ ਨਾਲ, ਹੈ ਨਾ, ਜਿਹੜੀਆਂ ਹੁਣ ਅਸੀਂ ਬਿਲਕੁਲ ਨਹੀਂ ਕਰਦੇ। ਮਤਲਬ ਤੁਹਾਨੂੰ ਕਹਾਣੀ ਆਪਣੇ ਯੁੱਗ 'ਚ ਕਿਵੇਂ ਲੈ ਕੇ ਜਾਊਗੀ, ਉਹਦੇ ਉਹਦੇ ਵੇਰਵੇ ਨੇ। ਹੁਣ ਸਰੀਰਕ ਕੰਮ ਕਰਨ ਦਾ ਯੁੱਗ ਹੈ ਜਿਹਦੀ ਉਹ ਗੱਲ ਕਰਦਾ, ਹੁਣ ਉਹਨੇ ਲੈ ਕੇ ਆਉਣਾ ਹੈ। ਮਤਲਬ ਦੋ ਗੱਲਾਂ ਇਹਦੇ 'ਚ ਉਹ ਮੈਂ ਸਮਝਦਾ ਵੀ ਲੇਖਕ ਕਰਦਾ ਕਿ ਬੰਦਾ ਜਿਹੜਾ ਕੰਮ ਕਰਦਾ, ਲੇਕਿਨ ਕਿਉਂਕਿ ਉਹ ਜਗੀਰੂ ਸਮਾਜ ਹੈ, ਖੇਤੀ ਨਾਲ ਸੰਬੰਧਿਤ ਹੈ, ਖੇਤ 'ਚ ਕੰਮ ਕਰਦਾ, ਅਤੇ ਖੇਤ 'ਚ ਕੰਮ ਕੌਣ ਕਰਦਾ? ਬਲਦ ਕਰਦਾ, ਹਲ ਬੈਲ ਬਣਦਾ ਜਿਹੜਾ ਜਾਨਵਰ ਖੇਤ 'ਚ ਸਾਡਾ ਸਾਥੀ ਹੈ ਪੰਜਾਬ 'ਚ, ਉਹ ਬੈਲ ਹੈ। ਇਸ ਲਈ ਉਹ ਨਾਲ ਦੀ ਨਾਲ ਉਸੇ ਵੇਲੇ ਜਦੋਂ ਸਮਰੱਥਾ ਦੀ ਗੱਲ ਕਰਦਾ ਤਾਂ ਉਹ ਨਾਲ ਦੀ ਨਾਲ ਇੱਕ ਬੁੜਾ ਬਲਦ ਉਹਦੇ ਘਰ 'ਚ ਦਿਖਾਉਂਦਾ, ਧੌਲਾ ਢੱਗਾ, ਜਿਹਦੀਆਂ ਫਿਰ ਉਹ ਤੁਹਾਨੂੰ ਪਹਿਲਾਂ ਇਹ ਦੱਸਦਾ ਕਿ ਬਈ ਇਹ ਕਿੱਡਾ ਬਲਸ਼ਾਲੀ ਸੀ, ਜਦੋਂ ਇਹ ਬੱਚਾ ਹੁੰਦਾ ਸੀ ਤਾਂ ਇਹ ਕੀ ਕਰਦਾ ਸੀ। ਤੁਹਾਨੂੰ ਉਸ ਬੱਚੇ ਰਾਹੀਂ ਇੱਕ ਸੁਸਾਇਟੀ 'ਚ ਇੱਕ ਬੰਦੇ ਦੀ ਕੀਮਤ ਕਿਹੜੀਆਂ ਕਿਹੜੀਆਂ ਗੱਲਾਂ ਨਾਲ ਪੈਦਾ ਹੁੰਦੀ ਹੈ, ਜਾਂ ਉਹ ਆਪਣਾ ਜ਼ੋਰ, ਆਪਣੀ ਐਗਜ਼ਿਸਟੈਂਸ ਕਿਹੜੀਆਂ ਕਿਹੜੀਆਂ ਗੱਲਾਂ ਨਾਲ ਦਿਖਾਉਂਦਾ, ਜਿਹੜਾ ਉਹਦਾ ਯੁੱਗ ਹੈ ਆਲਾ ਸਿੰਘ ਦਾ। ਅਤੇ ਉਹਦੇ ਲਈ ਉਹ ਚਾਹੁੰਦਾ ਇੱਕ ਬਲਦ ਨੂੰ
ਧੱਗੇ ਨੂੰ ਜਿਹੜਾ ਉਤਪਾਦਕ ਸ਼ਕਤੀ ਨਾਲ ਜੁੜਿਆ ਹੋਇਆ। ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਹੁਣ ਜਦੋਂ ਨਵੇਂ ਯੁੱਗ 'ਚ ਆਉਂਦੇ ਹੋ ਤਾਂ ਤੁਹਾਡੀਆਂ ਉਹ ਉਤਪਾਦਕ ਸ਼ਕਤੀਆਂ ਵੀ ਬਦਲਦੀਆਂ ਨੇ। ਅਤੇ ਤੁਹਾਡੇ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਸਾਡੇ ਹੁਣ ਮਤਲਬ ਸਾਨੂੰ ਨਾ ਇੱਕ ਮੁਹਾਵਰਾ ਹੁੰਦਾ ਸੀ, ਉਹ ਸਾਰੀ ਆਪਣੇ ਸਾਰਿਆਂ ਦੇ ਹੁੰਦਾ ਸੀ, ਉਹ ਕਹਿੰਦੇ ਵੀ ਭਾਈ ਵੀ ਸਾਡੀ ਫਲਾਣਾ ਬਹੂ ਦੇ ਮੁੰਡਾ ਹੋ ਜਾਵੇ ਅਤੇ ਗਊ ਚਾਹੇ ਬੱਛਾ ਹੀ ਦੇ ਦੇਵੇ। ਤੁਹਾਡੇ ਮੁਹਾਵਰਾ ਸਮਝ ਆਉਂਦਾ ਨਾ ਦੋ ਚੀਜ਼ਾਂ ਨੂੰ ਜਦੋਂ ਇਹ ਬਰਾਬਰ ਰੱਖ ਕੇ ਚੱਲਦਾ ਕਿ ਗਊ ਚਾਹੇ ਬੱਛਾ ਹੀ ਦੇ ਦੇਵੇ। ਅਤੇ ਹੁਣ ਜਦੋਂ ਪਲਟੇ ਹੋਏ ਯੁੱਗ ਦੀ ਉਹਨੇ ਗੱਲ ਕਰਨੀ ਹੈ, ਫਿਰ ਤੁਸੀਂ ਹੁਣ ਸੜਕਾਂ 'ਤੇ ਦੇਖੋ ਅਤੇ ਉਹ ਬੱਚੇ ਜਿਨ੍ਹਾਂ ਨੂੰ ਮੁੰਡਿਆਂ ਦੇ ਬਰਾਬਰ ਮੰਗਦੇ ਸੀ ਅਸੀਂ, ਉਹ ਤੁਹਾਨੂੰ ਸੜਕਾਂ 'ਤੇ ਤੁਰੇ ਫਿਰਦੇ ਨਜ਼ਰ ਆਉਂਦੇ ਨੇ। ਉਤਪਾਦਕ ਸ਼ਕਤੀਆਂ ਜਿਨ੍ਹਾਂ ਨੇ ਉਤਪਾਦਨ 'ਚ ਯੋਗਦਾਨ ਦੇਣਾ, ਤੁਹਾਡੀ ਉਪਜੀਵਿਕਾ ਚਲਾਉਣੀ ਹੈ, ਉਹ ਕਿਵੇਂ ਬਦਲਦੀਆਂ ਨੇ। ਹੁਣ ਉਹ ਉਹਦੇ ਲਈ ਲੈ ਕੇ ਆਉਂਦਾ ਬਲਦ ਕਿ ਜਿਹੜਾ ਸਾਰਾ ਕੁਛ ਇੰਨਾ ਕਰਦਾ ਸੀ, ਸ਼ਕਤੀ ਨਾਲ ਜੁੜਿਆ ਹੋਇਆ ਸੀ। ਅਤੇ ਹੁਣ ਇੱਕੋ ਹੀ ਘਰ 'ਚ ਨੇ ਉਹ ਦੋਏ, ਉਹ ਬੁੱਢਾ ਜਿਹੜਾ ਉਹ ਬੁੱਢਾ ਬਲਦ ਹੈ ਜਿਹੜਾ ਉਹ ਕਮਜ਼ੋਰ ਹੋਈ ਜਾ ਰਿਹਾ। ਜਿਹੜਾ ਜਿਵੇਂ ਪਿੰਡਾਂ 'ਚ ਅਸੀਂ ਕਹਿੰਦੇ ਹਾਂ ਕਿ ਪਿੰਡੇ 'ਤੇ ਮੱਖੀ ਨਹੀਂ ਸੀ ਬੈਠਣ ਦਿੰਦਾ, ਹੁਣ ਨਾ ਉਹਨੂੰ ਕੌਂ ਪੱਟੀ ਜਾਂਦੀ, ਉਹ ਵਿਚਾਰਾ ਕੌਂ ਉਡਾਉਣ ਜੋਗਾ ਵੀ ਨਹੀਂ ਰਿਹਾ। ਹੁਣ ਇਹਦਾ ਮਤਲਬ ਹੈ ਲੇਖਕ ਤੁਹਾਨੂੰ ਆਲਾ ਸਿੰਘ ਦੇ ਅੰਦਰ ਵਾਪਰਦੀ ਜਿਹੜੀ ਚੀਜ਼ ਹੈ, ਜਿਹੜਾ ਅਹਿਸਾਸ ਹੁੰਦਾ ਹੈ ਉਹਨੂੰ ਬੋਲ ਕੇ, ਤਾਂ ਉਹ ਸਿਰਫ ਇੱਕ ਵਾਰ ਉਹਨੇ ਅਖੀਰ 'ਚ ਕਹਿਣਾ, ਲੇਕਿਨ ਆਲਾ ਸਿੰਘ ਜਦੋਂ ਦੇਖਦਾ ਬਹੁਤ ਨੂੰ, ਉਹਦੇ ਅੰਦਰ ਆਪਣਾ ਵੇਲਾ ਕਿਵੇਂ ਯਾਦ ਆਉਂਦਾ, ਉਹ ਆਪਣੇ ਆਪ ਨੂੰ ਇਸ ਬਦਲੇ ਹੋਏ ਯੁੱਗ 'ਚ ਕਿਵੇਂ ਮਹਿਸੂਸ ਕਰਦਾ, ਉਹਦੇ ਲਈ ਉਹਨੇ ਕੀ ਕਰਿਆ, ਨਾਲ ਇੱਕ ਢੱਗਾ ਲਿਆ ਕੇ ਖੜਾ ਲਿਆ, ਜਿਹਦਾ ਜਿਹੜਾ ਉਹਦੇ ਵੇਲੇ ਦਾ ਸੀ, ਜਿਹੜਾ ਉਹਨੇ ਪਾਲਿਆ ਸੀ, ਜਿਹਨੇ ਉਹ ਸਾਰੇ ਕੰਮ ਕੀਤੇ ਸੀ, ਜਿਹਦੇ ਕਰਕੇ ਉਹਦੀ ਪੈਂਠ ਬਣੀ ਹੋਈ ਹੈ ਉਹਦਾ। ਅਤੇ ਮਤਲਬ ਇੱਥੇ ਤੱਕ ਮਤਲਬ ਹੈਗਾ ਨਾ ਕਿ ਜਦੋਂ ਪਿੰਡ ਬੰਨਿਆ ਗਿਆ। ਹੁਣ ਇੱਥੇ ਇੱਕ ਛੋਟੀ ਜਿਹੀ ਗੱਲ ਹੋਰ ਮੇਰੇ ਮਨ 'ਚ ਆਉਂਦੀ ਹੈ ਕਿ ਮਤਲਬ ਲੇਖਕ ਦਰਸਾਉਂਦਾ ਕਿਵੇਂ ਹੈ ਕਿ ਜਦੋਂ ਪਿੰਡ ਬੰਨਿਆ ਗਿਆ ਉਦੋਂ ਦੀ ਇੱਕ ਉਹ ਛੋਟੀ ਜਿਹੀ ਸਾਨੂੰ ਗੱਲ ਕਰਦਾ ਕਿ ਪਿੰਡ ਬੰਨਿਆ ਗਿਆ, ਕਿਹਦੇ ਕਿਹਦੇ ਕਿਹੜੀ ਜਾਤ ਦੇ ਕਿਹੜੇ ਕੰਮ ਕਰਨ ਵਾਲਿਆਂ ਦੇ ਕਿਹੜੇ ਕਿੱਤੇ ਵਾਲਿਆਂ ਦੇ ਘਰ ਕਿੱਥੇ ਕਿੱਥੇ ਹੋਣਗੇ, ਇਹਦਾ ਫੈਸਲਾ ਵੀ ਆਲਾ ਸਿੰਘ ਕਰਦਾ। ਅਤੇ ਇੱਥੇ ਇੱਕ ਵਿਸ਼ੇਸ਼ ਗੱਲ ਦੱਸਣੀ ਯਾਦ ਰੱਖਦਾ ਲੇਖਕ, ਮਤਲਬ ਮੈਨੂੰ ਐਂ ਲੱਗਦਾ ਕਿ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹਨਾਂ ਰਾਹੀਂ ਜਦੋਂ ਆਪਾਂ ਕਹਿੰਦੇ ਹਾਂ ਕਿ ਸਾਹਿਤ 'ਚ ਇਤਿਹਾਸ ਪਿਆ ਹੁੰਦਾ, ਸਹੀ ਸਾਹਿਤ 'ਚ ਇਤਿਹਾਸ ਕਿਵੇਂ ਪਿਆ ਹੁੰਦਾ ਕਿ ਜੀਵਨ ਦੀਆਂ ਲੋੜਾਂ ਨੇ, ਜਿਵੇਂ ਉਹਨੇ ਛੱਪੜ ਵਾਲਾ ਜਿਹੜਾ ਸੀਗਾ, ਅਤੇ ਮਤਲਬ ਕਹਾਣੀ ਤੁਸੀਂ ਤਾਜ਼ੀ ਪੜ੍ਹੀ ਹੋਵੇ ਕਿਸੇ ਨੇ, ਤਾਂ ਪਿੰਡਾਂ 'ਚ ਪਹਿਲਾਂ ਛੱਪੜ ਛੱਪੜਾਂ ਤੋਂ ਪਾਣੀ ਪੀਂਦੇ ਹੁੰਦੇ ਸੀ ਲੋਕ, ਪਰ ਉਹ ਛੱਪੜ ਵੀ ਕੋਈ ਐਂ ਨਹੀਂ ਹੁੰਦੇ ਕਿ ਇਸੇ ਹੀ ਛੱਪੜ 'ਚ ਡੰਗਰ ਨਹਾਉਂਦੇ ਨੇ, ਇਸੇ ਹੀ ਛੱਪੜ 'ਚ ਬੰਦੇ ਪਾਣੀ ਪੀਂਦੇ ਨੇ, ਹੈ ਨਾ। ਡੰਗਰਾਂ ਦਾ ਨਹਾਉਣਾ, ਉਸ ਛੱਪੜ ਦੀ ਸੇਵਾ ਸੰਭਾਲ, ਉਹ ਤਾਂ ਸਾਰੀ ਮਾਇਆ
ਮੇਰੇ ਉਮਰ ਦੇ ਬੰਦਿਆਂ ਨੇ ਵੀ ਦੇਖੀ ਆ, ਉਹ ਛੱਪੜ ਪਿੰਡਾਂ 'ਚ ਹੁੰਦੇ ਸੀ। ਪਰ ਪਹਿਲਾ ਸੀਗਾ ਇਲਾਕੇ ਤੋਂ ਜਿਹਨੇ ਪਿੰਡ 'ਚ ਇੱਕ ਪਿੰਡ ਸਾਂਝਾ ਖੂਹ ਲਵਾਇਆ। ਹੁਣ ਇੱਕ ਸਿੰਪਲ ਜਿਹੀ ਇਨਫੋਰਮੇਸ਼ਨ ਦਿੱਤੀ ਹੈ, ਸਾਨੂੰ ਲੱਗਦਾ ਵੀ ਕੋਈ ਗੱਲ ਨਹੀਂ ਹੈ, ਕਿਉਂਕਿ ਹੁਣ ਤਾਂ ਕੋਈ ਗੱਲ ਹੀ ਨਹੀਂ ਹੈਗੀ, ਹੁਣ ਤਾਂ ਖੂਹ ਦੀ ਵੀ ਕੋਈ ਗੱਲ ਨਹੀਂ, ਹੈ ਨਾ। ਹੁਣ ਤਾਂ ਅਸੀਂ ਉਹ ਮੋਟਰਾਂ ਵਾਲੀਆਂ ਤੋਂ ਵੀ ਜੇ ਕਿਤੇ ਕੰਪਲੇਨ ਵਾਲੀਆਂ ਕੋਈ ਗੱਲ ਕਰੇ ਤਾਂ ਉਹ ਵੀ ਸਮਝ ਨਹੀਂ ਆਉਣੀ ਸਾਨੂੰ, ਅਸੀਂ ਸਮਰਸੀਬਲਾਂ 'ਤੇ ਚਲੇ ਗਏ ਹੋਏ ਹਾਂ। ਪਰ ਉਸ ਯੁੱਗ 'ਚ ਕਿੱਡੀ ਗੱਲ ਰਹੀ ਹੋਊਗੀ, ਲੇਖਕ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਆਲੇ ਦੁਆਲੇ ਕਿਸੇ ਪਿੰਡ 'ਚ ਖੂਹ ਨਹੀਂ ਹੈਗਾ, ਉਹਨੇ ਲੋਕਾਂ ਦਾ ਖਿਹੜਾ ਖੂਹ ਦਾ ਪਾਣੀ ਪੀਣ ਤੋਂ ਛਡਾਇਆ। ਆਲਾ ਸਿੰਘ ਦੀ ਵਡਿਆਈ ਵੀ ਕਰਦਾ ਅਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਦਾ ਕਿ ਭਾਈ ਉਸ ਯੁੱਗ 'ਚ ਜਿਹੜੇ ਸਾਧਨ ਸੀਗੇ। ਵੈਸੇ ਜੇ ਕਿਤੇ ਤੁਸੀਂ ਇੰਨੀ ਇਹ ਤਾਂ ਆਪਾਂ ਥੋੜ੍ਹੀ ਗੱਲ ਕਰਨੀ ਹੈ, ਅਦਰਵਾਈਜ਼ ਜੇ ਤੁਸੀਂ ਇਸ ਗੱਲ 'ਤੇ ਹੀ ਕੋਈ ਬੰਦਾ ਲੱਭਣ ਤੁਰੇ ਨਾ ਕਿ ਇਸ ਗੱਲ ਨਾਲ ਪਿੰਡ ਦਾ ਕੀ ਹੁੰਦਾ ਸੀ ਕਿ ਜਦੋਂ ਟੋਭੇ ਹੁੰਦੇ ਸੀ ਤਾਂ ਜਿੰਨੀਆਂ ਫਸਲਾਂ, ਮਤਲਬ ਤੁਸੀਂ ਜੇ ਪੁਰਾਣੇ ਪਿੰਡਾਂ 'ਚ ਦੇਖੋ ਤਾਂ ਟੋਭਿਆਂ ਦੇ ਆਲੇ ਦੁਆਲੇ ਬਹੁਤ ਬੜੀਆਂ ਬੜੀਆਂ ਚਰੰਦਾਂ ਨੇ ਜਿੱਥੇ ਟੋਭੇ ਹੁੰਦੇ ਸੀ। ਸਾਰੀਆਂ ਫਸਲਾਂ ਲਿਆ ਕੇ ਉੱਥੇ ਪਿੰਡ ਲਾਉਂਦੇ ਹੁੰਦੇ ਸੀ, ਲੋਕ ਉੱਥੇ ਰਾਖੀ ਕਰਦੇ ਸੀ, ਉੱਥੇ ਪਾਣੀ ਸੀ ਬੰਦਿਆਂ ਦੇ ਪੀਣ ਲਈ ਅੱਡ। ਅਤੇ ਆਲਾ ਸਿੰਘ ਨੇ ਕੀ ਕੀਤਾ, ਇੱਕ ਤਾਂ ਕੰਮ ਖੂਹ ਲਵਾ ਤਾ, ਦੂਜਾ ਉਹਨੇ ਇੱਕ ਬਹੁਤ ਛੋਟੀ ਜਿਹੀ ਗੱਲ ਕਰਦਾ ਕਿ ਬਈ ਮੈਂ ਸ਼ਾਇਦ ਨੋਟ ਕੀਤੀ ਹੋਵੇ, ਮੇਰੇ ਕੀਤੀ ਹੋਈ ਹੈ ਕਿ ਉਹ ਉਹਨੇ ਨਾ ਆਪਣੇ ਪਿੰਡ ਦੇ ਕੰਮੀ ਕਮੀਣਾ ਖਾਤਰ ਅੱਡ ਹਾਤੇ ਬਣਾਏ। ਹੁਣ ਇਹ ਮਤਲਬ ਜਦੋਂ ਇੰਨੀ ਕੁ ਗੱਲ ਲੇਖਕ ਕਰਦਾ ਤਾਂ ਤੁਹਾਡੇ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਬਹੁਤ ਸਾਰੇ ਪਿੰਡਾਂ 'ਚ ਕਮੀਆਂ ਦੇ ਕਮੀਣਾਂ ਦੇ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਕੁੱਲ ਮਿਲਾ ਕੇ ਰਲਾ ਕੇ ਦਲਿਤ ਕਹਿ ਲੈਂਦੇ ਹਾਂ, ਉਹਨਾਂ ਦੀ ਰਿਹਾਇਸ਼ ਲਈ ਵੀ ਉਹ ਕਿਸੇ ਇੱਕ ਆਲਾ ਸਿੰਘ ਵਰਗੇ ਬੰਦੇ 'ਤੇ ਨਿਰਭਰ ਸੀਗੇ। ਹੁਣ ਸਾਨੂੰ ਇੱਥੇ ਆਲਾ ਸਿੰਘ ਬਾਕੀ ਦਿਆਂ ਦੇ ਮੁਕਾਬਲੇ ਥੋੜ੍ਹਾ ਜਿਹਾ ਅਗਾਂਹ ਵਧੂ ਵੀ ਨਜ਼ਰ ਆਊਗਾ। ਮਤਲਬ ਹੁਣ ਇੱਥੇ ਆਲਾ ਸਿੰਘ ਨਾਲ ਉਹ ਐਂ ਵੀ ਐਡਾ ਵੀ ਧੱਕਾ ਨਹੀਂ ਕਰਦਾ ਵੀ ਇਹ ਪੁਰਾਣੇ ਜ਼ਮਾਨੇ ਦਾ ਬੰਦਾ ਯਾਰ, ਇਹਦਾ ਤਾਂ ਖੜੀ ਸੋਚ ਵਾਲਾ ਬੰਦਾ। ਉਹਨੇ ਆਪਣੇ ਪਿੰਡ 'ਚ ਹਾਤੇ ਕਮੀਆਂ ਨੂੰ ਦਿੱਤੇ, ਜਾਣੀ ਕਿ ਪਿੰਡ ਨੂੰ ਸਾਂਝੇ ਤੌਰ 'ਤੇ ਜਿਉਣ ਦੇ ਜਿਹੜੇ ਸਾਧਨ ਨੇ ਉਹਨਾਂ ਦੀ ਵੰਡ ਹੈ ਜਿਹੜੀ ਕਿਵੇਂ ਹੁੰਦੀ ਹੈ। ਅਤੇ ਉਹ ਨਿਆਂਕਾਰੀ ਵੀ ਹੈਗਾ, ਛੱਪੜ ਤੋਂ ਖੂਹ ਤੱਕ ਲੈ ਕੇ ਜਾਂਦਾ, ਸਾਰੇ ਪਾਣੀ ਪੀਂਦੇ ਨੇ। ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਗੱਲ ਲੇਖਕ ਹੋਰ ਦੱਸਦਾ, ਹੁਣ ਇੱਥੇ ਤੱਕ ਉਹਨੇ ਕੀ ਕਰਿਆ, ਆਪਾਂ ਇਹ ਦੇਖਣ ਦੀ ਕੋਸ਼ਿਸ਼ 'ਚ ਹੈ ਕਿ ਲੇਖਕ ਨਾ ਸਾਨੂੰ ਆਪਣੀ ਗੱਲ ਤੱਕ ਲੈ ਕੇ ਕਿਵੇਂ ਆ ਰਿਹਾ। ਹੁਣ ਇੱਥੇ ਤੱਕ ਉਹਨੇ ਤੁਹਾਨੂੰ ਉਹਦੇ ਪਿੰਡ 'ਚ ਉਹਦੀ ਚੌਧਰ ਦਿਖਾ ਦਿੱਤੀ, ਉਹਦੀ ਮਰਜ਼ੀ ਦਿਖਾ ਦਿੱਤੀ, ਉਹਦਾ ਦਬਦਬਾ ਦਿਖਾ ਦਿੱਤਾ। ਇੱਥੋਂ ਤੱਕ ਕਿ ਪਿੰਡ ਉਹਨੇ ਵਸਾਇਆ, ਕੌਣ ਕਿੱਥੇ ਵਸੂ ਉਹਨੇ ਕਿਹਾ, ਪਾਣੀ ਕਿੱਥੋਂ ਪੀਵਾਂਗੇ ਉਹਨੇ ਤੈਅ ਕੀਤਾ, ਜਿਹੜੀਆਂ ਜੀਵਨ ਦੀਆਂ ਜ਼ਰੂਰੀ ਸ਼ਰਤਾਂ ਨੇ ਆਲਾ ਸਿੰਘ ਤੈਅ ਕਰ ਲਿਆ ਪਿੰਡ 'ਚ। ਪਰ ਨਾਲ ਦੀ ਨਾਲ ਹੁਣ ਗਾਹਾਂ ਸਰਕਾਰਾਂ ਵੀ ਚੱਲਦੀਆਂ ਨੇ, ਪਿੰਡ ਤੋਂ ਬਾਹਰ ਵੀ ਹੈਗਾ ਕੁਛ, ਅਤੇ ਉਹਦਾ ਇੱਕ ਚੀਜ਼ ਲੈ ਕੇ ਆਉਂਦਾ ਜਿਹੜੀ ਚੀਜ਼ ਸਾਨੂੰ ਬੜੀ, ਤੁਹਾਡੇ ਵੇਲੇ ਤਾਂ ਉਹ ਖਤਮੇ ਹੋ ਗਈ ਹੁਣ, ਪਰ ਸਾਡੇ ਵੇਲੇ ਉਹ ਬੜੀ ਖਾਸ ਗੱਲ ਸੀ, ਡਾਕਖਾਨਾ। ਕਿਉਂਕਿ ਆਜ਼ਾਦੀ ਤੋਂ ਪਹਿਲਾਂ ਦੀ ਲੜਾਈ ਕਹਾਣੀ ਆ, ਉਹ ਤਾਂ ਤੁਸੀਂ ਮਤਲਬ
ਸੋਚ ਨਹੀਂ ਸਕਦੇ ਕੀ ਹਾਲਤ ਹੋਊਗਾ ਕਿ ਮੈਂ 60ਵਿਆਂ ਤੋਂ ਬਾਅਦ ਦੀ ਗੱਲ ਕਰਦਾ ਉਦੋਂ ਪਿੰਡਾਂ 'ਚ ਡਾਕਖਾਨੇ ਸੀ ਹੁੰਦੇ ਹੁਣ ਉਹਦੀ ਸਰਕਾਰੀ ਦੇ ਬਾਰੇ ਪਹੁੰਚ ਇਸ ਤਰ੍ਹਾਂ ਦੀ ਹੈ ਕਿ ਉਹਨੇ ਆਪਣੇ ਪਿੰਡ 'ਚ ਡਾਕਖਾਨਾ ਲੈ ਆਉਂਦਾ ਅਤੇ ਉਹਦੀ ਚੌਧਰ ਦਿਖਾਉਣ ਲਈ ਇੱਕ ਹੋਰ ਗੱਲ ਕਰਦਾ ਉਹ ਕਿ ਵੀ ਉਹਨੂੰ ਨਾ ਆਪਣੀ ਵਿਡੱਤਣ ਦਾ ਅਹਿਸਾਸ ਵੀ ਹੈਗਾ ਕਿ ਨੇੜੇ ਪਿੰਡ 'ਚ ਇੱਕ ਵੱਡਾ ਜ਼ਮੀਨਦਾਰ ਜਿਹਨੂੰ ਮਲਿਕ ਸਾਹਿਬ ਕਹਿੰਦਾ ਉਹ ਰਹਿੰਦਾ ਪਰ ਉਹਦੇ ਪਿੰਡ ਡਾਕਖਾਨਾ ਨਹੀਂ ਹੈਗਾ ਉਹਦਾ ਅਖਬਾਰ ਆਲਾ ਸਿੰਘ ਦੇ ਪਿੰਡ ਅਤੇ ਆਲਾ ਸਿੰਘ ਨੂੰ ਆਪਣੀ ਇਸ ਚੌਧਰ ਦਾ ਪਤਾ ਵੀ ਹੈ ਮਾਣ ਵੀ ਹੈ ਅਤੇ ਇੰਜੋਏ ਵੀ ਕਰਦਾ ਉਹਦਾ ਨੌਕਰ ਜਦੋਂ ਹਰੇਕ ਐਤਵਾਰ ਅਖਬਾਰ ਲੈਣ ਆਉਂਦਾ ਨਾ ਤਾਂ ਉਹ ਲੇਖਕ ਕਹਿੰਦਾ ਵੀ ਉਹਨੂੰ ਪਤਾ ਹੁੰਦਾ ਸੀ ਵੀ ਇਹ ਕੀ ਕਰਨਾ ਹੈ ਲੇਕਿਨ ਇਹਦੇ ਬਾਵਜੂਦ ਉਹਨੂੰ ਪੁੱਛ ਰਿਹਾ ਵੀ ਅੱਜ ਫਿਰ ਚੌਧਰੀ ਸਾਹਿਬ ਕਿੱਧਰ ਅਤੇ ਉਹ ਦੱਸਦਾ ਵੀ ਅਖਬਾਰ ਲੈਣਾ ਉਹ ਅੱਛਾ ਐਤਵਾਰ ਹੋਣਾ ਫਿਰ ਅੱਗੇ ਪਤਾ ਉਹਨੂੰ ਹੈਗਾ ਸਭ ਕਾਸੇ ਦਾ ਲੇਕਿਨ ਉਹਨੂੰ ਜਤਾਉਣ ਖਾਤਰ ਵੀ ਭਾਈ ਦਿੱਤੇ ਤਾਂ ਮਤਲਬ ਡਾਕਖਾਨਾ ਵੀ ਨਹੀਂ ਲੱਗਿਆ ਇੱਧਰ ਦੇ ਸਾਡੇ ਲੱਗਿਆ ਹੋਇਆ ਮਤਲਬ ਹੁਣ ਇੱਥੇ ਲੇਖਕ ਕੀ ਕਰਦਾ ਕਿ ਉਹਦੀ ਚੜ੍ਹਤ ਉਸ ਵੇਲੇ ਦੀ ਮੈਂ ਜਿਹੜਾ ਕਿਹਾ ਨਾ ਕਿ ਉਹਨੇ ਸਭ ਤੋਂ ਤਾਕਤਵਰ ਬੰਦਾ ਲਿਆਉਣਾ ਫਿਰ ਉਹਨੂੰ ਸਿੱਟਣਾ ਤੁਹਾਨੂੰ ਤਾਂ ਟਿਗੜੀ ਦਾ ਅਹਿਸਾਸ ਹੋਣਾ ਨਾ ਵੀ ਕਿੱਡਾ ਵੱਡਾ ਕਿਲਾ ਡਿੱਗਿਆ ਪਹਿਲਾਂ ਉਹ ਕਿਲਾ ਅਸਾਰਦਾ ਅਤੇ ਇਹ ਉਸਾਰੀ 'ਚ ਉਹ ਇੱਕ ਹੋਰ ਇੱਟ ਲਾਉਂਦਾ ਨਵੀਂ ਕੀ ਕਰਦਾ ਕਿ ਉਹ ਤੁਹਾਨੂੰ ਇਹ ਦੱਸਦਾ ਕਿ ਬਹੁਤ ਮਹੱਤਵਪੂਰਨ ਕਥਨ ਹੈ ਮੇਰਾ ਮਨ ਸੀਗਾ ਕਿ ਮੇਰੇ ਕੋਲ ਟੈਕਸਟ ਹੁੰਦਾ ਅਤੇ ਮੈਂ ਨਾ ਤੁਹਾਨੂੰ ਉਹ ਪਹਿਲਾਂ ਪੜ੍ਹ ਕੇ ਸੁਣਾਉਂਦਾ ਜਿਹਦੇ 'ਚ ਉਹ ਬਿਆਨ ਕਰਦਾ ਵੀ ਉਹ ਕੀ ਕਰਦਾ ਸੀ ਹੁਣ ਉਹ ਕੀ ਕਰਦਾ ਕਿ ਇੱਥੇ ਪਿੱਛੇ ਜੇ ਤੁਹਾਡਾ ਪ੍ਰਵਾਸ 'ਤੇ ਸੈਮੀਨਾਰ ਵੀ ਕਰਿਆ ਤੁਸੀਂ ਅਤੇ ਤੁਸੀਂ ਤੁਹਾਨੂੰ ਆਹ ਗੱਲ ਸਮਝ ਆ ਜੂਗੀ ਜਿਹੜੀ ਉਹ ਕਰਦਾ ਕਿ ਜਿਹੜੇ ਆਬਾਦਕਾਰ ਬਾਹਰਲੇ ਆਬਾਦਕਾਰ ਨੇ ਹੈ ਨਾ ਉਹਦੇ ਪਿੰਡਾਂ 'ਚ ਦੂਰੋਂ ਨੇੜਿਓਂ ਆ ਕੇ ਹੋਰ ਵਸੇ ਹੋਏ ਪਿੰਡ ਨੇ ਉਹਦਾ ਉਹਨਾਂ ਨਾਲ ਵਰਤਾਅ ਕੀ ਹੈ ਤਾਕਤ ਹੈ ਇਸ ਲਈ ਕਦੇ ਕਦੇ ਉਹਨਾਂ ਦੀਆਂ ਫਸਲਾਂ ਵੀ ਵੱਢ ਲਿਆ ਹੁਣ ਲੇਖਕ ਕੀ ਕਰਦਾ ਮਤਲਬ ਤੁਸੀਂ ਇਹ ਦੇਖੋ ਕਿ ਹੁਣ ਤੱਕ ਉਹਨੇ ਆਲਾ ਸਿੰਘ ਨੂੰ ਇੱਕ ਪੋਜ਼ਿਟਿਵ ਨਾਇਕ ਦੇ ਤੌਰ 'ਤੇ ਉਭਾਰ ਕੇ ਤੁਹਾਡੇ ਸਾਹਮਣੇ ਲੈ ਜਾਂਦਾ ਲੇਕਿਨ ਹੁਣ ਉਹ ਤੁਹਾਨੂੰ ਦੱਸਦਾ ਕਿ ਉਸ ਵੇਲੇ ਦੇ ਜਿਹੜੇ ਚੌਧਰੀ ਸੀਗੇ ਜਿਹੜੇ ਵੱਡੇ ਬੰਦੇ ਹੁੰਦੇ ਸੀ ਨਾ ਉਹਨਾਂ ਲਈ ਕਿਹੜੀਆਂ ਗੱਲਾਂ ਜਿਹੜੀਆਂ ਸਾਨੂੰ ਧੱਕਾ ਲੱਗਦਾ ਅਨਿਆ ਲੱਗਦਾ ਉਹ ਕਿੰਨੀਆਂ ਸਹਿਜ ਸੀ ਤਾਂ ਕਬੂਲ ਕੀਤੀਆਂ ਜਾਂਦੀਆਂ ਸੀ ਉਹਨਾਂ ਦੀਆਂ ਫਸਲਾਂ ਵੱਢ ਲਿਆ ਮੈਂ ਬਦਲੇ 'ਚ ਜੇ ਕੋਈ ਉਹਦੇ ਪਿੰਡਾਂ 'ਚੋਂ ਡੰਗਰ ਚੋਰੀ ਹੋ ਜਾਂਦਾ ਉਹ ਵੀ ਮੁੜਾ ਲਿਆਉਂਦਾ ਮਤਲਬ ਹੁਣ ਇੱਕ ਬੰਦਾ ਜਿਹੜਾ ਅਸੀਂ ਨਾਇਕ ਸਥਾਪਿਤ ਕੀਤਾ ਸੀ ਤਾਂ ਉਸ ਵੇਲੇ ਦੇ ਇੱਕ ਨਾਇਕਤਵ ਦੀ ਆਵੀ ਗੱਲ ਵਿੱਚ ਲੇਖਕ ਸਾਨੂੰ ਦੱਸ ਗਿਆ ਕਿ ਬੰਦੇ ਆਏ ਇੰਨੀਆਂ 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 ਚੰਗੀਆਂ ਗੱਲਾਂ ਕਰਦੇ ਸੀ ਲੇਕਿਨ ਉਹ ਇਹਨੂੰ ਵੀ ਚੰਗਿਆ ਹੀ ਮੰਨੀ ਜਾਂਦੇ ਸੀ ਹੈ ਨਾ ਜਿਵੇਂ ਹੁਣ ਅਸੀਂ ਮੰਨੀ ਜਾਂਦੇ ਹਾਂ ਵੀ ਫਲਾਣੇ ਨੇ ਭਾਈ ਇੰਨੀਆਂ ਕੋਠੀਆਂ ਪਾ ਲਈਆਂ ਚਾਹੇ ਚਿੱਟਾ ਹੀ ਵੇਚਿਆ ਸਾਨੂੰ ਉਹ ਵੱਡਾ ਬੰਦਾ ਲੱਗਣ ਲੱਗ ਗਿਆ ਹੁਣ ਜਿਹੜਾ ਕੋਠੀਆਂ ਨਾਲ ਹੈ ਨਾ ਥੋੜ੍ਹੀ ਸ਼ੂਕ ਸਾਨੂੰ ਉਸ ਯੁੱਗ 'ਚ ਵੀ ਆਉਂਦੀ ਹੈ ਹੁਣ ਬੇਸਿਕਲੀ ਉਹਨੂੰ ਕੀ ਲੱਗਦਾ ਜਿਵੇਂ ਮੇਰੇ ਗੱਲ ਖਿਆਲ ਆਉਂਦੀ ਹੈ ਕਿ ਇਹ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਨਾ ਇਹ ਆਲਾ ਸਿੰਘ ਦੀਆਂ ਬਸਤੀਆਂ ਨੇ ਜਿਵੇਂ ਅਸੀਂ ਅੰਗਰੇਜ਼ਾਂ ਦੀ ਬਸਤੀ ਹੁੰਦਾ ਸੀ
ਮੈਂ ਕਹਿ ਰਿਹਾ ਨਾ ਵੀ ਭਾਈ ਕਾਲ ਪਿਆ ਬੰਗਾਲ 'ਚ, ਇੰਨੇ ਬੰਦੇ ਮਰ ਗਏ, ਪਰ ਉਹਦੇ ਉਹਦੀ ਉਹ ਘਾਟ ਤੋਂ ਇੰਨੇ ਜਹਾਜ਼ ਅੰਗਰੇਜ਼ ਭਰ ਕੇ ਕਣਕ ਦੇ ਲੈ ਗਿਆ ਇੰਗਲੈਂਡ ਨੂੰ, ਉੱਥੇ ਬੰਦੇ ਮਰ ਰਹੇ ਨੇ ਤੇ ਬਹੁਤ ਲੱਖਾਂ 'ਚ ਬੰਦੇ ਮਰੇ, ਅਤੇ ਉੱਥੇ ਅਨਾਜ ਇਕੱਠਾ ਕਰਕੇ ਉੱਥੇ ਲੈ ਗਿਆ। ਤਾਂ ਹੁਣ ਉਹ ਯੁੱਗ ਉਹ ਕੀ ਕਰਦਾ ਕਿ ਉਹਨੂੰ ਨਾ ਬਸਤੀਵਾਦ, ਯਾਨੀ ਤੁਹਾਨੂੰ ਬਸਤੀਵਾਦੀ ਮਾੜਾ ਜਿਹਾ ਖਿਆਲ ਇੱਥੇ ਆਉਣਾ ਚਾਹੀਦਾ ਕਿ ਕਿਵੇਂ ਉਹ ਆਲੇ ਦੁਆਲੇ ਦੇ ਪਿੰਡਾਂ ਨੂੰ ਆਪਣੀਆਂ ਹੀ ਬਸਤੀਆਂ ਸਮਝਦਾ। ਪਰ ਦੂਜੇ ਪਾਸੇ ਇੱਕ ਨਾ ਬਹੁਤ ਸੂਖਮ ਗੱਲ ਕਰਦਾ ਕਿ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਰਾਹੀਂ ਉਸ ਵੇਲੇ ਦੀ ਸੁਸਾਇਟੀ 'ਤੇ ਬੰਦਾ ਕਬਜ਼ਾ ਰੱਖ ਸਕਦਾ, ਕਿਹੜੀਆਂ ਰਹਿੰਦੀਆਂ ਨੇ ਅੱਜ ਦੇ ਯੁੱਗ ਦੀਆਂ ਹੋਰ ਨੇ, ਹੈ ਨਾ। ਹੁਣ ਉਹ ਕੀ ਹੈ, ਬੜੀ ਸੂਖਮ ਜਿਹੀ ਗੱਲ ਹੈ ਇੱਕ ਕਿ ਉਹਦੇ ਪਿੰਡ ਦੀ ਇੱਕ ਕੁੜੀ ਜਵਾਈ ਤੁਰੇ ਆਉਂਦੇ ਨੇ ਅਤੇ ਉਹਨੂੰ ਪੁੱਛਦਾ ਵੀ ਕਿੱਥੇ ਜਾਣਾ। ਵੈਸੇ ਮੈਂ ਨਾ ਪਤਾ ਨਹੀਂ ਮਤਲਬ ਕਿ ਮੈਨੂੰ ਇਹ ਲੱਗਦਾ ਸੀ ਕਿ ਇਸ ਪਿੰਡ ਕਹਾਣੀ 'ਚ ਉਜਾੜ 'ਚ ਪਿੰਡ ਦਾ ਨਾਂ ਆਉਣਾ ਨਹੀਂ ਸੀ ਚਾਹੀਦਾ, ਹੈ ਨਾ। ਫਿਰ ਸਾਨੂੰ ਇਹ ਇੱਕ ਯੁੱਗ ਦੀ ਜਾਣੀ ਮੈਨੂੰ ਸੱਚਮੁੱਚ ਇਸ ਵੇਲੇ ਦੇ ਉਹ ਸਭ ਕਾਸੇ ਦੀ ਕਹਾਣੀ ਹੈ ਜਿਹੜੀ ਉਹ ਲੱਗਦੀ ਹੈ, ਪਰ ਉਹ ਇੱਕ ਥੋਂ ਆਇਆ ਹੋਇਆ ਨਾਂ ਅਤੇ ਉਦੋਂ ਪੁੱਛਦਾ ਕਿ ਕਿੱਥੇ ਜਾਣਾ, ਹੈ ਨਾ, ਅਤੇ ਉਹਦੇ ਪਿੰਡ ਦਾ ਨਾਂ ਹੈ ਬਹਾਲਕੀ ਜਾਂ ਕੁਛ ਇਸ ਤਰ੍ਹਾਂ ਦਾ, ਹੈ ਨਾ, ਵੀ ਉੱਥੇ ਜਾਣਾ ਕਿਹਨਾਂ ਦੀ ਕੁੜੀ ਹੈ ਭਾਈ, ਅਤੇ ਉਹ ਆਪਣੀ ਨਾ ਘੋੜੀ ਉਹਨੂੰ ਦੇ ਦਿੰਦਾ ਵੀ ਲੈ ਤੁਸੀਂ ਘੋੜੀ 'ਤੇ ਜਾਓ ਭਾਈ, ਪਿੰਡ ਦੀ ਧੀ ਭੈਣ ਇੰਨੀ ਚੰਗੀ ਲੱਗਦੀ ਤੁਸੀਂ। ਅਤੇ ਮੁੜ ਕੇ ਜਦੋਂ ਉਹ ਘੋੜੀ ਮੋੜਨਾ ਆਉਂਦੇ ਨੇ ਉਹ ਕਹਿੰਦਾ ਯਾਰ ਦੇ ਤੀ ਕੁੜੀ ਨੂੰ, ਪਿੰਡ ਦੀ ਧੀ ਮੇਰੀ। ਮਤਲਬ ਤੁਸੀਂ ਦੇਖਦੇ ਹੋ ਨਾ ਕਿ ਪਿੰਡ ਦੇ ਮਨ 'ਤੇ ਕਿਹੜੀਆਂ ਗੱਲਾਂ ਨੇ ਜਿਹੜੀਆਂ ਬੰਦੇ ਨੂੰ ਕਾਬਜ ਕਰਦੀਆਂ ਨੇ, ਅਤੇ ਆਲਾ ਸੀ ਉਹਨਾਂ 'ਚ ਕਿਵੇਂ ਪ੍ਰਵੀਨ ਹੈ। ਇਹ ਨਹੀਂ ਹੈ ਕਿ ਇਹ ਗੱਲ ਉਹਨੇ ਬਹੁਤ ਸੋਚ ਸਮਝ ਕੇ ਆਲਾ ਸੀ ਉਹਨੇ ਜਾਣ ਕੇ ਕੀਤੀ, ਉਹਦੇ ਸੁਭਾਅ ਦਾ ਹਿੱਸਾ ਹੈ, ਉਹਨੂੰ ਇਹ ਲੱਗਦਾ ਹੋ ਸਕਦਾ, ਉਹਨੂੰ ਸੱਚੀ ਮੁੱਚੀ ਇਹ ਲੱਗਦਾ ਕਿ ਮੇਰੇ ਪਿੰਡ ਦੀ ਕੀ ਹੈ ਘੋੜੀ 'ਤੇ ਜਾਣਾ ਚਾਹੀਦਾ, ਠੀਕ। ਪਰ ਜਦੋਂ ਅਸੀਂ ਅਗਲੀ ਗੱਲ ਸੋਚਾਂਗੇ ਵੀ ਭਾਈ ਪਿੰਡ ਦੀਆਂ ਸਾਰੀਆਂ ਕੁੜੀਆਂ ਤਾਂ ਘੋੜੀਆਂ ਨਹੀਂ ਨਾ ਫਿਰਦੇ ਸਕਦਾ, ਪਰ ਇਹ ਸੰਕੇਤ ਹੈ ਜਿਹਦੇ ਰਾਹੀਂ ਉਹ ਪਿੰਡ ਦੇ ਮਨਾਂ ਨੂੰ ਜਿੱਤਿਆ ਹੋਇਆ ਹੈ ਉਹਨੇ, ਲੋਕ ਉਹਦੀ ਇਸ ਗੱਲੋਂ ਪ੍ਰਸ਼ੰਸਾ ਕਰਦੇ ਨੇ। ਅਤੇ ਇਹਦੇ ਨਾਲ ਇਹ ਇਹ ਜਿੰਨੇ ਵੇਰਵੇ ਮੈਂ ਹੈ ਨਾ ਸਾਰੇ ਕਰੇ, ਇਹ ਤੁਹਾਨੂੰ ਇੱਥੇ ਤੱਕ ਉਹਨੂੰ ਸਥਾਪਿਤ ਕਰਦੇ ਨੇ, ਅਤੇ ਇਹ ਦੱਸਦੇ ਨੇ ਕਿ ਪਿੰਡ ਦੇ ਬਰੀਕ ਤੋਂ ਬਰੀਕ ਮਾਮਲੇ 'ਚ, ਛੋਟੇ ਤੋਂ ਛੋਟੇ ਮਾਮਲੇ 'ਚ ਉਹਦਾ ਦਖਲ ਹੈ, ਉਹਦੀ ਮਰਜ਼ੀ ਹੈ, ਉਹਨੇ ਸਥਾਪਿਤ ਕਰਤਾ ਇੱਥੇ ਤੱਕ। ਹੁਣ ਇਹ ਜਦੋਂ ਬਿਠਾ ਤਾ ਤਾਂ ਲੇਖਕ ਹੈ ਜਿਹੜਾ ਉਹ ਇੱਕ ਬਿਆਨ ਦਿੰਦਾ ਹੈ, ਮਤਲਬ ਜਿਹੜੀ ਗੱਲ ਮੈਨੂੰ ਐਂ ਲੱਗਦੀ ਹੈ ਵੀ ਬੜੀ ਕਮਾਲ ਹੈ। ਉਹ ਇੱਕ ਨਾ ਲਾਈਨ ਲਿਖਦਾ ਕਹਿੰਦਾ ਵੀ ਪਰ ਇਹ ਸਾਰੀ ਗੱਲ ਕਰ ਲਈ ਉਹਨੇ ਇੱਥੇ ਤੱਕ, ਅਤੇ ਹੁਣ ਉਹ ਕੀ ਕਰਦਾ ਕਹਿੰਦਾ ਪਰ ਹੁਣ ਪਿੰਡ ਵਿੱਚ ਹਵਾ ਹੀ ਪੁੱਠੀ ਜਿਹੀ ਵਗ ਪਈ ਸੀ। ਇੱਕ ਲਾਈਨ ਲਿਖਦਾ ਇੱਥੋਂ ਕਹਾਣੀ ਜਮ੍ਹਾਂ ਹੋਰ ਤੋੜ ਤੋੜ ਨਹੀਂ ਹੈ, ਕੋਈ ਹੋਰ ਗੱਲ ਨਹੀਂ ਹੈ, ਪਰ ਮੈਨੂੰ ਜਿਹੜੀ ਗੱਲ ਖੁਸ਼ੀ ਦਿੰਦੀ ਹੈ ਇੱਕ ਲੇਖਕ ਦੇ ਤੌਰ 'ਤੇ ਮੈਨੂੰ ਹੈਰਾਨ ਕਰਦੀ ਹੈ ਉਹ ਇਹ ਹੈ ਕਿ ਇਸ ਕਹਾਣੀ ਦੇ ਲੇਖਕ ਦਾ ਭਰੋਸਾ ਦੇਖੋ ਤੁਸੀਂ ਕਿੱਦਾਂ।
ਆਪਣੀ ਗੱਲ ਕਹੀ ਤੇ ਕਿ ਉਹਨੂੰ ਇਸ ਗੱਲ 'ਤੇ ਪੂਰਾ ਭਰੋਸਾ ਵੀ ਮੈਂ ਇੱਥੇ ਤੱਕ ਆਉਣਾ ਸੀ ਉਹਨੂੰ ਸਥਾਪਿਤ ਕਰਤਾ। ਹੁਣ ਤੱਕ ਉਹਨੇ ਇੱਕ ਕੰਮ ਕਰਿਆ ਕਿ ਆਉਣਾ ਸੀ ਉਹਨੂੰ ਜਗੀਰੂ ਕੀਮਤਾਂ ਦੇ ਵਰਤਾਂਤ ਰਾਹੀਂ ਸਾਰੇ ਵਰਣਨ ਰਾਹੀਂ ਤੁਹਾਡੇ ਮਨਾਂ 'ਚ ਸਥਾਪਿਤ ਕਰਤਾ ਵੀ ਇਹ ਯਾਰ ਐਡਾ ਵੱਡਾ ਬੰਦਾ ਹੈ। ਉਹ ਪੱਕਾ ਹੋ ਗਿਆ। ਹੁਣ ਫਿਰ ਉਹ ਆਪਣੀ ਅਗਲੀ ਗੱਲ ਹੈ ਜਿਹੜੀ ਜਿਹਨੂੰ ਉਹ ਪੁੱਠੀ ਜਿਹੀ ਹਵਾ ਵਗੀ ਨਹੀਂ ਕਹਿੰਦਾ। ਪਰ ਇਹ ਗੱਲ ਮੈਂ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਉਹ ਬਈ ਬਹੁਤ ਜ਼ਿਆਦਾ ਪੱਖੀ ਨਹੀਂ ਹੈਗਾ ਆਲਾ ਸਿੰਘਾ, ਹੈ ਨਾ। ਜੇ ਮੰਨ ਲਓ ਮੈਂ ਲਿਖਣੀ ਹੁੰਦੀ ਤਾਂ ਮੈਂ ਪੁੱਠੀ ਸ਼ਬਦ ਨਹੀਂ ਸੀ ਲਿਖਦਾ, ਮੈਂ ਨਵੀਂ ਸ਼ਬਦ ਲਿਖਦਾ। ਪਰ ਉਸ ਯੁੱਗ 'ਚ ਸ਼ਬਦ ਇਵੇਂ ਨਹੀਂ ਸੀ ਆਉਣਾ, ਮੇਰੇ ਯੁੱਗ 'ਚ ਇਹ ਨਵਾਂ ਆਊਗਾ, ਮੈਂ ਤਾਂ ਨਵੀਂ ਹਵਾ ਲਿਖੂੰਗਾ। ਲੇਕਿਨ ਉਹ ਨਹੀਂ ਲਿਖਦਾ ਕਿਉਂਕਿ ਉਹ ਸਾਰੀ ਗੱਲ ਨਿਰਪੱਖਤਾ ਦੇ ਬਾਵਜੂਦ ਉਸ ਯੁੱਗ ਦਾ ਲਿਖਦਾ, ਉਸ ਯੁੱਗ ਦਾ ਬੰਦਾ, ਸ਼ਬਦ ਉਸ ਯੁੱਗ 'ਚੋਂ ਆਉਂਦਾ, ਮੈਂ ਨਵੀਂ ਕਹਿੰਦਾ। ਉਹਨੇ ਕੀ ਕਿਹਾ? ਪੁੱਠੀ ਕਿਹਾ। ਇਹਦਾ ਮਤਲਬ ਹੈ ਹੁਣ, ਮਤਲਬ ਜਿਹੜੀਆਂ ਗੱਲਾਂ ਮੈਨੂੰ ਬਹੁਤ ਪ੍ਰੈਕਟ ਕਰਦੇ ਹੁੰਦੇ ਨੇ, ਇਹ ਗੱਲਾਂ ਵੀ ਉਹ ਸਾਰੀ ਗੱਲ ਦਾ ਪੱਕੇ ਤਾਂ ਨਹੀਂ ਬੋਲਦਾ, ਲੇਕਿਨ ਆਹ ਇੱਕ ਗੱਲ ਦੱਸਦੀ ਆ ਵੀ ਹੁਣ ਭਾਈ ਉਹ ਆਲਾਸ ਨੂੰ ਵੱਲ ਬੋਲਣ ਲੱਗ ਗਿਆ, ਤਾਂ ਉਹਨੇ ਪੁੱਠੀ ਕਿਹਾ। ਯਾਰ ਆ ਇਕੱਲੀ ਆਲਾਸ ਉਹਦੇ ਅੰਦਰ ਨਹੀਂ ਆਈ ਗੱਲ, ਇਹ ਲੇਖਕ ਬਿਆਨ ਕਰਦਾ ਹੁੰਦਾ। ਜੇ ਤਾਂ ਉਹ ਕਿਸੇ ਨੂੰ ਕਹਿੰਦਾ ਵੀ ਹਵਾ ਪੁੱਠੀ ਵੱਜਦੀ ਫਿਰ ਤਾਂ ਸਾਡੀ ਗੱਲ ਹੁੰਦੀ ਸੀ ਸਾਨੂੰ। ਲੇਕਿਨ ਹੁਣ ਇਹ ਬਿਆਨ ਕੌਣ ਦਿੰਦਾ? ਲੇਖਕ ਦਿੰਦਾ। ਡਾਕਟਰ ਸਾਹਿਬ ਬੈਠੇ ਨੇ, ਮੈਂ ਉਹਦੀ ਗੱਲ ਤਾਂ ਬਿਆਨ ਨਹੀਂ ਕਰ ਸਕਦਾ ਜਿੱਡੀ ਇਹਨਾਂ ਨੇ ਕੀਤੀ। ਪਰ ਪਿਛਲੇ ਦਿਨਾਂ 'ਚ ਅਸੀਂ ਇਹਨਾਂ ਨੂੰ ਬੁਲਾਇਆ ਸੀ ਖੰਨੇ ਕਿਸੇ ਇੱਕ ਕਿਤਾਬ 'ਤੇ ਬੋਲਣ ਲਈ, ਅਤੇ ਉਸ ਕਿਤਾਬ 'ਤੇ ਇਹਨਾਂ ਨੇ ਬੋਲਦਿਆਂ, ਮਤਲਬ ਘੱਟੋ ਘੱਟ ਮੈਂ ਪਹਿਲੀ ਵਾਰ ਉਹ ਗੱਲ ਸੁਣੀ, ਅਤੇ ਹੋ ਸਕਦਾ ਵੀ ਉੱਥੋਂ ਹੀ ਮੇਰੇ ਅੰਦਰ ਆਹ ਜਿਹੜੀ ਗੱਲ ਹੈ ਇਹ ਸਮਝ ਪਈ ਹੋਵੇ। ਇਹ ਕਹਿੰਦੇ ਵੀ ਤੁਸੀਂ ਨਾ ਆਹ ਕਿਤਾਬ ਪੜ੍ਹ ਲਈ ਅਤੇ ਇਹਦੇ ਤੋਂ ਜੇ ਲੇਖਕ ਦਾ ਰੇਖਾ ਚਿੱਤਰ ਲਿਖਣਾ ਹੋਵੇ ਉਹ ਕਿਵੇਂ ਲਿਖੂਗਾ? ਅਤੇ ਫਿਰ ਇਹਨਾਂ ਨੇ ਉਸ ਲੇਖਕ ਦਾ ਉਹ ਰੇਖਾ ਚਿੱਤਰ ਬੜੇ ਗੁਪਤ ਜਿਹੇ ਤਰੀਕੇ ਨਾਲ ਸਾਨੂੰ ਸਮਝਾਇਆ, ਜਿਹੜਾ ਉਸ ਗੱਲ ਦੇ ਬਿਲਕੁਲ ਉਲਟ ਭੁਗਤਦਾ ਸੀ, ਜਿਹਦਾ ਦਾਵਾ ਲੇਖਕ ਵੀ ਕਰਦਾ ਅਤੇ ਬਾਕੀ ਦੇ ਜਿੰਨੇ ਬੋਲੇ ਉਹ ਸਾਰਿਆਂ ਨੇ ਕੀਤਾ। ਅਤੇ ਡਾਕਟਰ ਸਾਹਿਬ ਨੇ ਮਤਲਬ ਛੋਟੀਆਂ ਛੋਟੀਆਂ ਦੋ ਤਿੰਨ ਚਾਰ ਗੱਲਾਂ ਲਈਆਂ ਅਤੇ ਉਹ ਪੂਰੇ ਦਾ ਪੂਰਾ ਇੱਕ ਬੰਦੇ ਦਾ ਚਰਿੱਤਰ ਬਦਲਿਆ ਹੋਇਆ, ਜਾਂ ਤੁਹਾਡੇ ਅੰਦਰ ਅਚੇਤ ਚੀਜ਼ਾਂ ਕਿਵੇਂ ਪਈਆਂ ਹੁੰਦੀਆਂ ਨੇ ਉਹ ਸਾਹਮਣੇ ਲਿਆਂਦਾ। ਹੋ ਸਕਦਾ ਮੈਂ ਇਹ ਕਹਾਣੀ ਕਿਉਂਕਿ ਹੁਣ ਦੁਬਾਰਾ ਉਦੋਂ ਬਾਅਦ ਪੜ੍ਹੀ ਤੁਹਾਨੂੰ ਪੜ੍ਹਾਉਣ ਲਈ, ਡਾਕਟਰ ਸਾਹਿਬ ਦੀ ਗੱਲ ਸੁਣਨ ਤੋਂ ਬਾਅਦ ਪੜ੍ਹੀ, ਅਤੇ ਹੋ ਸਕਦਾ ਇਹ ਗੱਲ ਉੱਥੋਂ ਮੇਰੇ ਖਿਆਲ ਆਈ ਹੋਵੇ, ਪਰ ਮੈਨੂੰ ਇਸ ਗੱਲ ਨੇ ਅਟਰੈਕਟ ਬਹੁਤ ਕੀਤਾ। ਕਿਉਂਕਿ ਜਿਹੜਾ ਮੈਂ ਪਹਿਲਾਂ ਬਿਆਨ ਦਿੱਤਾ ਨਾ ਕਿ ਭਾਈ ਉਹ ਕੋਈ ਬਹੁਤਾ ਅਫਸੋਸ ਨਹੀਂ ਕਰਦਾ, ਨਾ ਪਸੰਦ ਨਹੀਂ ਕਰਦਾ, ਜਿਹੜੀ ਮੈਂ ਗੱਲ ਕੀਤੀ ਉਹ ਬ੍ਰਹਮ ਸੰਧੂ ਹੋਣਾ ਨੇ ਇਸ ਕਹਾਣੀ ਬਾਰੇ ਲਿਖੀ ਹੋਈ ਹੈ, ਵਿੱਚ ਬਾਰੇ, ਹੈ ਨਾ, ਉੱਥੋਂ ਮੈਂ ਲਈ ਸੀ ਉਹ ਗੱਲ। ਪਰ ਆ ਜਦੋਂ ਪੁੱਠੀ ਸ਼ਬਦ ਆ ਗਿਆ ਅਤੇ ਫਿਰ ਮੈਨੂੰ ਡਾਕਟਰ ਸਾਹਿਬ ਨੇ ਇਵੇਂ ਸੋਚਣਾ ਸਿਖਾਇਆ ਹੋਇਆ ਸੀ। ਤਾਂ ਹੁਣ ਇੱਥੇ ਜਾਣੀ ਥੋੜ੍ਹਾ ਜਿਹਾ ਇਹ ਲੱਗਣ ਲੱਗ ਗਿਆ ਵੀ ਉਹ ਭਾਈ, ਮਤਲਬ ਮੈਂ ਤਾਂ ਤੁਹਾਨੂੰ ਸਿਰਫ ਇੰਨਾ ਹੀ ਦੱਸਣ ਦੀ ਗੱਲ ਕੋਸ਼ਿਸ਼ ਕਰ ਕਿ ਜਦੋਂ ਅਸੀਂ ਕਹਾਣੀ ਪੜ੍ਹਦੇ ਹਾਂ ਤਾਂ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਹਾਣੀ ਦੇ ਅੰਦਰ ਲੈ ਕੇ ਜਾਂਦੀਆਂ ਨੇ, ਕਹਾਣੀ ਦੀ ਕਹਾਣੀਕਾਰ ਦੀ ਗੱਲ ਕਹਿਣ ਦੀ ਸਮਰੱਥਾ ਦਰਸਾਉਂਦੀਆਂ ਨੇ, ਉਹਦੀ ਕਹਾਣੀ ਦੀ ਜਾਂ ਬੰਦੇ ਦੀ ਰੂਹ ਤੱਕ ਲੈ ਕੇ ਜਾਂਦੀਆਂ ਨੇ,
ਉਵੇਂ ਹੀ ਇੱਕ ਆਹ ਗੱਲ ਹੋ ਸਕਦਾ, ਮੈਂ ਬਹੁਤ ਵਧਾ ਕੇ ਗੱਲ ਕਰ ਰਿਹਾ ਹੋਵਾਂ, ਐਡੀ ਵੱਡੀ ਗੱਲ ਇਹ ਕਹਾਣੀ 'ਚ ਨਾ ਹੋਵੇ, ਪਰ ਮੈਨੂੰ ਇਹ ਕਿਵੇਂ ਲੱਗੀ। ਤਾਂ ਹੁਣ ਆਪਾਂ ਇੱਥੇ ਤੱਕ ਸਾਰੀ ਜਿਹੜਾ ਬਿਆਨ ਕੀਤਾ ਲੇਖਕ ਨੇ ਆਲਾ ਸਿੰਘ ਦਾ, ਉਹਦੀ ਸਮਰੱਥਾ ਦਾ, ਉਹਦੇ ਪਿੰਡ ਦਾ, ਉਹਦੇ ਆਲੇ ਦੁਆਲੇ ਦਾ, ਇਹਦੇ ਨਾਲ ਨਾ ਇੱਕ ਪੈਰਲਲ ਕੁਛ ਚੀਜ਼ਾਂ ਵਾਪਰ ਰਹੀਆਂ ਨੇ ਜਿਹੜੀਆਂ ਸਾਨੂੰ ਲੇਖਕ ਨੇ ਪਹਿਲਾਂ ਨਾ ਉਵੇਂ ਦਿਸਣ ਨਹੀਂ ਦਿੱਤੀਆਂ। ਉਦਾਹਰਣ ਲਈ, ਪਿੰਡ 'ਚ ਅਖਬਾਰ ਆਉਣ ਲੱਗ ਗਿਆ। ਇਸੇ ਗੱਲ ਨੂੰ, ਅਖਬਾਰ ਆਉਣ ਨੂੰ ਲੇਖਕ ਥੋੜ੍ਹੀ ਦੇਰ ਪਹਿਲਾਂ ਆਲਾ ਸਿੰਘ ਦੀ ਵਡਿਆਈ ਦੇ ਹੱਕ 'ਚ ਭੁਗਤਾ ਕੇ ਆਇਆ। ਇੱਥੇ ਮੇਰੇ ਇਹ ਵੀ ਗੱਲ ਖਿਆਲ ਆਉਂਦੀ ਹੈ ਜਦੋਂ ਮੈਂ ਪੜ੍ਹਦਾ ਹੈ ਕਿ ਸੱਤਾਧਾਰੀ ਭਾਈ ਫਿਰ ਜਿੰਨਾ ਮਰਜ਼ੀ ਚਾਹੁੰਦੇ ਹੋਣ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਦੇ ਨੇ ਉਹ ਸਾਰੀਆਂ ਉਹਨਾਂ ਦੇ ਹੱਕ 'ਚ ਤਾਂ ਨਹੀਂ ਭੁਗਤਦੀਆਂ ਹੁੰਦੀਆਂ। ਹੁਣ ਉਹਨੇ ਆਪਣੀ ਚੌਧਰ ਲਈ ਡਾਕਖਾਨਾ ਲਿਆਂਦਾ ਅਤੇ ਡਾਕਖਾਨੇ 'ਚ ਅਖਬਾਰ ਆ ਗਿਆ। ਪਹਿਲਾਂ ਮਗਾਨੇ ਪਿੰਡ 'ਚ ਆਉਂਦਾ ਸੀ ਅਤੇ ਹੁਣ ਉਹਦੇ ਪਿੰਡ 'ਚ ਆ ਗਿਆ। ਉਹਨੇ ਇੱਕ ਟੱਪ ਬਣਾਇਆ, ਸਾਂਝਾ ਥੋਂ ਬਣਾਇਆ ਹੋਇਆ, ਸੱਠ ਕਹਿੰਦੇ ਆ ਜਿਹਨੂੰ, ਉੱਥੇ ਅੱਗੇ ਬਹਿੰਦੇ ਨੇ ਲੋਕ, ਕਥਾ ਕਹਾਣੀਆਂ ਹੁੰਦੀਆਂ ਨੇ, ਲੋਕ ਪੁਰਾਣੀਆਂ ਨਵੀਆਂ, ਕਦੇ ਇਤਿਹਾਸ ਦੀਆਂ ਕਦੇ ਮਿਥਿਹਾਸ ਦੀਆਂ, ਕੋਈ ਨਿੱਜੀ ਗੱਲਾਂ ਕਰਦੇ ਨੇ, ਕੁਛ ਹੱਡ ਬੀਤੀਆਂ ਕੁਛ ਜੱਗ ਬੀਤੀਆਂ ਇਤਿਹਾਸ ਮਿਥਿਹਾਸ 'ਚੋਂ, ਠੀਕ। ਅਤੇ ਉਹ ਉਹਨਾਂ ਦਾ ਕੇਂਦਰ ਹੈ, ਆਲਾ ਸਿੰਘ ਉਸ ਸਾਰੀ ਗੱਲਬਾਤ ਦਾ ਕੇਂਦਰ ਹੈ। ਪਰ ਇੱਕ ਸਿੰਪਲ ਜਿਹੀ ਗੱਲ ਵਾਪਰ ਗਈ ਕਿ ਉੱਥੇ ਅਖਬਾਰ ਆਉਣ ਲੱਗ ਗਿਆ ਅਤੇ ਕੁਛ ਬੰਦੇ ਅਖਬਾਰ ਪੜ੍ਹਨ ਦੇ ਯੋਗ ਹੋ ਗਏ। ਇਹ ਬੜੀ ਸਧਾਰਨ ਜਿਹੀ ਗੱਲ ਹੈ ਜਿਹਦਾ ਜ਼ਿਕਰ ਉਹਨੇ ਪਹਿਲਾਂ ਵੀ ਕੀਤਾ, ਪਰ ਇਸ ਇੱਕ ਗੱਲ ਨੇ ਚੀਜ਼ਾਂ ਬਦਲਣੀਆਂ ਸ਼ੁਰੂ ਕਰਤੀਆਂ। ਪਿੰਡ ਬਦਲਣਾ ਸ਼ੁਰੂ ਕਰਤਾ, ਪਿੰਡ ਦੇ ਬੰਦੇ ਬਦਲਣੇ ਸ਼ੁਰੂ ਕਰਤੇ, ਜਿਹੜੇ ਐਵੇਂ ਬਦਲਦੇ ਨੇ ਕਿ ਆਲਾ ਸਿੰਘ ਨੂੰ ਲੱਗਦਾ ਵੀ ਇਹ ਮੇਰੇ ਖਿਲਾਫ ਜਿਹੜੀ ਤਾਕਤ ਨੇ ਕੰਮ ਕੀਤਾ ਉਹ ਅਖਬਾਰ ਦੇ ਸਮਝ ਆਉਂਦੀ ਹੈ ਗੱਲ ਗੱਲ ਕਰਨਾ। ਉਹ ਇੱਕ ਵਿਚਾਰਾ ਤਰੀਕਾ ਜਿਹਾ ਵੀ ਅਪਣਾਉਂਦਾ। ਤਾਂ ਹੁਣ ਆਮ ਹੋ ਗਿਆ, ਲੋਕ ਪੜ੍ਹਨ ਲੱਗ ਗਏ, ਇਹਦਾ ਮਤਲਬ ਨਵੀਂ ਇਨਫੋਰਮੇਸ਼ਨ ਆਉਣੀ ਸ਼ੁਰੂ ਹੋ ਗਈ, ਨਵੀਂ ਜਾਣਕਾਰੀ ਆਉਣੀ ਸ਼ੁਰੂ ਹੋ ਗਈ, ਬੁੱਝਣ ਲੱਗ ਗਏ ਲੋਕ ਚੀਜ਼ਾਂ, ਸਮਝਣ ਲੱਗ ਗਏ। ਹੁਣ ਪਹਿਲੀ ਵਾਰ ਆਲਾ ਸਿੰਘ ਦਾ ਟਾਕਰਾ ਉਸ ਚੀਜ਼ ਨਾਲ ਹੁੰਦਾ ਜਿਹੜੀ ਉਹਦੇ ਕੰਮਾਂ ਨਾਲੋਂ, ਉਹਦੀਆਂ ਗੱਲਾਂ ਨਾਲੋਂ ਵੱਧ ਠੋਸ ਹੈ, ਵੱਧ ਭਰੋਸੇਯੋਗ ਹੈ। ਤੁਸੀਂ ਮਤਲਬ ਇਹਨੂੰ ਦੇਖੋ ਕਿ ਕਾਗਜ਼ 'ਤੇ ਲਿਖੀ ਹੋਈ ਇਬਾਰਤ ਤੋਂ ਆਲਾ ਸਿੰਘ ਹਾਰ ਰਿਹਾ। ਉਹ ਕਹਿੰਦਾ ਕਿ ਬਈ ਇਹ ਸਾਰੀਆਂ ਝੂਠੀਆਂ ਗੱਲਾਂ ਨੇ, ਐਵੇਂ ਬਕਵਾਸ ਮਾਰੀ ਜਾਂਦਾ। ਅਤੇ ਹੁਣ ਉਹਦੇ 'ਚ ਦਲੀਲਾਂ ਵੀ ਨੇ, ਉਹ ਦੰਦੇ ਨੇ ਵੀ ਆਹ ਗੱਲ ਅਖਬਾਰ 'ਚ ਜਦੋਂ ਮੁੰਡੇ ਪੜ੍ਹ ਕੇ ਸੁਣਾਉਂਦੇ ਨੇ ਤਾਂ ਕਹਿੰਦੇ ਨੇ, ਲੋਕ ਕਹਿੰਦੇ ਨੇ ਉਹਨੂੰ ਵੀ ਪਹਿਲਾਂ ਅਖਬਾਰ 'ਚ ਆਹ ਗੱਲ ਲਿਖੀ ਹੋਈ ਸੀ, ਫਿਰ ਦੇਖੋ ਉਵੇਂ ਹੋਊਗੀ। ਉਹਨਾਂ ਨੇ ਕਿਹਾ ਸੀ ਲੜਾਈ ਲੱਗੂਗੀ, ਕਿਹਾ ਸੀ ਅੰਗਰੇਜ਼ ਜਿੱਤਣਗੇ। ਅਖਬਾਰ 'ਚ ਆਈਆਂ ਸੀ ਨਾ ਖਬਰਾਂ, ਉਹ ਸੱਚੀਆਂ ਹੋ ਗਈਆਂ। ਹੁਣ ਇਹਦਾ ਮਤਲਬ ਹੈ ਅਖਬਾਰ ਦਾ ਭਰੋਸਾ
ਕਿਸੇ ਬਾਹਰਲੀ ਦੁਨੀਆ ਦਾ ਭਰੋਸਾ ਉਹਦੇ ਪਿੰਡ 'ਚ ਬਣ ਰਿਹਾ, ਉਹਦੇ ਲੋਕਾਂ ਦਾ ਕਿਸੇ ਹੋਰ ਚੀਜ਼ ਵੱਲ ਝੁਕਾਅ, ਕਿਸੇ ਹੋਰ ਚੀਜ਼ 'ਤੇ ਭਰੋਸਾ ਹੋ ਰਿਹਾ। ਅਤੇ ਸਿੰਪਲ ਲੇਖਕ ਦੀ ਵਡਿਆਈ ਕਿਹੜੀ ਗੱਲ ਹੈ, ਉਹਨੇ ਕੋਈ ਬਹੁਤ ਸਾਰੀਆਂ ਚੀਜ਼ਾਂ ਵਧਾ ਚੜ੍ਹਾ ਕੇ ਵੱਡੀਆਂ ਵੱਡੀਆਂ ਨਹੀਂ ਕੀਤੀਆਂ, ਸਿੰਪਲ ਇੱਕ ਇੰਨੀ ਕੁ ਗੱਲ ਕਰਤੀ ਕਿ ਅਖਬਾਰ ਆਉਣ ਲੱਗ ਗਿਆ ਪਿੰਡ 'ਤੇ, ਲੋਕ ਉੱਥੇ ਬੈਠ ਕੇ ਪੜ੍ਹਨ ਲੱਗ ਗਏ। ਹੁਣ ਉਹਨੇ ਇਹਦੇ ਨਾਲ ਲੜਨਾ, ਕਿਉਂ? ਕਿਉਂਕਿ ਉਹ ਟੁੱਟਦੀਆਂ ਨੇ ਚੀਜ਼ਾਂ ਉਹਦੇ ਵਾਲੀਆਂ, ਲੋਕ ਉਹ ਗੱਲਾਂ ਨਹੀਂ ਕਰ ਰਹੇ ਜਿਹੜੀਆਂ ਉਹ ਕਰਦਾ, ਅਤੇ ਜਿਹੜੀਆਂ ਉਹ ਕਰਦੇ ਨੇ ਹੁਣ ਉਹ ਉਹਦੇ ਸਮਝ ਨਹੀਂ ਆਉਂਦੀਆਂ, ਉਹਨੂੰ ਸੱਚੀਆਂ ਹੀ ਨਹੀਂ ਲੜਦੀਆਂ ਉਹ। ਫਿਰ ਉਹ ਕੀ ਕਰਦਾ, ਉਹਦੇ ਨਾਲ ਲੜਨ ਦੀ ਕੋਸ਼ਿਸ਼ ਕਰਦਾ, ਬਹੁਤ ਇੰਪੋਰਟੈਂਟ ਹੈ ਕਿ ਉਹ ਨਾ ਪਿੰਡ ਦੇ ਭਾਈ ਜੀ ਨੂੰ ਕਹਿੰਦਾ ਵੀ ਇੱਥੇ ਪੰਤ ਪ੍ਰਕਾਸ਼ ਦੀ ਕਥਾ ਕਰਿਆ। ਹੁਣ ਇਹਦਾ ਮਤਲਬ ਹੈ ਵੀ ਅਜੇ ਤੱਕ ਮਤਲਬ ਲੇਖਕ ਨੇ ਕਿਸੇ ਗੱਲ ਨੂੰ ਕਿਵੇਂ ਤੋੜਦਾ ਕਿ ਆਲਾ ਸਿੰਘ ਦਾ ਜ਼ੋਰ ਚੱਲਣ ਦੇ ਬਾਵਜੂਦ ਚੀਜ਼ਾਂ ਕਿਵੇਂ ਉਹਦੇ ਬਸ ਤੋਂ ਬਾਹਰ ਹੋ ਜਾਣਗੀਆਂ। ਉਹਦੇ ਕਹੇ 'ਤੇ ਭਾਈ ਜੀ ਵੀ ਆ ਗਿਆ, ਅਤੇ ਜਦੋਂ ਭਾਈ ਜੀ ਨੇ ਕਥਾ ਕੀਤੀ ਤਾਂ ਲੋਕ ਤਾਸ਼ ਖੇਡਣ 'ਤੇ ਹਟ ਵੀ ਗਏ, ਅਖਬਾਰ ਦੀਆਂ ਗੱਲਾਂ ਉਨੀ ਦੇਰ ਰੁਕ ਵੀ ਗਈਆਂ। ਪਰ ਨਵੀਂ ਚੀਜ਼ ਨਾਲ ਬੜੇ ਪੁਰਾਣੇ ਸੰਦਾਂ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਉਹ, ਅਤੇ ਆਖਿਰਕਾਰ ਕੀ ਹੁੰਦਾ, ਉਹ ਥੋੜ੍ਹੇ ਸਮੇਂ ਲਈ ਰਹਿੰਦੀ ਹੈ ਗੱਲ ਅਤੇ ਫਿਰ ਉਹ ਟੁੱਟ ਜਾਂਦੀ ਹੈ। ਥੋੜ੍ਹੀ ਵਾਰ ਚੱਲਦੀ ਹੈ, ਬਹੁਤੀ ਵਾਰ ਚੱਲਦੀ ਨਹੀਂ, ਉਹ ਅਕਸਰ ਅਸਫਲ ਹੋ ਜਾਂਦਾ। ਅਤੇ ਉਹਦੇ ਬਦਲੇ ਹੁਣ ਕੀ ਲੱਗ ਜਾਂਦਾ, ਤੁਹਾਨੂੰ ਲੇਖਕ ਇਹ ਦੱਸਦਾ ਕਿ ਬਈ ਲੋਕਾਂ ਦੀਆਂ ਤਰਜੀਹਾਂ ਬਦਲਦੀਆਂ ਨੇ, ਉਹ ਬਦਲ ਗਈਆਂ ਹੁਣ। ਲੋਕਾਂ ਨੂੰ ਜਿਹੜੀਆਂ ਗੱਲਾਂ ਨੇ ਰੌਚਕ ਲੱਗਣਾ ਸੀ, ਜਿਹੜੀਆਂ ਗੱਲਾਂ ਨੇ ਸਵਾਦ ਦੇਣਾ ਸੀ, ਉਹ ਗੱਲਾਂ ਬਦਲ ਗਈਆਂ ਹੁਣ। ਹੁਣ ਉਹਨਾਂ ਨੂੰ ਪੰਥ ਪ੍ਰਕਾਸ਼ 'ਚੋਂ ਸਵਾਦ ਨਹੀਂ ਆ ਰਿਹਾ, ਹੁਣ ਪੰਥ ਪ੍ਰਕਾਸ਼ ਉਹਨਾਂ ਦੇ ਮਨੋਰੰਜਨ ਦਾ ਸਾਧਨ ਨਹੀਂ ਰਿਹਾ। ਹੁਣ ਕਿਹੜੀਆਂ ਬਹਿਸਾਂ ਨੇ, ਰਾਜਨੀਤਿਕ ਬਹਿਸਾਂ ਹੋ ਰਹੀਆਂ ਨੇ। ਜਿਹੜੀ ਬਹਿਸ, ਜਿਹੜੀ ਗੱਲਬਾਤ ਪਿੰਡ ਦੀ ਗੱਲਬਾਤ ਦਾ ਹਿੱਸਾ ਹੀ ਹੈ ਨਹੀਂ ਸੀ ਕਿ ਆਲਾ ਸਿੰਘ ਨੇ ਫੈਸਲਾ ਕਰਤਾ ਕਿ ਆਹ ਬੰਦਾ ਆਹ ਕੰਮ ਕਰਿਆ ਕਰੂਗਾ, ਉਹ ਆਹ ਕੰਮ ਕਰਨ ਲੱਗ ਗਿਆ। ਆਲਾ ਸਿੰਘ ਨੇ ਫੈਸਲਾ ਕਰਤਾ ਇਹ ਇੱਥੇ ਵਸਣਗੇ, ਉੱਥੇ ਵਸਣ ਲੱਗ ਗਏ। ਆਲਾ ਸਿੰਘ ਨੇ ਕਹਿ ਤਾ ਵੀ ਆਪਾਂ ਇਹ ਬੰਦੇ ਨੂੰ ਐਤਕੀ ਫਲਾਣਾ ਖੜਾਉਣਾ, ਪਿੰਡਾਂ ਦੇ ਆਲੇ ਦੁਆਲੇ ਦੇ ਬੰਦਿਆਂ ਨੇ ਇਹ ਮੰਨ ਲਿਆ। ਜਾਣੀ ਰਾਜਨੀਤਿਕ ਬਹਿਸ ਨਾਉਣ ਦਾ ਚੀਜ਼ ਹੈ ਨਹੀਂ ਉੱਥੇ। ਹੁਣ ਇਨਫੋਰਮੇਸ਼ਨ ਬਾਹਰੋਂ ਆਉਣ ਲੱਗ ਗਈ ਕਿ ਦੁਨੀਆਂ 'ਚ ਕੀ ਹੋ ਰਿਹਾ, ਉਹਦਾ ਦਖਲ ਉਹਦੇ ਪਿੰਡ 'ਚ ਬਦਲ ਗਿਆ। ਇਹਦਾ ਮਤਲਬ ਉਹ ਕੀ ਕਰਦਾ, ਆਲਾ ਸਿੰਘ ਦੇ ਦਖਲ ਨੂੰ ਰੀਪਲੇਸ ਕਰਦਾ। ਕੋਈ ਨਵੀਂ ਚੀਜ਼ ਆਈ, ਉਹ ਕਿਸੇ ਪੁਰਾਣੀ ਚੀਜ਼ ਦੇ ਥਾਂ ਆਈ ਨਾ, ਫਿਰ ਪਹਿਲੀ ਵਾਰ ਇੱਥੇ ਇੱਕ ਲੱਗਣਾ ਸ਼ੁਰੂ ਹੋ ਜੂਗਾ ਜੇ ਤੁਸੀਂ ਕਹਾਣੀ ਧਿਆਨ ਨਾਲ ਪੜ੍ਹੇਂਗੇ ਉਹ, ਕਿ ਉਹਨੇ ਕਹਾਣੀ ਦਾ ਨਾਂ ਉਜਾੜ ਕਿਉਂ ਰੱਖਿਆ। ਇੱਥੇ ਤੱਕ ਆਉਂਦੇ ਉਹਨੇ ਉਹਨੇ ਕੋਈ ਉਜਾੜ ਵਾਲੀ ਗੱਲ ਨਹੀਂ ਕੀਤੀ, ਬੜੇ ਸ਼ਾਨਦਾਰ ਗੱਲਾਂ ਕਰ ਰਿਹਾ ਆ। ਲੇਕਿਨ ਅਚਾਨਕ ਇਸ ਇੱਕ ਗੱਲ ਨੇ, ਹੁਣ ਉਹ ਜਿਹੜੀਆਂ ਚੀਜ਼ਾਂ ਐਡਾ ਵੱਡਾ ਹੋਣ ਦੇ ਬਾਵਜੂਦ, ਮਤਲਬ ਕਿੱਡਾ ਵੱਡਾ ਬੰਦਾ ਆਲਾ ਸਿੰਘ, ਉਹ ਨਹੀਂ ਸੀ ਕਰ ਸਕਦਾ। ਉਦਾਹਰਣ ਲਈ ਉਹ ਥਾਣੇਦਾਰ ਮੂਹਰੇ ਨਹੀਂ ਸੀ ਬੋਲ ਸਕਦਾ, ਉਹ ਤਹਿਸੀਲਦਾਰ ਨਾਲ ਗੱਲ ਨਹੀਂ ਸੀ ਕਰ ਸਕਦਾ। ਪਰ ਹੁਣ ਜਿਹੜੇ ਆ ਅਖਬਾਰ ਪੜ੍ਹਨੇ ਵਾਲੇ ਛੋਕਰੇ ਨੇ, ਉਹਦੇ ਖਿਆਲ 'ਚ
ਇਹ ਥਾਣੇਦਾਰ ਨਾਲ ਬਹਿਸ ਕਰਦੇ ਨੇ, ਤਹਿਸੀਲਦਾਰ ਨਾਲ ਗੱਲਾਂ ਕਰਦੇ ਨੇ, ਆਪਣੀ ਗੱਲ ਦੀ ਦਲੀਲ ਦਿੰਦੇ ਨੇ, ਮਨਾਉਂਦੇ ਨੇ, ਉਹਦੇ ਮੂਹਰੇ ਅੜਦੇ ਨੇ ਜਿਹਦੇ ਮੂਹਰੇ ਉਹ ਅੜਨ ਬਾਰੇ ਸੋਚ ਵੀ ਨਹੀਂ ਸੀ ਸਕਦਾ। ਇੱਕ ਸਥਾਪਤੀ ਤਾਂ ਹੈਗੀ ਆਲਾ ਸੀ, ਉਹਨੇ ਇੱਕ ਕਿਸੇ ਹੋਰ ਸਥਾਪਤੀ ਨੂੰ ਵੀ ਆਲਾ ਸੀ ਮੰਨ ਰਿਹਾ ਨਾ, ਜਿਹੜੀ ਉੱਪਰੋਂ ਆਉਂਦੀ ਆ ਸਥਾਪਤੀ ਆਲਾ ਸੀ ਨੂੰ ਉਹਨੂੰ ਮੰਨ ਰਿਹਾ। ਅਤੇ ਇੱਥੇ ਆਲਾ ਸਿੰਘ ਦਾ ਟੁੱਟਣਾ ਤਾਂ ਇੱਕ ਪਾਸੇ, ਉਹਦੇ ਸਾਹਮਣੇ ਉਹ ਸਥਾਪਤੀ ਟੁੱਟੀ ਜਾ ਰਹੀ ਹੈ। ਲੋਕ ਬਹਿਸਾਂ ਕਰਦੇ ਨੇ, ਮਤਲਬ ਬੜੀ ਮੁਖਰ ਗੱਲ ਜਿਹੜੀ ਉਹਦੇ ਲਈ ਹੈਗੀ ਆਲਾ ਦੀ, ਬਹੁਤ ਸਿੰਪਲ ਜਿਹੀਆਂ ਗੱਲਾਂ ਨੇ ਉੱਥੇ, ਲੇਕਿਨ ਉਹਨੂੰ ਇਹ ਬੜੀ ਵੱਡੀ ਗੱਲ ਲੱਗਦੀ ਹੈ। ਪਰ ਇੱਥੇ ਤਾਂ ਇੱਕ ਬੜੀ ਜਿਹੜੇ ਵੱਡੇ ਲੇਖਕ ਹੁੰਦੇ ਨੇ, ਮੈਂ ਸਮਝਦਾ ਵੀ ਬਸ ਉਹਨਾਂ 'ਚ ਇਹ ਵੱਡੀਆਂ ਗੱਲਾਂ ਹੁੰਦੀਆਂ ਨੇ ਸਿੱਖਣ ਵਾਲੇ। ਮੈਂ ਸਾਰਾ ਜ਼ੋਰ ਵੈਸੇ ਇਸ ਗੱਲ 'ਤੇ ਲਾਇਆ ਹੋਇਆ ਅੱਜ ਵੀ ਤੁਹਾਡੇ 'ਚੋਂ ਜੇ ਇੱਕ ਦੋ ਚਾਰ ਬੰਦੇ ਕਹਾਣੀ ਲਿਖਣ ਬਾਰੇ ਸੋਚਦੇ ਹੋਣ ਤਾਂ ਉਹਨਾਂ ਨੂੰ ਮੈਂ ਘੱਟੋ ਘੱਟ ਇਹ ਦੱਸ ਦੇਵਾਂ ਵੀ ਇਹ ਕਹਾਣੀ ਲਿਖਣ ਵਾਲੇ ਬੰਦੇ ਇਵੇਂ ਇਵੇਂ ਕਰਦੇ ਨੇ, ਇਹਨਾਂ 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 ਚੀਜ਼ਾਂ ਦਾ ਖਿਆਲ ਆ ਜਿਹੜਾ ਉਹ ਰੱਖੀਦਾ ਹੁੰਦਾ ਹੈ ਨਾ। ਵੀ ਉਹ ਆਹ ਕੁਲਵੰਤ ਸਿੰਘ ਵਿਰਕ ਹੈ ਭਾਈ, ਉਹਨੇ ਆਹ ਕਹਾਣੀ ਲਿਖੀ ਹੈ ਅਤੇ ਮੇਰੇ ਖਿਆਲ 'ਚ ਉਹਨੇ ਆਪਣੀ ਆਹ ਗੱਲ ਚੂਜ਼ ਕਰੀ ਸੀ ਕਹਿਣ ਲਈ ਅਤੇ ਉਹਨੇ ਨਾ ਐਂ ਇਹ ਗੱਲ ਕਹੀ ਹੈ। ਹੁਣ ਇੱਥੇ ਇੱਕ ਬਹੁਤ ਲਾਈਨ ਲਿਖਦਾ ਉਹ ਕੁਲਵੰਤ ਸਿੰਘ ਵਿਰਕ, ਇਹ ਸਾਰੀ ਗੱਲ ਦੇ ਬਾਵਜੂਦ ਕਿ ਉਹਨੂੰ ਅੰਗਰੇਜ਼ਾਂ ਦੇ ਖਿਲਾਫ ਬੰਦੇ ਬੋਲਦੇ ਬੁਰੇ ਲੱਗਦੇ ਨੇ, ਥਾਣੇਦਾਰ ਨਾਲ ਬੋਲਦੇ ਬੁਰੇ ਲੱਗਦੇ ਨੇ, ਅਤੇ ਉੱਥੇ ਲਿਖਦਾ ਵੀ ਭਾਵੇਂ ਵੀ ਉਹ ਟੋਡੀ ਨਹੀਂ ਸੀ। ਕੋਈ ਮੈਂ ਕੁਲਵੰਤ ਸਿੰਘ ਵਿਰਕ ਉਹਨਾਂ ਤੋਂ ਵਰਿਆਮ ਸਿੰਧੂ ਉਹਨਾਂ ਆਪਾਂ ਕੱਲ੍ਹ ਉਹਨਾਂ ਦੀ ਗੱਲ ਕਰਾਂਗੇ ਕਿ ਕਿੰਨੀ ਛੋਟੀ ਚੀਜ਼ ਦਾ ਲਿਖਣ ਵੇਲੇ ਉਹ ਖਿਆਲ ਰੱਖਦੇ ਨੇ। ਇਹ ਲਾਈਨ ਨਾ ਲਿਖੀ ਹੁੰਦੀ ਤਾਂ ਵੀ ਤੁਹਾਡੇ ਮੇਰੇ ਵਰਗਿਆਂ ਨੂੰ ਕਹਾਣੀ ਪੜ੍ਹਨ ਦਾ ਕੋਈ ਫਰਕ ਨਹੀਂ ਸੀ ਪੈਂਦਾ, ਕੋਈ ਨਹੀਂ ਸੀ ਪੈਂਦਾ। ਪਰ ਲੇਖਕ ਨੇ ਆਲਾ ਸੀ ਉਹਨੂੰ ਇੱਕ ਸੱਚ ਮੁੱਚ ਦੇ ਜਗੀਰੂ ਕਦਰਾਂ ਕੀਮਤਾਂ ਵਾਲੇ ਕਿਰੇ ਦੇ ਰੂਪ 'ਚ ਖੜਾਉਂਦਾ ਅਤੇ ਉਹ ਦੱਸਦਾ ਕਿ ਆਇਆ ਗੱਲਾਂ ਟੋਟੀ ਕਰਦੇ ਸੀ, ਉਹਨੇ ਨਹੀਂ ਕੀਤੀ, ਉਹ ਕੋਈ ਉਹਨਾਂ ਦਾ ਝੋਲੀ ਚੁੱਕਦੀ ਸੀ। ਪਰ ਫਿਰ ਵੀ ਜਿਹੜੀਆਂ ਤਬਦੀਲੀਆਂ ਉੱਥੇ ਵਾਪਰ ਰਹੀਆਂ ਨੇ, ਮਤਲਬ ਦੇਖੋ ਲੇਖਕ ਕਿੰਨੇ ਆਰਾਮ ਨਾਲ ਤੁਹਾਨੂੰ ਨਾ ਸਮਾਜਿਕ ਤਬਦੀਲੀ ਬਾਰੇ ਦੱਸਦਾ। ਕਮੀਨ ਖੱਤਰੀ ਜੱਟਾਂ ਦੇ ਬਰਾਬਰ ਬੈਠਣ ਲੱਗ ਗਏ ਕਹਿੰਦਾ, ਅਤੇ ਮੈਂ ਇਸ ਗੱਲੋਂ ਹੈਰਾਨ ਹੈ ਕਿ ਆਜ਼ਾਦੀ ਤੋਂ ਪਹਿਲਾਂ ਵਿਰਕ ਨੇ ਇਹ ਗੱਲ ਨੋਟ ਕੀਤੀ, ਜਦਕਿ ਮੈਂ ਆਪਣੇ ਜੀਵਨ 'ਚ 1980 ਤੱਕ ਇਹ ਦੇਖਿਆ ਕਿ ਜਿਹੜੇ ਸਾਡੇ ਸਾਂਝੀ ਸੀ ਜਾਂ ਪਿੰਡ ਦੇ ਭਾਈਚਾਰੇ ਤੋਂ ਹੇਠਲੇ ਜੋ ਸੀਗੇ ਬੰਦੇ, ਉਹ ਸਾਡੇ ਮੰਜੇ 'ਤੇ ਨਹੀਂ ਸੀ ਹੈਗੇ, ਮੈਂ ਇਹਦੇ ਬਰਾਬਰ ਹੇਠ ਬੈਠਦੇ ਸੀ, ਆਪਣੇ ਭਾਂਡੇ ਲੈ ਕੇ ਆਉਂਦੇ ਸੀ। ਲੇਕਿਨ ਇਹ ਗੱਲ ਟੁੱਟਣੀ ਸ਼ੁਰੂ ਹੋ ਗਈ, ਜਿਹੜੀ ਗੱਲ ਸਾਨੂੰ ਜਾ ਕੇ 85 'ਚ ਦਿਖਣੀ ਸ਼ੁਰੂ ਹੋਈ, ਵਿਰਕ ਨੂੰ ਉਹ 45ਵਿਆਂ 'ਚ ਦਿੰਦੀ ਹੈ। ਅਤੇ ਬਕਾਇਦਾ ਜ਼ਿਕਰ ਕਰਦਾ ਉਹ, ਇਹਦਾ ਮਤਲਬ ਹੈ ਉਹਨੇ ਇਸ ਵਰਤਾਰੇ ਨੂੰ ਬਹੁਤ ਡੂੰਘੀ ਤਰ੍ਹਾਂ ਵਾਪਰਦੇ ਹੋਏ ਅਤੇ ਇਹਦੇ ਅਗਲੇ ਪ੍ਰਭਾਵ ਨੂੰ ਦੇਖ ਲਿਆ ਹੋਇਆ, ਵਾਚ ਲਿਆ ਹੋਇਆ। ਵੱਡੇ ਲੇਖਕ ਦੀ ਇਹੀ ਨਿਸ਼ਾਨੀ ਹੁੰਦੀ ਹੈ ਨਾ। ਅਸੀਂ ਹੁਣ ਕਹਿੰਦੇ ਹਾਂ ਕਿ ਬਈ ਕਿਸਾਨ ਵਿਕ ਗਿਆ ਜੀ, ਮੰਡੀ 'ਚ ਜਾ ਕੇ ਖੜ੍ਹਨ ਲੱਗ ਗਿਆ ਜੀ, ਮਜ਼ਦੂਰ ਬਣ ਗਿਆ ਜੀ,
ਬਰਿਆਮ ਸੰਧੂ ਨੇ 70 ਮਿੰਟ ਕਹਾਣੀ ਲਿਖਤੀ, ਕਿੱਥੇ ਗਏ ਕਿੱਥੇ ਗਏ? ਇਹਦਾ ਬੰਦਾ ਨਾਇਕ ਹੈ ਜਿਹੜਾ ਉਹਨਾਂ ਦਾ, ਉਹ ਮਜ਼ਦੂਰ ਮੰਡੀ 'ਚ ਖੜਾ। ਉਦੋਂ ਉਹਨਾਂ ਨੇ ਮਹਿਸੂਸ ਕਰ, ਜਦੋਂ ਸ਼ਿਖਰ 'ਤੇ ਹੈ ਹਰਾ ਇਨਕਲਾਬ, ਜਦੋਂ ਹਰਾ ਇਨਕਲਾਬ ਸ਼ਿਖਰ 'ਤੇ ਹੈ, ਟਾਰਾਂ ਮਾਰੀਆਂ ਗਈਆਂ ਤਾਂ ਸਾਰੇ ਦੁਨੀਆਂ ਨੂੰ ਲੱਗ ਰਿਹਾ ਵੀ ਬੱਲੇ ਬੱਲੇ ਹੋਣ ਵਾਲੀ ਆ। ਹੁਣ ਲਾ ਲੈ ਢੋਲਕੀ ਨੂੰ ਆਟਾ, ਪਾ ਲੈ ਪੰਜੇ ਉਂਗਲਾਂ ਦੇ ਵਿੱਚ ਚੱਲਿਆ, ਹੁਣ ਦੇਰ ਨਹੀਂ ਦਿਨਾਂ 'ਚ, ਰੱਬ ਜੇ ਤੀ ਕਰਾਊ ਬੱਲੇ ਬੱਲੇ। ਜਦੋਂ ਸਾਨੂੰ ਇਹ ਲੱਗਦਾ ਨਾ ਵੀ ਹੁਣ ਬੱਲੇ ਬੱਲੇ ਹੋਣ ਵਾਲੀ ਹੈ, ਬਰਿਆਮ ਸੰਧੂ ਉਦੋਂ ਨੋਟ ਕਰ ਲੈਂਦੇ ਕਿ ਚੀਜ਼ਾਂ ਕਿੱਧਰ ਨੂੰ ਜਾਣ ਵਾਲੀਆਂ ਨੇ। ਬਟ ਇਹਦੇ ਪਿੱਛੇ ਇੱਕ ਹੋਰ ਗੱਲ ਕਰਨ ਵਾਲੀ ਆ, ਉਹ ਕੱਲ੍ਹ ਆਪਾਂ ਕਰਾਂਗੇ ਕਿ ਬਈ ਉਹ ਕਿਹੜੀ ਗੱਲੋਂ ਉੱਜੜ ਕੇ ਬੰਦਾ ਆਉਂਦਾ, ਅਤੇ ਅੱਜ ਕੱਲ੍ਹ ਜੇ ਕੁਛ ਉੱਜੜ ਕੇ ਆਉਣਾ ਤਾਂ ਉਹ ਕਿਹੜੀਆਂ ਕਿਹੜੀਆਂ ਗੱਲਾਂ ਨਾਲ ਆਉਂਦੇ, ਕਿਵੇਂ ਕਿਵੇਂ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਨੂੰ ਸਮੇਂ ਬਾਰੇ ਆਪਣੀ ਸੂਚਨਾ ਦਿੰਦੀਆਂ ਨੇ। ਤਾਂ ਹੁਣ ਉੱਥੇ ਉਹ ਬਹਿਸਾਂ 'ਚ ਵੀ ਹਿੱਸਾ ਲੈਂਦੇ ਨੇ। ਹੁਣ ਉਹਦੇ ਸਾਹਮਣੇ ਹੀ ਉਹਦਾ ਸਮਾਜ ਹੈ ਜਿਹੜਾ ਉਹ ਟੁੱਟ ਰਿਹਾ, ਅਤੇ ਹੌਲੀ ਹੌਲੀ ਇੱਕ ਨਵਾਂ ਸਮਾਜ ਜੁੜ ਰਿਹਾ। ਮਤਲਬ ਜੇ ਇੱਕ ਬੰਦਾ ਜ਼ਮੀਨ ਤੋਂ ਉੱਠ ਕੇ ਮੰਜੇ 'ਤੇ ਬੈਠ ਗਿਆ ਅਤੇ ਮੰਜੇ 'ਤੇ ਜਿਹਦੇ ਬਰਾਬਰ ਬੈਠੇ ਆ ਉਹਨੇ ਵੀ ਤਾਂ ਉਹਦਾ ਹੋਣਾ ਉੱਥੇ ਮਹਿਸੂਸ ਕੀਤਾ। ਮਤਲਬ ਸੁਸਾਇਟੀ 'ਚ ਜਿਹੜੀ ਇੱਕ ਹੋਰ ਨਵਾਂ ਸਮਾਜ ਜੁੜਨ ਦੀ ਤਬਦੀਲੀ ਆ ਰਹੀ ਹੈ, ਜਿਹੜੀ ਅਜੇ ਤੱਕ ਪਿੰਡਾਂ 'ਚ ਮੁਕੰਮਲ ਨਹੀਂ ਹੋਈ। ਮੈਂ ਇਸ ਗੱਲੋਂ ਸੱਚੀ ਹਾਂ ਕਿ ਕਿਹੜੇ ਵੇਲੇ ਉਹਨਾਂ ਨੇ ਇਸ ਤਬਦੀਲੀ ਨੂੰ ਐਡੀ, ਜਿਹੜੀ ਪਤਾ ਨਹੀਂ ਕਿੰਨਾ ਇੱਕ ਸੂਖਮ ਰੂਪ 'ਚ ਉਦੋਂ ਹੋਊਗੀ, ਉਹਨੂੰ ਫੜ ਲਿਆ ਅਤੇ ਉਹਨੂੰ ਸਮਾਜਿਕ ਤਬਦੀਲੀ ਦੇ ਵਾਹਨ ਦੇ ਤੌਰ 'ਤੇ ਇੱਕ ਕਹਾਣੀ 'ਚ ਸਾਡੇ ਸਾਹਮਣੇ ਲਿਆਉਂਦਾ। ਅਤੇ ਹੁਣ ਦੂਜੀ ਗੱਲ ਜਿਹੜੀ ਅਖਬਾਰ ਤੋਂ ਬਾਅਦ ਵਾਪਰੀ ਪਿੰਡਾਂ 'ਚ, ਜਿਵੇਂ ਮੈਂ ਕਹਿ ਰਿਹਾ ਕਿ ਬਈ ਤੁਸੀਂ ਜਦੋਂ ਸਾਹਿਤ ਪੜ੍ਹਦੇ ਹੋ ਤਾਂ ਉਹਦੇ 'ਚ ਇਤਿਹਾਸ ਕਿਵੇਂ ਪੜ੍ਹਨਾ ਹੈ, ਸੱਭਿਆਚਾਰਕ ਤਬਦੀਲੀਆਂ ਕਿਵੇਂ ਪੜ੍ਹਨੀਆਂ ਨੇ, ਹੈ ਨਾ। ਜਿਵੇਂ ਸਾਡੇ ਬੰਦੇ ਦੱਸਦੇ ਹੁੰਦੇ ਆ ਕਿ ਪਹਿਲੀ ਵਾਰ ਪਿੰਡਾਂ 'ਚ ਜਿਹੜਾ ਨਹਾਉਣੇ ਵਾਲਾ ਸਾਬਣ ਹੈ ਇਹ ਫੌਜੀ ਲੈ ਕੇ ਆਏ। ਮਤਲਬ ਫੌਜੀ, ਇੱਕ ਬੰਦਾ ਤੁਹਾਡਾ ਬਾਹਰ ਗਿਆ, ਬਾਹਰੋਂ ਆਇਆ ਅਤੇ ਇੱਕ ਨਵੀਂ ਚੀਜ਼ ਦੇ ਰੂਪ 'ਚ ਲੈ ਆਇਆ ਸਾਬਣ। ਹੁਣ ਇਹ ਫੌਜੀ ਆ ਗਏ, ਪਰ ਹੁਣ ਇਹ ਨਾ, ਮਤਲਬ ਸਾਨੂੰ ਇਹ ਬੜੀ ਸਿੰਪਲ ਜਿਹੀ ਗੱਲ ਲੱਗ ਸਕਦੀ ਹੈ ਕਿ ਪਿੰਡ ਦਾ ਇੱਕ ਬੰਦਾ ਸੀ, ਉਹਨੇ ਫੌਜ 'ਚ ਨੌਕਰੀ ਕੀਤੀ ਅਤੇ ਰਿਟਾਇਰ ਹੋ ਗਿਆ ਜਾਂ ਕੱਢਤਾ ਅਤੇ ਉਹ ਪਿੰਡ ਆ ਗਿਆ। ਪਰ ਸਾਡਾ ਲੇਖਕ ਇਹ ਗੱਲ ਜਾਣਦਾ ਕਿ ਇਹ ਜਿਹੜਾ ਵਾਪਸ ਆਇਆ ਇਹ ਉਹ ਬੰਦਾ ਨਹੀਂ ਹੈਗਾ ਜਿਹੜਾ ਗਿਆ ਸੀ। ਹੁਣ ਇਹਨੇ ਬਾਹਰਲੀ ਦੁਨੀਆ 'ਚ ਹੋਈਆਂ ਤਬਦੀਲੀਆਂ, ਖਾਸ ਤੌਰ 'ਤੇ ਜਿਹੜੀ ਗੱਲ 'ਤੇ ਜ਼ੋਰ ਹੈ ਕਿ ਲੋਕਤੰਤਰੀ ਕਦਰਾਂ ਕੀਮਤਾਂ, ਅਚੰਬਿਤ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਥੇ ਅਚੰਬਿਤ ਕਰਦੀਆਂ ਨੇ, ਤੁਹਾਨੂੰ ਯਕੀਨ ਨਹੀਂ ਆਉਂਦਾ ਇਸ ਗੱਲ 'ਤੇ, ਅਤੇ ਉੱਥੇ ਉਹ ਸਧਾਰਨ ਵਰਤਾਰਾ ਅਤੇ ਉਹ ਆ ਕੇ ਉਹ ਗੱਲਾਂ ਪਿੰਡਾਂ 'ਚ ਕਰਦੇ ਨੇ। ਇਹਦਾ ਮਤਲਬ ਹੈ ਪਿੰਡ ਦੀ ਚੇਤਨਾ 'ਚ ਇੱਕ ਨਵੀਂ ਚੀਜ਼ ਐਂਟਰ ਕਰਦੀ ਹੈ, ਅਤੇ ਹੁਣ ਉਹ ਇੱਕ ਬੰਦਾ ਲੈ ਕੇ ਆਉਂਦਾ, ਕਵਿਤਾ ਪੜ੍ਹਦਾ ਇੱਕ, ਹੈ ਨਾ, ਕਵੀ, ਅਤੇ ਉਹ ਕਵਿਤਾ 'ਚ ਨਵੀਆਂ ਗੱਲਾਂ ਨੇ, ਮਤਲਬ ਉਹਦੇ ਰਾਹੀਂ ਤੁਹਾਨੂੰ ਉਹ ਦਿਖਾਉਂਦਾ, ਅਤੇ ਉਹਦੇ ਕਵੀ ਦੇ ਮੁਕਾਬਲੇ
ਉਹਦੇ ਜਿਹੜੇ ਜਮਾਏ ਹੋਏ ਨੁਸਖੇ ਨੇ ਵਿਚਾਰੇ ਦੇ, ਕਥਾ ਕਹਾਣੀਆਂ ਨੇ, ਬਾਬਿਆਂ ਦੀਆਂ ਗੱਲਾਂ ਨੇ, ਗੁਰਬਾਣੀ ਹੈ, ਇਹ ਪਛੜਨ ਲੱਗ ਪਈ ਉਹਦੇ ਮੁਕਾਬਲੇ ਇੱਕ ਸਧਾਰਨ ਜਿਹੇ ਬੰਦੇ ਦੇ ਕਵੀ ਦੇ ਮੁਕਾਬਲੇ। ਲੋਕ ਉਹਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਨੇ। ਹੁਣ ਇੱਥੇ ਮਤਲਬ ਆਪਾਂ ਆ ਗਏ ਕਿ ਬਈ ਮੈਨੂੰ ਇਹ ਗੱਲ ਇੱਕ ਘਟਨਾ ਉਹਦੇ 'ਚ ਵਾਪਰਦੀ ਹੈ, ਮੈਨੂੰ ਲੱਗਿਆ ਵੀ ਇਹ ਘਟਨਾ ਕਿਉਂ ਆ ਗਈ ਹੈ ਨਾ, ਮੈਨੂੰ ਇਹ ਵੇਖਣਾ ਇਹ ਗੱਲ ਕਿਉਂ ਕੀਤੀ ਹੈ, ਕੀਤੀ ਕੀ ਹੈ ਕਿ ਬਈ ਸਾਨੂੰ ਹੁਣ ਪਹਿਲਾਂ ਤਾਂ ਉਹਨੇ ਪੁਰਾਣਾ ਦੱਸਤਾ, ਫਿਰ ਉਹਨੇ ਨਵਾਂ ਦੱਸਤਾ, ਆਲਾ ਸੀ ਹੁੰਦਾ ਉਹਦੇ ਨਾਲ ਟਕਰਾਉਣਾ ਵੀ ਥੋੜ੍ਹਾ ਮੋਟਾ ਸਾਨੂੰ ਸਮਝ ਆ ਗਿਆ, ਦੱਸ ਗਿਆ। ਪਰ ਇੱਥੇ ਹੀ ਉਹ ਇੱਕ ਘਟਨਾ ਦਾ ਜ਼ਿਕਰ ਕਰਦਾ ਹੈ ਕਿ ਕੋਈ ਬੰਦਾ ਘੋੜੀ ਭਜਾਉਣ ਵਾਲਾ ਆ ਗਿਆ। ਇਹ ਵਰਤਾਰੇ ਪਿੰਡਾਂ 'ਚ ਹੁੰਦਾ ਸੀ, ਕਦੇ ਕੋਈ ਘੋੜਨ ਵਾਲਾ ਆ ਜਾਂਦਾ ਸੀ, ਕਦੇ ਕੋਈ ਭੱਜਣ ਵਾਲਾ ਆ ਜਾਂਦਾ ਸੀ। ਇਹ ਸਾਡੇ ਬਹੁਤ ਦੇਰ ਬਾਅਦ ਦੇਰ ਤੱਕ ਰਿਹਾ, ਜਾਣੀ ਮੇਰੀ ਮੈਂ ਬਹੁਤ ਛੁਟਾਉਂਦਾ ਸੀ ਜਦੋਂ ਸਾਡੇ ਨੇੜੇ ਪਿੰਡ ਕੋਈ ਇਸਮਾਇਲ ਭਰਿਆ ਪਿੰਡ, ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਉਹਨਾਂ ਉਹ ਲੈ ਕੇ ਆ ਗਿਆ ਸਪਰਿੰਗ ਜੇ ਖਿੱਚਦੇ ਹੁੰਦੇ ਸੀ ਹੈ ਨਾ। ਜਾਣੀ ਮੈਂ ਹੁਣ ਹੈਰਾਨ ਹੁੰਦਾ ਵੀ ਸਾਡੇ ਪਿੰਡ ਲਈ ਉਹ ਕਿੱਡੀ ਬੜੀ ਚੀਜ਼ ਸੀ, ਕਿੱਡੀ ਨਵੀਂ ਚੀਜ਼ ਸੀ, ਅਤੇ ਉਹ ਲੈ ਕੇ ਆ ਗਿਆ ਆਪਣਾ ਜ਼ੋਰ ਦਿਖਾਉਣ ਲਈ। ਮੈਂ ਬਹੁਤ ਛੋਟਾ ਸੀ ਉਦੋਂ, ਮੇਰੇ ਯਾਦ ਹੈ ਮੇਰਾ ਬਾਪੂ ਵੀ ਖਾਸਾ 60-60 ਸਾਲ ਦੀ ਉਮਰ ਹੋਣੀ ਹੈ ਉਦੋਂ ਦੀ, ਉਹ ਮੈਂ ਜਾਣੀ ਐਨ ਵਰਤਾਰਾ ਉੱਥੇ ਦੇਖਿਆ ਦਰਵਾਜ਼ੇ ਮੇਰੇ ਮਾਤਾ ਦਾ ਸੀਨ ਯਾਦ ਹੈ। ਅਤੇ ਹੁਣ ਉਹ ਇਸ ਗੱਲ 'ਤੇ ਜ਼ੋਰ ਦੇਈ ਜਾਂਦਾ ਜੀ ਵੀ ਲੈ ਕੋਈ ਇਹਨੂੰ ਖਿੱਚ ਕੇ ਦਿਖਾਓ, ਆਪ ਉਹ ਖਿੱਚ ਦਿੰਦਾ ਹੈ ਕੋਈ ਪਿੰਡ 'ਚ। ਮੇਰੇ ਯਾਦ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਵੀ ਬਾਪੂ ਤਗੜਾ ਸੀ ਮੇਰਾ, ਬਾਪੂ ਨੇ ਫੜਿਆ ਸਪਰਿੰਗ, ਮੈਂ ਕਿਹਾ ਸਿੱਧਾ ਕਰਕੇ ਉਹਨੂੰ ਕਹਿੰਦਾ ਪੈ ਆਹੀ ਕਰਦਾ ਕਿ ਇਹਨੂੰ ਕੋਈ ਹੋਰ ਕਰਨਾ, ਚਲੋ ਇਹ ਤਾਂ ਮਰਜ਼ੀ ਉਹਨੂੰ ਕਹਿੰਦਾ। ਪਰ ਗੱਲ ਇਹ ਹੈ ਕਿ ਲੋਕ ਇਵੇਂ ਆਉਂਦੇ ਸੀ, ਕੋਈ ਢੋਲ ਵਜਾ ਕੇ ਘੋੜਨ ਆ ਜਾਂਦਾ ਸੀ, ਆ ਢੋਲ ਵਜਾ ਕੇ ਸਪਰਿੰਗ ਲਈ ਫਿਰਦਾ ਸੀ ਕੋਈ ਇਹਨੂੰ ਸਿੱਧਾ ਕਰੋ ਹੈ ਨਾ, ਅਤੇ ਇਵੇਂ ਹੀ ਇੱਕ ਬੰਦਾ ਘੋੜੀ ਲੈ ਕੇ ਆ ਗਿਆ ਆਲਾ ਸੀ ਉਹਦੇ ਪਿੰਡ, ਉਹ ਘੋੜਾ ਲੈ ਕੇ ਆ ਗਿਆ ਵੀ ਭਜਾਓ ਬਈ ਇਹਦੇ ਨਾਲ ਕਿਹਨੇ ਭਜਾਉਣਾ, ਸ਼ਰਤ ਲੱਗ ਗਈ ਘੋੜੀ ਵੱਟੇ ਘੋੜੇ ਦੀ। ਤਾਂ ਹੁਣ ਸ਼ਰਤ ਉਹਦਾ ਘੋੜਾ ਜਿੱਤ ਗਿਆ ਆਲਾ ਸਿੰਘ ਦਾ। ਹੁਣ ਪਹਿਲਾਂ ਤਾਂ ਇਹ ਕਿਉਂ ਲੈ ਕੇ ਆ ਰਿਹਾ, ਉਹ ਤੁਹਾਨੂੰ ਇਹ ਦੱਸਦਾ ਕਿ ਭਾਈ ਇਹ ਸਾਰੀਆਂ ਚੀਜ਼ਾਂ ਦਿਸਦੀਆਂ ਨੇ ਪਿੰਡ 'ਚ, ਪਰ ਪਿੰਡ 'ਚ ਜੇ ਪੁਰਾਣਾ ਵੀ ਇੰਨਾ ਖੜਾ ਅਤੇ ਉਹ ਵੈਲਿਊਜ਼ ਖੜਾਉਣ ਲਈ ਦਿਖਾਉਣ ਲਈ ਕਿ ਬਾਕੀ ਜੋ ਮਰਜ਼ੀ ਹੋ ਗਿਆ, ਉਹ ਕੀ ਕਰਦਾ ਕਿ ਸ਼ਰਤ ਵਾਲੀ ਘੋੜੀ ਉਹਨੂੰ ਕਹਿੰਦਾ ਵੀ ਦੇਖ ਜੇ ਤਾਂ ਆਪਣੀ ਖੁੱਲ੍ਹੀ ਸਮਝ ਕੇ ਬੰਨੀ ਹੈ, ਆਪਣਾ ਘਰ ਸਮਝ ਕੇ ਬੰਨੀ ਹੈ, ਫਿਰ ਤਾਂ ਕੋਈ ਗੱਲ ਨਹੀਂ ਬੰਨੀ ਰਹਿਣ ਦੇ, ਪਰ ਜੇ ਸ਼ਰਤ 'ਚ ਹਾਰੀ ਹੋਈ ਕਰਕੇ ਬੰਨੀ ਹੈ ਤਾਂ ਆਪਣੀ ਹੁਣੇ ਖੁੱਲ੍ਹ ਲੈ। ਜਾਣੀ ਉਹਨੇ ਹਾਰੀ ਹੋਈ ਘੋੜੀ ਇੱਕ ਘਟਨਾ ਲਿਆਂਦੀ ਅਤੇ ਹਾਰੀ ਹੋਈ ਘੋੜੀ ਉਹਨੇ ਮੋੜਤੀ। ਇਹਦੇ ਪਿੱਛੇ ਜਾਣੀ ਮੈਨੂੰ ਲੱਗਿਆ ਕਿ ਲੇਖਕ ਸਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਭਾਈ ਕਿ ਕੋਈ ਚੀਜ਼
ਸਮਾਜ ਐ ਚੁਟਕੀ ਨਾਲ ਵੀ ਬਦਲਦਾ, ਨਵਾਂ ਆਉਂਦਾ ਰਹਿੰਦਾ ਅਤੇ ਪੁਰਾਣਾ ਉਹਦੇ ਨਾਲ 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 ਚੱਲਦਾ ਰਹਿੰਦਾ, ਹੌਲੀ ਹੌਲੀ ਖੁਰਦਾ ਰਹਿੰਦਾ, ਹੌਲੀ ਹੌਲੀ ਆਪਣੇ ਆਪ ਨੂੰ ਬਚਾ ਕੇ ਰੱਖਦਾ, ਹੈ ਨਾ। ਫਿਰ ਹੌਲੀ ਹੌਲੀ ਅਸੀਂ ਉਹ ਪ੍ਰਤੀਕਾਂ 'ਤੇ ਆ ਜਾਂਦੇ ਹਾਂ ਅਤੇ ਫਿਰ ਅਸੀਂ ਭੁੱਲ ਜਾਂਦੇ ਹਾਂ ਵੀ ਇਹ ਚੀਜ਼ਾਂ ਦੇ ਕਦੇ ਮਾਣੇ ਹੋਣਗੇ, ਹੈ ਨਾ। ਸਾਨੂੰ ਹੁਣ ਤੱਕ ਨਹੀਂ ਪਤਾ ਲੱਗਦਾ ਵੀ ਵੀ ਭਾਈ ਅਸੀਂ ਵਿਆਹ ਕਰਦੇ ਹਾਂ ਅਤੇ ਉਹ ਲਾਲ ਰੰਗ ਦੇ ਛਾਪੇ ਜੇ ਕਿਉਂ ਲਾਉਂਦੇ ਹਾਂ, ਉਹਨਾਂ ਦਾ ਹੁਣ ਦੇ ਵਿਆਹ ਨਾਲ ਕੀ ਸੰਬੰਧ ਹੈ, ਹੈ ਨਾ। ਲੇਕਿਨ ਉਹ ਕਿਸੇ ਵੇਲੇ ਕੋਈ ਚੀਜ਼ ਉਵੇਂ ਰਹੀ ਹੋਊਗੀ ਵੈਲਿਊਜ਼ ਨਾਲ ਜੁੜੀ 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 ਹੈਗੀ, ਉਹ ਮੈਨੂੰ ਪਤਾ ਉਹ ਕਰਦਾ ਵੀ ਉਹ ਕੀ ਹੈ, ਪਰ ਆਪਾਂ ਜੋ ਨਹੀਂ ਨਾ ਕਰਨੀ। ਪਰ ਮੈਂ ਇਹ ਕਹਿੰਦਾ ਕਿ ਐਡੀ ਦੂਰ ਤੱਕ ਚੀਜ਼ਾਂ ਚਲੀਆਂ ਆਉਂਦੀਆਂ ਸੀ, ਕਿਵੇਂ ਉਹ ਰੂਪ ਬਦਲ ਲੈਂਦੀਆਂ ਨੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਅਜੇ ਵੀ ਪ੍ਰਸ਼ਾਦ ਇਹਨੇ ਕਿਉਂ ਲੈਂਦੇ ਹਾਂ, ਇਹਦਾ ਕੀ ਕਾਰਨ ਹੈ, ਆਪਾਂ ਗੱਲ ਕੀਤੀ ਸੀ, ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਬਣੀਆਂ ਵੀ ਰਹਿੰਦੀਆਂ ਪੰਜਾਬ 'ਚ, ਹੁਣ ਵੀ ਇਵੇਂ ਹੀ ਹੋ ਰਿਹਾ ਕਿ ਬੈਲ ਗੱਡੀਆਂ ਵੀ ਭੱਜੀ ਜਾਂਦੀਆਂ ਨੇ ਅਤੇ ਉੱਧਰ ਅਸੀਂ ਟਰੈਕਟਰਾਂ ਦੇ ਟੋਚਣ ਵੀ ਪਾਈ ਜਾਂਦੇ ਹਾਂ, ਕਬੱਡੀ ਦਾ ਮੈਚ ਵੀ ਹੋਈ ਜਾਂਦਾ ਅਤੇ ਬੁਲਟ ਨੂੰ ਕੱਦੂ 'ਚ ਵੀ ਲਈ ਫਿਰਦੇ ਹਾਂ ਅਸੀਂ ਜੀਰੀ ਲਾਉਣ ਵਾਲੇ 'ਚ। ਮਤਲਬ ਸਾਨੂੰ ਅਜੇ ਵੀ ਲੱਗਦਾ ਕਿ ਪਹਿਲਾਂ ਸਾਡਾ ਬਹੁਤ ਤਕੜਾ ਹੁੰਦਾ ਸੀ, ਭਜਾ ਕੇ ਦੇਖੋ ਜੀ ਨੇ ਭਜਾਉਣਾ ਆਹ ਘੋੜੀ ਵਾਲਾ ਮਸਲਾ, ਅਤੇ ਹੁਣ ਸਾਡਾ ਟਰੈਕਟਰ ਤਕੜਾ। ਮਤਲਬ ਤੁਸੀਂ ਇਹ ਸੋਚ ਕੇ ਮਾੜਾ ਜਿਹਾ ਦੇਖੋ ਸਾਡਾ ਵੀ ਕਿਸੇ ਕੰਪਨੀ ਦੀ ਤਕੜਾਈ ਜਾਂ ਕਮਜ਼ੋਰੀ ਨੂੰ ਅਸੀਂ ਕਿਵੇਂ ਆਪਣੀ ਤਕੜਾਈ ਜਾਂ ਕਮਜ਼ੋਰੀ ਬਣਾ ਰਿਹਾ ਹੋਇਆ ਤਾਂ ਸਾਬਤ ਕਰਨ ਲੱਗੇ ਹੋਏ ਹਾਂ। ਤਾਂ ਲੇਖਕ ਸਾਨੂੰ ਇਹ ਘਟਨਾ, ਮੈਂ ਸਮਝਦਾ ਕਿ ਮੈਂ ਜਦੋਂ ਇਸ ਘਟਨਾ ਨੂੰ ਸਮਝਦਾ, ਹੋਰ ਬੁੜੇ ਬੁੜੇ ਬੈਠੇ ਨੇ ਬਹੁਤ ਜ਼ਿਆਦਾ ਗਹਿਰਾ ਸਮਝਦੇ ਨੇ ਕਹਾਣੀ ਨੂੰ, ਉਹਦੀ ਕੂਰਤ ਨਹੀਂ ਰਹੀ ਹੈ, ਪਰ ਇਹ ਗੱਲ ਸਾਨੂੰ ਦਰਸਾਉਣ ਲਈ ਇਹ ਲੈ ਕੇ ਆਉਂਦਾ। ਅਤੇ ਦੂਜੀ ਗੱਲ ਇਹ ਦੱਸਦਾ ਕਿ ਲੇਖਕ ਆਇਆ ਸੀ, ਉਹਨੂੰ ਹੁਣ ਤੱਕ ਲਈ ਆਇਆ ਅਤੇ ਸਾਰੀਆਂ ਚੀਜ਼ਾਂ ਡਿੱਗਦੀਆਂ ਲੱਗਦੀਆਂ ਨੇ, ਉਹਦਾ ਟੱਪ 'ਚ ਵੀ ਉਹਦੀ ਮਰਜ਼ੀ ਨਹੀਂ ਚੱਲਦੀ, ਉਹਦੀ ਚੋਣਾਂ 'ਚ ਵੀ ਮਰਜ਼ੀ ਨਹੀਂ ਚੱਲਦੀ, ਬੰਦੇ ਬਰਾਬਰ ਬੈਠਣ ਲੱਗ ਗਏ ਉਹਨਾਂ ਨੂੰ ਠਾਲ 'ਚ ਵੀ ਉਹਦੀ ਮਰਜ਼ੀ ਨਹੀਂ ਚੱਲਦੀ, ਪਰ ਉਹਦੇ ਅੰਦਰ ਜਿਹੜਾ ਉਹ ਬੰਦਾ ਜਿਹੜਾ ਜਗੀਰੂ ਬੰਦਾ ਉਸਰਿਆ ਹੋਇਆ ਉਹ ਅਜੇ ਜਿਉਂਦਾ ਹੈਗਾ। ਉਹ ਕਿਵੇਂ ਦਿਖਾਉਂਦਾ, ਇੱਥੇ ਮੇਰੇ ਨਾ ਉਹ ਗੱਲ ਯਾਦ ਆਉਂਦੀ ਹੈ ਜਿਹੜੀ ਸ਼ਾਇਦ ਆਪਾਂ ਕੀਤੀ ਵੀ ਸੀਗੀ ਅਲਬਰ ਕਾਮੂ ਦੀ, ਉਹ ਕਹਿੰਦਾ ਵੀ ਦੁਨੀਆਂ 'ਚ ਬੰਦਾ ਹੀ ਇੱਕ ਅਜਿਹੀ ਚੀਜ਼ ਹੈ, ਜੀਵ ਹੈ, ਬਾਕੀ ਦੇ ਨਾਲੋਂ ਇਹਦਾ ਫਰਕ ਇਹ ਹੈ ਕਿ ਮੈਨ ਇਸ ਦਾ ਓਨਲੀ ਕ੍ਰੀਏਟਰ, ਹੂ ਰਿਫਿਊਜ਼ਸ ਟੂ ਬੀ ਵਟ ਹੀ ਇਜ਼ ਔਰ ਇਜ਼ ਸੈਡ ਟੂ ਬੀ, ਉਹ ਜੋ ਹੋਣਾ ਹੈ ਉਹ ਤੋਂ ਇਨਕਾਰ ਕਰਨ ਦੀ ਕੂਵਤ ਰੱਖਦਾ, ਅਤੇ ਉਹਨੂੰ ਜੋ ਕਿਹਾ ਜਾਂਦਾ ਵੀ ਤੂੰ ਆ ਹੈਗਾ ਉਹ ਇਸ ਨੂੰ ਮੰਨਣ ਤੋਂ ਵੀ ਇਨਕਾਰ ਕਰ ਸਕਦਾ। ਤਾਂ ਮੈਂ ਇਹ ਕਹਿਣਾ ਕਿ ਇਸ ਘਟਨਾ ਨਹੀਂ ਜਿੱਤ ਕੇ ਘੋੜੀ ਮੋੜਨ ਵਾਲੀ ਘਟਨਾ ਤੱਕ ਸਾਨੂੰ ਉਹ ਇਹ ਦਰਸਾਉਣ ਲਈ ਇਹ ਗੱਲ ਹੈ ਜਿਹੜੀ ਕਰ ਰਿਹਾ ਕਿ ਭਾਈ ਆਹ ਨੂੰ ਤੁਹਾਨੂੰ ਇੱਥੋਂ ਹਾਰਦਾ ਹੁਰਦਾ ਜਿਹਾ ਸਾਰਾ ਦੀਂਦਾ, ਇਹ ਗੱਲ ਠੀਕ ਹੈ, ਸਮਾਜਿਕ ਤਬਦੀਲੀ ਹੋਊਗੀ, ਉਹ ਦੀਂਦੀਆਂ ਨੇ ਚੀਜ਼ਾਂ ਕਿਉਂਕਿ ਤਾਂ ਕੰਕਰੀਟ ਪਈਆਂ ਨੇ ਨਾ, ਲੇਕਿਨ ਉਹ ਵੈਲਿਊਜ਼ ਸਮਾਜ 'ਚ ਅਜੇ ਵੀ ਪਈਆਂ ਨੇ ਅਤੇ ਲੋਕ ਅਜੇ ਵੀ ਉਹਨਾਂ ਦੀ ਪ੍ਰੋੜਤਾ ਕਰਦੇ ਨੇ, ਉਹਨੂੰ ਚੰਗਾ ਮੰਨਦੇ ਨੇ।
ਅਸਲ 'ਚ ਇੱਥੇ ਇੱਕ ਕੋਈ ਐਡਾ ਅਕਹਿਰਾ ਮਸਲਾ ਨਹੀਂ ਹੈਗਾ ਗਾ। ਹੁਣ ਇਹ ਤੋਂ ਬਾਅਦ ਤੁਸੀਂ ਦੇਖੋ ਵੀ ਲੇਖਕ, ਮੈਂ ਤਾਂ ਹੈਰਾਨ ਹੋ ਜਾਂਦਾ ਯਾਰ ਕਿ ਉਹ ਕਿੰਨਾ ਕਾਇਦਾ 'ਚ ਕਹਾਣੀ ਲਿਖਦੇ ਨੇ। ਤੁਹਾਨੂੰ ਉਹਨੇ ਇੱਕ ਮੁਕਾਬਲਾ ਦਿਖਾ ਦਿੱਤਾ ਜਿਹੜਾ ਜਗੀਰੂ ਦੌਰ ਦਾ ਮੁਕਾਬਲਾ ਹੈ, ਕੁੜੀ ਵਾਲਾ, ਜਿੱਤ ਗਏ ਹਾਰ ਗਏ ਵੈਲਿਊ ਮੂਰਤੀਆਂ ਉਹ ਵੀ ਸਾਰੀਆਂ, ਪਰ ਇੱਕਦਮ ਬਾਅਦ ਹੁਣ ਇੱਕ ਨਵੇਂ ਯੁੱਗ ਦਾ ਮੁਕਾਬਲਾ ਪਿਆ ਉੱਥੇ। ਪਹਿਲਾ ਮੁਕਾਬਲਾ ਆਲਾ ਸਿੰਘ ਨੇ ਜਿੱਤਿਆ, ਵੈਲਿਊਜ਼ ਵੀ ਕਾਇਮ ਰੱਖੀਆਂ ਨੇ, ਪਰ ਹੁਣ ਕੀ ਹੋਇਆ ਕਿ ਡਿਸਟ੍ਰਿਕਟ ਬੋਰਡ ਦੀ ਚੋਣ ਆ ਗਈ। ਹੁਣ ਮੁਕਾਬਲੇ ਘੋੜੀਆਂ ਦੇ ਨਹੀਂ ਹੋਣੇ, ਹੁਣ ਰੱਸਾਕਸ਼ੀ ਕਿਤੇ ਹੋਰ ਹੋਣੀ ਹੈ। ਹੁਣ ਤੱਕ ਤੁਹਾਡੀ ਤਕੜਾਈ, ਤੁਹਾਡੀ ਕਮਜ਼ੋਰੀ ਕਿਤੇ ਹੋਰ ਪਰਖੀ ਜਾਣੀ ਹੈ, ਉੱਥੇ ਨਹੀਂ ਪਰਖੀ ਜਾਣੀ ਜਿੱਥੇ ਪਹਿਲਾਂ ਸੀ। ਉਹ ਹੁਣ ਕੀ ਹੈ ਕਿ ਨਵੀਂ ਚੀਜ਼ ਆ ਗਈ ਇੱਕ, ਜਿਹੜੀ ਹੁਣ ਤੱਕ ਨਵੀਂ ਨਹੀਂ ਸੀ। ਡਿਸਟ੍ਰਿਕਟ ਬੋਰਡ ਦੀਆਂ ਚੋਣਾਂ ਹੋਣ ਲੱਗ ਗਈਆਂ ਅਤੇ ਉਹ ਵੀ ਆਰਾਮ ਨਾਲ ਬੰਦਾ ਵਾਲਾ ਸੀ, ਉਹ ਕਹਿੰਦਾ ਸੀ ਵੀ ਐਤਕੀ ਭਾਈ ਇਹਨਾਂ ਨੇ ਚੁਣ ਲਿਆ, ਅਗਲੀ ਵਾਰ ਆਪਣਾ ਹੋ ਜੂਗਾ, ਐਤਕੀ ਆਪਣਾ ਹੋ ਗਿਆ, ਅਗਲਾ ਉਹਨਾਂ ਦਾ ਹੋ ਗਿਆ। ਅਤੇ ਹੁਣ ਵੀ ਜਦੋਂ ਆਈ ਅਤੇ ਉਹਨੇ ਕਿਹਾ ਵੀ ਕੋਈ ਨਹੀਂ ਵੀ ਭਾਈ ਪਹਿਲਾਂ ਉਹਨਾਂ ਦੀ ਪਤੀ ਦਾ ਸੀ, ਇਹਦੇ 'ਚ ਕੁਛ ਸੋਚਣ ਵਾਲੀ ਉਹ ਗੱਲ ਨਹੀਂ, ਐਤਕੀ ਆਪਣਾ ਹੋਣਾ ਚਾਹੀਦਾ। ਅਤੇ ਉਹ ਜਿਨ੍ਹਾਂ ਨੇ ਅਖਬਾਰ ਪੜ੍ਹੇ ਹੋਏ ਸੀ, ਜਿਨ੍ਹਾਂ ਨੇ ਰਾਜਨੀਤਿਕ ਬਹਿਤਾਂ ਸੁਣੀਆਂ, ਬਹਿਸਾਂ ਸੁਣੀਆਂ ਹੋਈਆਂ, ਕਿ ਇਹਦਾ ਕੀ ਮਤਲਬ ਵੀ ਦਰਜਾ ਹੋਣਾ ਚਾਹੀਦਾ। ਹੁਣ ਇਹਦਾ ਮਤਲਬ ਹੈ ਕਿ ਲੇਖਕ ਤੁਹਾਨੂੰ ਕਿਹੜੀ ਗੱਲੋਂ ਆਗਾਹ ਕਰ ਦੱਸ ਕੀ ਰਿਹਾ ਕਿ ਜ਼ਮਾਨਾ ਬਦਲ ਕਿਵੇਂ ਰਿਹਾ, ਹੁਣ ਫੈਸਲੇ ਕਿੱਥੇ ਹੋਣਗੇ, ਕਿਵੇਂ ਚੀਜ਼ਾਂ ਲੋਕਾਂ ਦੇ ਹੱਥ 'ਚ ਹੌਲੀ ਹੌਲੀ ਬਣਾਉਣਾ ਸੀ। ਉਹ ਉਦੋਂ ਨਹੀਂ ਡਿੱਗਿਆ, ਉਹ ਲੜਦਾ ਰਿਹਾ, ਘੋੜੀ ਮੋੜਨ ਤੱਕ ਲੜਦਾ ਰਿਹਾ, ਲੇਕਿਨ ਜਦੋਂ ਆਹ ਮੁਕਾਬਲਾ ਹਾਰ ਗਿਆ, ਜਦੋਂ ਉਹ ਸਥਾਪਤੀ ਦੀ ਚੋਣ ਕਰਨ ਦਾ ਮੁਕਾਬਲਾ ਹਾਰ ਗਿਆ, ਫਿਰ ਜਦੋਂ ਉਹ ਬੰਦਾ ਕਹਿੰਦਾ ਵੀ ਚੱਲ ਟੱਪ ਥੱਲੇ ਚੱਲੀਏ ਆਪਾਂ, ਹੁਣ ਜਿੱਥੇ ਉਹ ਅਕਸਰ ਜਾਂਦੇ ਨੇ, ਅਤੇ ਉਹ ਕਹਿੰਦਾ ਵੀ ਉੱਥੇ ਕੁਛ ਨਹੀਂ ਹੋਣਾ, ਮੈਨੂੰ ਤਾਂ ਜਮਾਂ ਉਜਾੜ ਲੱਗਦਾ ਪੈਂਦਾ, ਉੱਥੇ ਕਹਿਣਾ ਕਹਿਣੀ ਹੈ, ਇਲੈਕਸ਼ਨ ਹੋ ਰਹੀ ਹੈ, ਉਹਨੂੰ ਉਜਾੜ ਲੱਗਦਾ ਹੈ। ਜਿਹੜੇ ਟਕਾ ਕੇ ਗੱਲ ਕਰਦਾ ਫਿਰ ਵਿਰਕ ਕਿ ਨਿਗਾਹ ਕਿੱਥੇ ਜਾਂਦੀ ਹੈ, ਉਹ ਟੱਗੇ 'ਤੇ, ਜਿਹਦੇ 'ਤੇ ਜਿਹਨੂੰ ਜਿਉਂਦੇ ਨੂੰ ਕੌਂ ਪੱਟੀ ਜਾਂਦੇ ਨੇ, ਅਤੇ ਉਹ ਨਾ ਹੁਣ ਸਿੰਘ ਬਣੀ ਲਾਉਂਦਾ ਉਹਨਾਂ ਨੂੰ ਉਡਾਉਣ ਖਾਤਰ। ਇੱਥੇ ਲਿਆ ਕੇ ਕਹਾਣੀ ਹੈ ਜਿਹੜੀ ਨਿਗਾਹ ਖਤਮ ਕਰਦਾ। ਮੈਨੂੰ ਲੱਗਦਾ ਵੀ ਆਪਾਂ ਨੇ ਜਿਹੜੀ ਸਾਰੀ ਗੱਲਬਾਤ ਕੀਤੀ ਉਹਦੇ ਰਾਹੀਂ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਲੇਖਕ ਨੇ ਆਪਾਂ ਨੂੰ ਕਿਵੇਂ ਇੱਕ ਤਬਦੀਲੀ ਦਰਸਾਉਣੀ ਸੀ, ਜਗੀਰੂ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਖਹਿਚ ਲੈ ਕੇ ਜਾਣਾ ਸੀ, ਅਤੇ ਉਹਦੇ ਲਈ ਉਹਨੇ ਕਿਹੜੇ ਕਿਹੜੇ ਢੰਗ ਤਰੀਕੇ ਅਤੇ ਕਿਹੜੀ ਕਿਹੜੀ ਸੀਕੁਐਂਸ 'ਚ ਉਹਨਾਂ ਤੋਂ ਕਿਹੜੇ ਕਿਹੜੇ ਮੀਨਿੰਗ ਲੈ ਕੇ ਜਿਹੜੇ ਮੇਰੇ ਸਮਝ ਆਈ ਵਰਤਣ ਦੀ ਕੋਸ਼ਿਸ਼ ਕੀਤੀ।